ਅਤੇ ਮੁਸੀਬਤ ਤਾਂ 2 ਮਹੀਨੇ ਰਹਿਣਾ ਬੱਚਿਆਂ ਤੋਂ ਦੂਰ, ਉਹ ਸਭ ਤੋਂ ਵੱਡੀ ਮੁਸੀਬਤ ਸੀ ਮੇਰੇ ਲਈ। ਅਸੀਂ ਕਦੇ ਘੰਟਾ ਨਹੀਂ ਇੱਕ ਦੂਜੇ ਤੋਂ ਵੱਖਰੇ ਰਹੇ, ਅਤੇ 2 ਮਹੀਨੇ ਇੱਕ ਮੁਸ਼ਕਿਲ 'ਚ ਰਹਿਣਾ, ਨਰਕ 'ਚ ਰਹਿਣਾ, ਬੜਾ ਔਖਾ ਸਮਾਂ ਸੀਗਾ। ਪਰ ਅੱਜ ਭੁੱਲ ਗਿਆ ਸਭ ਕੁਛ। ਬਾਈ ਸਿੱਧੂ ਦੇ ਮੂੰਹ 'ਚੋਂ ਆਪਣਾ ਨਾਮ ਸੁਣਨਾ ਬਹੁਤ ਵੱਡੀ ਗੱਲ ਹੈ ਜੀ, ਸਾਡੇ ਚਿੱਤ 'ਚ ਬਹੁਤ ਵੱਡੀ ਗੱਲ ਹੈ। ਉਹ ਜਦੋਂ ਅਸੀਂ ਸੁਣਿਆ ਨਾ, ਕਾਲੀ ਕਾਲੀ ਰੇਂਜ ਵਿੱਚ ਵੱਜੇ ਹਨ ਖਿੱਲਾ, ਸਵਾਦ ਆ ਗਿਆ ਸੁਣ ਕੇ। ਤੇ ਕਹਿੰਦੇ ਅੱਜ ਤੇਰੀ ਮੈਰਿਜ ਐਨਵਰਸਰੀ ਹੈ, ਮੈਂ ਕਿਹਾ ਵੀ ਤੁਸੀਂ ਆ ਰਹੇ ਹੋ? ਕਹਿੰਦੇ ਵੀ ਚਲੋ ਠੀਕ ਆ, ਪਰ ਤੇਰੇ ਬਾਈ ਨੇ ਤੁਹਾਡਾ ਨਾਮ ਬੋਲਿਆ ਕਹਿੰਦੇ। ਮੈਂ ਕਿਹਾ ਸੱਚੀ? ਕਹਿੰਦੇ ਹਾਂ। ਮੈਂ ਤੇ ਉਹਦੇ ਨੱਚਣ ਲੱਗ ਗਈ, ਹਾਂ ਇਹ ਬਹੂ ਜੀ ਬਾਈ ਦੇ ਨਾਮ ਬੋਲ। ਕਹਿੰਦੇ ਕਿੰਨੇ ਵਜੇ ਕੇਕ ਕੱਟਣਾ? ਮੈਂ ਕਿਹਾ 7 ਵਜੇ। ਕਹਿੰਦੇ ਲੋ 5 ਵਜੇ ਗਿਫਟ ਮਿਲੂਗਾ ਤੁਹਾਨੂੰ। ਇਮੋਸ਼ਨਲ ਹਰ ਕੋਈ ਹੋ ਜਾਂਦਾ ਉਹਨਾਂ ਦੀ ਗੱਲ ਕਰਕੇ, ਸਾਨੂੰ ਸੋਚ ਕੇ ਹੀ ਹੋ ਜਾਂਦਾ। ਵੀ ਗਾਣੇ ਨਹੀਂ ਸੁਣ ਸਕਦੇ, ਸਿੱਧੂ ਦੇ ਗੀਤ ਲਾ ਕੇ ਰੋਣ ਲੱਗ ਜਾਂਦੇ ਜੀ। ਵਾਹਿਗੁਰੂ ਇਸ ਗੱਲ ਦਾ ਗਵਾਹ ਹੈ ਨਾ, ਲੋਕ ਪਤਾ ਨਹੀਂ ਅੱਜ ਸ਼ਾਇਦ ਕੋਈ ਦੇਖ ਕੇ ਕਹੂਗਾ ਕਮੈਂਟਾਂ 'ਚ ਕਿ ਲਵੀ, ਬਟ ਨਹੀਂ, ਇਹ ਬਿਲਕੁਲ ਸੱਚ ਹੈ, ਪਰਮਾਤਮਾ ਦੀ ਕਸਮ। ਇੰਟਰਵਿਊ ਚੱਲੀ ਜਾਂਦੀ ਹੈ, ਤਾਂ ਹੀ ਮੇਰੇ ਤੋਂ ਹੁੰਦੀ ਨਹੀਂ ਗੱਲਾਂ ਕਰਨਾ, ਵੀ ਔਖਾ ਹੋ ਜਾਂਦਾ। ਬਿਲਕੁਲ ਬਿਲਕੁਲ, ਸ਼ਾਇਦ ਅਸੀਂ ਇਹ ਦੁੱਖ ਬਹੁਤ ਦੇਖੇ ਨੇ ਸ਼ਾਇਦ। ਤਾਂ ਮੇਰੇ ਬੇਟੇ ਨਾਲ ਬਹੁਤ ਅਟੈਚਮੈਂਟ ਸੀ ਮੇਰੀ। ਮੇਰਾ ਬੇਟਾ ਐਕਸਪਾਇਰ ਹੋ ਗਿਆ ਸੀ, 4-4.5 ਸਾਲ ਦਾ ਸੀਗਾ, ਇਸ ਤੋਂ ਵੱਡਾ ਸੀ। ਮੈਂ ਜਿਹੜੀ ਗੱਲ ਕਰਨ ਲੱਗੀ ਬਹੁਤ ਵੱਡੀ ਆ, ਖਾਸ ਕਰਕੇ ਕੁੜੀਆਂ ਲਈ। ਆਪਾਂ 10 ਸਾਲ ਇੱਕ ਜਗ੍ਹਾ 'ਤੇ ਹਾਂ, ਇੱਕ ਦੂਜੇ ਨੂੰ ਸਮਝ ਲਿਆ, 10 ਸਾਲ ਹੋਰ ਉਸ ਤੋਂ ਬਾਅਦ ਕਿਸੇ ਨੂੰ ਮਿਲਾਂਗੇ, ਸਮਝਣਾ ਬਹੁਤ ਔਖਾ ਹੈ, ਬਹੁਤ ਔਖਾ। ਔਰ ਇੱਕ ਫੈਨ, 2 ਫੈਨ ਹੋਰ ਨੇ ਸਾਡੇ, ਜਲਾਲਾਬਾਦ ਸਾਈਡ ਦੇ ਆ। ਤੁਸੀਂ ਦੇਖੋ ਵੀ ਸਾਡਾ 100 ਕਿਲੋ 150 ਕਿਲੋਮੀਟਰ ਵੀ ਕਿਤੇ ਵੀ ਸ਼ੋਅ ਹੋਵੇ, ਉਹ ਸਾਈਕਲ 'ਤੇ ਆ ਜਾਂਦੇ ਨੇ। ਸਾਈਕਲ 'ਤੇ ਜਿਵੇਂ ਉਹਨਾਂ ਨੇ ਜੋੜੀ ਨੇ ਬੈਠੇ, ਉਹਨਾਂ ਦਾ ਨਾਮ ਕਾਲਾ ਮਾਲਾ, ਇੰਨੀ ਪਹਿਚਾਣ ਹੋ ਗਈ। ਔਰ ਮੇਰੇ ਖਿਆਲ 'ਚ ਵੀ ਉਹਨਾਂ ਨੇ ਜਲਾਲਾਬਾਦ ਏਰੀਏ 'ਚ ਕੋਈ ਵੀ ਸਾਡਾ ਸ਼ੋਅ ਨਹੀਂ ਛੱਡਿਆ। ਜਿਹੜੇ ਪਰਸਨਲ ਸ਼ੋਅ ਹੁੰਦੇ ਨਾ ਮੈਰਿਜ ਦੇ, ਉੱਥੇ ਵੀ ਪਹੁੰਚ ਜਾਂਦੇ ਨੇ। ਡਰਦਾ ਨਾ ਕੋਈ ਬਾਹਰ ਨਿਕਲੇ, ਪਿੰਡ ਸੁਨਸਾਨ ਹੋ ਗਿਆ ਹੈ, ਉਹ ਸੱਥ ਚ ਖਲੋ ਕੇ ਮਾਰੇ ਥਾਪੀਆਂ, ਪੁੱਤ ਜੱਟ ਦਾ ਜਵਾਨ ਹੋ ਗਿਆ। ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡੀ ਮੁਲਾਕਾਤ ਉਸ ਬਲਕਾਰ ਅਣਖੇਲਾ ਮਨਜਿੰਦਰ ਗੁਲਸ਼ਨ ਹੁਣਾਂ ਨਾਲ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਦਾ ਜ਼ਿੰਦਗੀ ਨੇ ਬਹੁਤ ਇਮਤਿਹਾਨ ਲਿਆ, ਪਰ ਉਹ ਕਦੀ ਨਹੀਂ ਡੋਲੇ। ਉਹ ਹਮੇਸ਼ਾ ਡਿੱਗ ਕੇ ਉੱਠੇ ਨੇ, ਅਤੇ ਜਦੋਂ ਆਏ ਨੇ ਹਨੇਰੀ ਠਾਲਤੀ ਹੈ। ਇਹ ਇੰਟਰਵਿਊ ਜਾਂ ਪੋਡਕਾਸਟ ਕਰਨ ਦਾ ਮੇਰਾ ਰੀਜ਼ਨ ਇਹ ਨਹੀਂ ਹੈ ਕਿ ਸਿਰਫ ਮੈਂ ਇੱਥੇ ਸਿੱਧੂ ਦੀਆਂ ਗੱਲਾਂ ਕਰਾਂ, ਕਿਉਂਕਿ ਸਿੱਧੂ ਦਾ ਇੱਕ ਇੰਪੋਰਟੈਂਟ ਪਾਰਟ ਤਾਂ ਉਹਨਾਂ ਦੀ ਲਾਈਫ ਦੇ ਵਿੱਚ ਹੈ, ਬਟ ਬਹੁਤ ਸਾਰੇ ਹੋਰ ਰੀਜ਼ਨਸ ਹੈ। ਮੈਨੂੰ ਲੱਗਦਾ ਕਿ ਉਹਨਾਂ ਦੀ ਕਹਾਣੀ ਜਿਹੜੀ ਹੈ ਬਹੁਤ ਮੋਟੀਵੇਸ਼ਨਲ ਹੈ, ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਇਨਸਾਨ ਇਹ ਸੋਚ ਰੱਖਦੇ ਨੇ ਕਿ ਜੇ ਲੰਬੀ ਛਲਾਂਗ ਮਾਰਨੀ ਤਾਂ 4 ਕਦਮ ਪਿੱਛੇ ਜਾਣਾ ਬਹੁਤ ਜ਼ਰੂਰੀ ਹੈ। ਸੋ ਉਹਨਾਂ ਨਾਲ ਗੱਲਬਾਤ ਕਰਨ ਦਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਸੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੋਨਾਂ ਦਾ। ਧੰਨਵਾਦ ਮੈਮ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ, ਐਂਡ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਕਿ ਅੱਜ ਤੁਹਾਡਾ ਇੰਨਾ ਜ਼ਰੂਰੀ ਦਿਨ ਸੀਗਾ, ਤੁਸੀਂ ਫਿਰ ਵੀ ਉਹ ਕੰਮ ਜਿਹੜਾ ਆਪਣਾ ਡਿਲੇ ਕਰਕੇ ਸਾਨੂੰ ਸਮਾਂ ਦਿੱਤਾ, ਅਤੇ ਮੈਨੂੰ ਲੱਗਦਾ ਕਿ ਅਸੀਂ ਤੁਹਾਡੇ ਬਹੁਤ ਧੰਨਵਾਦ। ਹੱਕ ਬਣਦਾ ਜੀ, ਹੱਕ ਬਣਦਾ, ਤੁਸੀਂ ਇੰਨੀ ਟੀਮ ਚੱਲ ਕੇ ਆਏ ਹੋ ਸਾਡੇ ਲਈ, ਅਸੀਂ ਨਖਰੇ ਕਰੀਏ ਫਿਰ ਚੰਗਾ ਨਹੀਂ। ਨਹੀਂ ਨਹੀਂ, ਜੀ ਆਇਆਂ, ਥੈਂਕ ਯੂ ਸੋ ਮਚ। ਨਖਰੇ ਵਾਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਤੁਹਾਡੇ ਵਿੱਚ ਹੈਗੀ। ਨਹੀਂ, ਕਰਿਆ ਨਹੀਂ ਕਦੇ। ਸੋ ਜਿਹੜੀ ਗੱਲ ਮੈਂ ਕਹੀ ਕਿ
ਤੁਸੀਂ ਉਹ ਇਨਸਾਨ ਹੋ ਜਿਨ੍ਹਾਂ ਦਾ ਜ਼ਿੰਦਗੀ ਨੇ ਬਹੁਤ ਇਮਤਿਹਾਨ ਲਿਆ ਸੀ, ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੱਚ ਹੈ ਹਨਾ, ਪਰ ਤੁਸੀਂ ਕਦੀ ਡੋਲੇ ਨਹੀਂ। ਮੈਡਮ ਹੋਣਾ ਨੇ ਫਿਰ ਇੱਕ ਵਾਰ ਸੋਚ ਲਿਆ ਸੀ ਕੋਵਿਡ ਤੋਂ ਬਾਅਦ ਕਿ ਸਾਈਡ ਬਿਜ਼ਨਸ ਸ਼ੁਰੂ ਕਰ ਲੈਂਦੇ ਹਾਂ, ਹੈਨਾ, ਬਟ ਫਿਰ ਵੀ ਮੈਨੂੰ ਲੱਗਦਾ ਰੱਬ ਨੇ ਕੁਝ ਹੋਰ ਤੁਹਾਡੇ ਲਈ ਸੋਚਿਆ। ਜਦੋਂ ਹੁੰਦਾ ਨਾ ਤੇ ਚੀਜ਼ਾਂ ਬਿਲਕੁਲ ਚੇਂਜ ਹੋ ਜਾਂਦੀਆਂ। ਸੋ ਇਸ ਜ਼ਿੰਦਗੀ ਦੇ ਬਾਰੇ ਮੈਂ ਤੁਹਾਡੀ ਸ਼ੁਰੂਆਤ ਤੋਂ ਜਾਣਨਾ ਚਾਹੁੰਦੀ ਹਾਂ ਅਨਖੇਲਾ ਜੀ। ਮੈਂ ਬਹੁਤ ਹਿੰਮਤੀ ਇਨਸਾਨ ਹਾਂ, ਇਹਨੂੰ ਹਿੰਮਤੀ ਆਪਾਂ ਕਹਿ ਦਿੰਦੇ ਨਾ, ਇਹਨੂੰ ਮੇਰੇ ਸ਼ੇਰ ਨੇ ਜਿਹੜੇ ਮੇਰੇ ਆਲੇ ਦੁਆਲੇ ਵਾਲੇ ਮੇਰੇ ਚਾਹੁਣ ਵਾਲੇ ਖਾਸ ਨੇ, ਉਹ ਸਾਰੇ ਸ਼ੇਰ ਨਹੀਂ ਕਹਿੰਦੇ ਇਹਨੂੰ। ਬਿਲਕੁਲ ਸਹੀ ਗੱਲ ਹੈ। ਤੇ ਬਾਕੀ ਲਾਚਰਾ ਤੇ ਜ਼ਿੰਦਗੀ ਦਾ ਹਿੱਸਾ ਜੀ ਬਹੁਤ ਆਏ। ਤੁਸੀਂ ਗੁਰਬਤ ਦਾ ਸਮਾਂ ਵੀ ਬਹੁਤ ਵੇਖਿਆ ਹੈ ਨਾ? ਹਾਂਜੀ, ਗੁਰਬਤ ਤੋਂ ਗੋਲਡ, ਕਿਉਂਕਿ ਅੱਜ ਕੱਲ੍ਹ ਲੋਕ ਜਦੋਂ ਤੁਹਾਨੂੰ ਮਿਲਦੇ ਤੁਹਾਡੀ ਗੋਲਡ ਤੇ ਬਹੁਤ ਗੱਲ ਕਰਦੇ ਹੁੰਦੇ ਆ ਕਿ ਤੁਸੀਂ ਵਾਹ ਬੜਾ ਗੋਲਡ ਪਾਇਆ ਹੋਇਆ, ਬਟ ਲੋਕਾਂ ਨੇ ਉਹ ਮੈਨੂੰ ਨਹੀਂ ਲੱਗਦਾ ਕਿ ਜਰਨੀ ਚੰਗੀ ਤਰ੍ਹਾਂ ਜਾਣੀ ਹੋਏਗੀ ਕਿ ਤੁਸੀਂ ਕਿਸ ਤਰੀਕੇ ਨਾਲ। ਰੌਲਾ ਵੀ ਇਹ ਹੈ ਵੀ ਅੱਜ ਇਹ ਪਾਇਆ ਦਿਸਦਾ ਹੈ, ਇਹਦੇ ਪਿੱਛੇ ਜਿਹੜੀ ਮਿਹਨਤ ਆ ਸਾਡੀ, ਇਹ ਉਹਦਾ ਸਭ ਕੁਛ ਮਿਹਨਤ ਦਾ ਹੈ। ਇਹ ਠੱਗਿਆ ਨਹੀਂ ਕਿਸੇ ਤੋਂ, ਲੁੱਟਿਆ ਨਹੀਂ ਆ, ਮਿਹਨਤ ਕਰੀ ਹੈ। ਅਤੇ ਮਿਹਨਤ ਕਰਨ ਵਾਲਾ ਇਨਸਾਨ ਇੱਕ ਨਾ ਇੱਕ ਦਿਨ ਪਹੁੰਚਦਾ ਹੀ ਆਪਣੀ ਮੰਜ਼ਿਲ 'ਤੇ, ਕਿਉਂਕਿ ਉਹਦਾ ਰੱਬ ਵੀ ਸਾਥ ਦਿੰਦਾ। ਹਰ ਕੋਈ ਨਹੀਂ ਪੁੱਛਦਾ, ਕੋਈ ਕੋਈ ਪੁੱਛਦਾ ਇੰਨਾ ਗੋਲਡ ਤੁਸੀਂ ਪਾ ਰੱਖਿਆ, ਕੋਈ ਕੋਈ ਪੁੱਛਦਾ। ਕਈ ਬਹੁਤ ਖੁਸ਼ ਹੁੰਦੇ ਆ ਵੀ ਚਲੋ ਸ਼ੁਕਰ ਹੈ ਭਾਈ ਤੁਹਾਨੂੰ ਪਰਮਾਤਮਾ ਨੇ ਦਿੱਤਾ ਅਤੇ ਪਾਓ ਫਿਰ। ਬਿਲਕੁਲ, ਪਰ ਉਹ ਸਮਾਂ ਜਿਹੜਾ ਮੈਂ ਕਿਹਾ ਕਿ ਗੁਰਬਤ ਤੋਂ ਗੋਲਡ ਤੱਕ ਦਾ ਸਫ਼ਰ ਹੈ ਨਾ, ਉਹ ਬਹੁਤ ਔਖਾ ਰਿਹਾ। ਬੜੀਆਂ ਔਕੜਾਂ ਮੇਰੇ, ਮੈਂ ਜਾਣਨਾ ਚਾਹੂੰਗੀ ਕਿ ਕੀ ਮਤਲਬ ਔਕੜਾਂ ਰਹੀਆਂ। ਮੈਂ ਕਿਸੇ ਤੁਹਾਡੇ ਇੰਟਰਵਿਊ 'ਚ ਸੁਣਿਆ ਕਿ ਇੱਕ ਟਾਈਮ ਦੀ ਰੋਟੀ ਖਾ ਕੇ ਦੂਜੇ ਟਾਈਮ ਦੀ ਰੋਟੀ ਦਾ ਰਹਿੰਦਾ ਨਹੀਂ। ਉਹ ਤਾਂ ਮੇਰੇ ਨਾਲ ਹੋਇਆ ਜੀ, ਉਹ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਸੀ, ਕਿਉਂਕਿ ਅਸੀਂ ਮੇਰਾ ਪਿੰਡ ਹੈਗਾ ਬਾਰਡਰ 'ਤੇ, ਤੁਹਾਡਾ ਵੀ ਤਰਨ ਤਾਰਨ ਤੁਹਾਨੂੰ ਪਤਾ ਵੀ ਆਪਣਾ ਇਲਾਕਾ ਜਿਹੜਾ ਤੁਸੀਂ ਤਾਂ ਜੇ ਪਿੱਛੇ ਬਾਰਡਰ ਤੋਂ, ਅਸੀਂ ਬਿਲਕੁਲ ਬਾਰਡਰ ਦੇ ਹਾਂ, ਚਾਰ ਕਿਲੋਮੀਟਰ ਹੀ ਆ ਪਾਕਿਸਤਾਨ ਸਾਡੇ ਤੋਂ। ਅਤੇ ਉਹ ਹਾਲਾਤ ਹੀ ਐਸੇ ਸੀਗੇ ਜ਼ਿੰਦਗੀ ਦੇ, ਗਰੀਬ ਘਰ ਦੇ ਵਿੱਚ ਜਨਮ ਹੋਇਆ, ਵੀ ਮਿਹਨਤ ਮਜ਼ਦੂਰੀ ਮਿਹਨਤ ਕਸ਼ ਲੋਕਾਂ ਦੇ ਵਿੱਚ ਸੀ, ਮਾਂ ਪਿਓ ਮਿਹਨਤ ਵਾਲੇ ਸੀ, ਤਾਏ ਚਾਚੇ ਮਿਹਨਤ ਵਾਲੇ ਸੀ, ਫਿਰ ਸਾਨੂੰ ਵੀ ਉਵੇਂ ਕਰਨੀ ਪਈ। ਪਰ ਉਹਦੇ ਉਸ ਮਿਹਨਤ ਕਰਦਿਆਂ ਕਰਦਿਆਂ ਇਹ ਇਸ਼ਕ ਲੱਗ ਗਿਆ ਜੀ ਗਾਇਕੀ ਦਾ, ਫਿਰ ਨਾਲ ਮਿਹਨਤ ਵੀ ਕਰੀ ਅਤੇ ਇਹ ਇਸ਼ਕ ਵੀ ਨਿਭਾਇਆ ਆਪਦਾ, ਇਹਦਾ ਖਹਿੜਾ ਨਹੀਂ ਛੱਡਿਆ, ਯਾਨੀ ਤੁਰ ਤੱਕ ਹੀ ਇਹ ਵੱਸ ਗਿਆ ਜੀ। ਅਤੇ ਬੜੇ ਔਕੜਾਂ 'ਤੇ ਜ਼ਿੰਦਗੀ 'ਚ ਆਉਂਦੀਆਂ ਨੇ, ਜਦੋਂ ਇੱਕ ਬਹੁਤ ਨੀਵੀਂ ਜਗ੍ਹਾ ਤੋਂ ਆਪਾਂ ਉੱਚੇ ਵੱਲ ਨੂੰ ਝਾਕਦੇ ਹਾਂ, ਅਤੇ ਫਿਰ ਚੜ੍ਹਾਈ 'ਤੇ ਥਕਾਵਟ ਵੀ ਹੁੰਦੀ ਹੈ, ਬੰਦਾ ਬਿਮਾਰ ਵੀ ਹੁੰਦਾ ਹੈ, ਡਿੱਗਦਾ ਵੀ, ਪਰ ਹਿੰਮਤ ਨਾ ਹਾਰੇ ਫਿਰ ਉਹ ਪਹੁੰਚ ਜਾਂਦਾ ਹੈ। ਜੇ ਹਿੰਮਤ ਹਾਰਤੀ ਤਾਂ ਫਿਰ ਤਾਂ ਕੁਛ ਵੀ ਨਹੀਂ ਹੈ। ਕੰਸਿਸਟੈਂਸੀ ਬਣਾ ਕੇ ਰੱਖਣਾ ਬਹੁਤ ਔਖਾ ਹੁੰਦਾ ਇੱਕ ਆਰਟਿਸਟ ਲਈ, ਉਹ ਵੀ ਇੰਨੇ ਟਾਈਮ ਤੋਂ, ਇਹ ਕਿਵੇਂ ਬਣਾ ਕੇ ਰੱਖੀ ਇੰਨੀ ਕੋਂਸਟੈਂਟ ਰਹੇ ਲੋਕਾਂ ਦੇ ਵਿੱਚ ਪਿਆਰ ਜਿਹੜਾ ਤੁਹਾਡੇ ਲਈ ਬਣਿਆ ਰਿਹਾ, ਉਹ ਗੁਲਸ਼ਨ ਜੀ ਤੁਸੀਂ ਦੱਸੋ ਕਿ ਕਿੰਨਾ ਕੁ ਔਖਾ ਰਿਹਾ ਕੰਸਿਸਟੈਂਸੀ ਬਣਾ ਕੇ ਰੱਖਣਾ ਜੀ? ਨਹੀਂ, ਬਸ ਸਾਡੇ ਸਰੋਤਿਆਂ ਨੇ ਹਰ ਵਾਰੀ ਸਾਨੂੰ ਕਬੂਲਿਆ, ਅਸੀਂ ਤਾਂ ਇਹ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਡੇ ਚਾਹੁਣ ਵਾਲਿਆਂ ਦਾ। ਔਖਾ ਤਾਂ ਹੈ ਕਿਉਂਕਿ ਬਹੁਤ ਸਾਰੇ ਸਮੇਂ ਦੇਖੇ ਨੇ, ਹੈ ਨਾ, ਕਦੇ ਐਕਸੀਡੈਂਟ ਹੋ ਜਾਣਾ, ਕਦੇ ਕੁਝ ਹੋ ਜਾਣਾ, ਬਹੁਤ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਾਂ ਪਈਆਂ ਨੇ, ਬਟ ਅਸੀਂ ਜਦੋਂ ਵੀ ਮਾਰਕੀਟ 'ਚ ਦੁਬਾਰਾ ਆਏ ਹਾਂ ਤਾਂ ਸਾਡੇ ਸਰੋਤਿਆਂ ਨੇ ਸਾਨੂੰ ਇੱਥੋਂ ਇੱਥੇ ਬਿਠਾਇਆ। ਦੇਖੋ ਬਹੁਤ ਵਧੀਆ ਗੱਲ ਗੁਲਸ਼ਨ ਨੇ ਕਰੀ ਹੈ ਵੀ ਉਹੀ ਆ ਸਾਡਾ ਤਾਂ ਸਾਰਾ ਕੁਛ, ਸਾਡੇ ਸਰੋਤੇ ਹੀ। ਜਦੋਂ ਇਲਜ਼ਾਮ ਭੈੜੇ ਭੈੜੇ ਇਲਜ਼ਾਮ ਲੱਗ ਗਏ ਜੀ, ਇਹ ਚੋਰੀਆਂ ਕਰਦੇ ਜੀ, ਇਹ ਠੱਗੀਆਂ ਮਾਰਦੇ ਜੀ, ਉਹ ਲੁੱਟਦੇ ਜੀ, ਇਹ ਲੁੱਟਦੇ ਸੀ, ਪਰ ਸਾਡਾ ਭਰੋਸਾ ਸਾਡੇ ਮਾਲਕ 'ਤੇ ਸੀ ਵੀ ਅਸੀਂ ਸੱਚੇ ਹਾਂ ਅਤੇ ਇੱਕ ਨਾ ਇੱਕ ਦਿਨ ਮਾਲਕ ਆਪੇ ਇਨਸਾਫ ਕਰੂਗਾ। 2 ਮਹੀਨਿਆਂ ਦੇ ਵਿੱਚ ਕਲੀਨ ਚਿੱਟ ਮਿਲੀ ਉਸ ਕੇਸ 'ਚੋਂ, ਡਿਸਮਿਸ ਹੋਇਆ ਪਰਚਾ, ਕੋਈ ਤਰੀਕ ਨਹੀਂ, ਕੁਝ ਨਹੀਂ, ਵੀ ਡਿਸਮਿਸ ਹੋਇਆ ਵੀ ਬੰਦੇ ਅਸੀਂ ਗਲਤ ਪਾ ਬੈਠੇ ਹਾਂ। ਅਤੇ ਮੁਸੀਬਤ ਤਾਂ 2 ਮਹੀਨੇ ਰਹਿਣਾ ਬੱਚਿਆਂ ਤੋਂ ਦੂਰ, ਉਹ ਸਭ ਤੋਂ ਵੱਡੀ ਮੁਸੀਬਤ ਸੀ ਮੇਰੇ ਲਈ ਵੀ ਅਸੀਂ ਇੱਕ ਕਦੇ ਘੰਟਾ ਨਹੀਂ ਇੱਕ ਦੂਜੇ ਤੋਂ ਵੱਖਰੇ ਰਹੇ, ਅਤੇ 2 ਮਹੀਨੇ
ਮੁਸ਼ਕਲ 'ਚ ਰਹਿਣਾ, ਨਰਕ 'ਚ ਰਹਿਣਾ, ਬੜਾ ਔਖਾ ਸਮਾਂ ਸੀਗਾ, ਪਰ ਅੱਜ ਭੁੱਲ ਗਿਆ ਸਭ ਕੁਛ। ਵਾਹਿਗੁਰੂ ਨੇ ਮਿਹਨਤ ਰਹਿਮਤ ਕਰੀ ਹੈ ਅਤੇ ਇਸੇ ਤਰ੍ਹਾਂ ਹਰੇਕ 'ਤੇ ਰੱਖੇ ਦੇ ਹੈਗੇ ਨੇ। ਉਹ ਸਮਾਂ ਤੁਸੀਂ ਕਹਿ ਰਹੇ ਹੋ ਵਾਕਈ ਬੜਾ ਔਖਾ ਸੀ, ਹੈ ਨਾ, ਕਿ ਜਿੱਥੇ ਇੱਕ ਘੰਟਾ ਵੀ ਤੁਸੀਂ ਦੱਸ ਰਹੇ ਹੋ ਕਿ ਅੜ ਨਹੀਂ ਰਹੇ, ਹੈ ਨਾ, 2 ਮਹੀਨੇ, ਉਹ ਟਾਈਮ ਕਿੰਨਾ ਕੁ ਔਖਾ ਸੀਗਾ ਜਦੋਂ ਤੁਸੀਂ ਤੁਹਾਨੂੰ ਅੰਦਰ ਰਹਿਣਾ ਪਿਆ ਜੀ? 22 ਸਾਲ ਮੈਰਿਜ ਨੂੰ ਹੋ ਗਏ ਵੀਰੇ, ਅੱਜ ਤੱਕ ਕਦੇ ਮੇਰੇ ਸਹੁਰਿਆਂ ਦੇ ਪਿੰਡ ਮੇਰੇ ਤੋਂ ਬਿਨਾਂ ਇਕੱਲੀ ਰਾਤ ਨਹੀਂ ਰਹੀ, ਨਾ ਕਦੇ ਮੈਂ ਰਿਹਾ ਕਿਤੇ ਵੀ। ਜਿੱਥੇ ਅਸੀਂ ਰਹਿਣਾ ਇਕੱਠਿਆਂ ਨਹੀਂ ਰਹਿਣਾ, ਇਕੱਠੇ ਜਾਂਦੇ ਇਕੱਠੇ ਆ ਜਾਂਦੇ ਹਾਂ। ਉਹ ਸਮਾਂ ਵੇਖੋ ਕਿੱਡਾ ਮਾੜਾ ਹੋਊਗਾ ਵੀ 2 ਮਹੀਨੇ ਇਹ ਘਰੋਂ ਬੇਘਰ, ਬੱਚਿਆਂ ਦੀ ਪੜ੍ਹਾਈ ਗਈ, ਘਰੋਂ ਪੈਸਾ ਲੱਗੀ ਗਿਆ, ਔਖੇ ਵਕਤ, ਬੁਰੇ ਹਾਲਾਤ। ਜਦੋਂ ਇਹ ਜਾਂਦੇ ਸੀ ਨਾ ਮੇਰੇ ਮੈਨੂੰ ਮਿਲਣ ਵਾਸਤੇ, 3ਜੇ ਦਿਨ ਮੁਲਾਕਾਤ ਕਰਦੇ ਸੀ, ਪੈਰ ਇਹਨਾਂ ਦੇ ਵੇਖਣੇ ਐਡੇ ਐਡੇ ਸੁੱਜੇ ਹੁੰਦੇ ਸੀ ਕਿ ਉਹ 'ਤੇ ਖੜ੍ਹੇ ਰਹਿਣਾ, ਖੜਿਆਂ ਦੇ ਪੈਰ ਸੁੱਜ ਜਾਣੇ, ਮਤਲਬ ਵੇਖ ਕੇ ਮੈਨੂੰ ਰੋਣ ਆਉਣਾ ਵੀ ਯਾਰ ਕਿੱਥੇ ਮੁਸੀਬਤ 'ਚ ਰੱਬਾ ਫਸਾ ਤਾ, ਕਰਿਆ ਨਹੀਂ ਕਰਾਇਆ ਨਹੀਂ ਅਤੇ ਆਹ ਨਜਾਇਜ਼ ਹੀ। ਪਰ ਰੱਬ ਨੇ ਕਿਹਾ ਵੀ ਨਹੀਂ, ਲਿਖੀਆਂ ਸੀ ਇੱਥੋਂ ਦੀਆਂ ਰੋਟੀਆਂ। ਮੇਰਾ ਬੇਟਾ ਬਹੁਤ ਛੋਟਾ ਜਿਹਾ ਸੀ ਉਦੋਂ ਜਦੋਂ ਇਹ ਕੇਸ ਪਿਆ, 2014 ਦੀ ਗੱਲ ਆ, ਅਤੇ 2007 ਦਾ ਮੇਰੇ ਬੇਟੇ ਦਾ ਬਰਥ ਆ, 5-7 ਸਾਲ ਦਾ ਸੀ, ਹੈ ਨਾ ਬੇਟਾ। ਔਰ ਬਸ ਉਦੋਂ ਫਿਰ ਦੁੱਖ ਲੱਗਦਾ ਸੀਗਾ ਬਹੁਤ ਜ਼ਿਆਦਾ ਕਿ ਸੁਬਾਹ ਇੰਨੀ ਜਲਦੀ ਬੇਟੇ ਨੂੰ ਉਠਾਉਣਾ ਅਤੇ ਇੰਨੀ ਸਰਦੀ ਦੇ ਵਿੱਚ ਕਈ ਵਾਰੀ ਠੰਡੇ ਪਾਣੀ ਨਾਲ ਨਹਾਉਣਾ, ਕਈ ਵਾਰੀ ਗਰਮ ਪਾਣੀ ਨਾਲ ਨਹਾਉਣਾ, ਜਾਣਾ ਮੁਲਾਕਾਤ 'ਤੇ ਜਾਣਾ, 3-3, 4-4 ਘੰਟੇ ਬੈਠ ਕੇ ਵੇਟ ਕਰਨੀ ਇਹਨਾਂ ਦੀ। ਸੋ ਬਸ ਠੀਕ ਆ, ਹੁਣ ਬਹੁਤ ਖੁਸ਼ ਹਾਂ ਆਪਣੀ ਲਾਈਫ 'ਚ, ਬਾਬਾ ਜੀ ਨੇ ਸਭ ਕੁਛ ਠੀਕ ਕਰਤਾ। ਬਾਬਾ ਜੀ ਅਸੀਂ ਇਹੀ ਕਹਿੰਦੇ ਕਿ ਤੁਹਾਡੇ 'ਤੇ ਮਿਹਰ ਬਣਾ ਕੇ ਰੱਖੀ। ਜੀ ਜੀ ਜੀ, ਬਾਕੀ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਜੀ ਵੀ ਸੱਚ ਹਮੇਸ਼ਾ ਸੱਚ ਹੁੰਦਾ, ਸੱਚ ਦਾ ਪੱਲਾ ਪਾ ਜਾਂਦਾ। ਅਸੀਂ ਸੱਚੇ ਸੀਗੇ ਅਤੇ ਸੋ ਬਾਬਾ ਜੀ ਨੇ ਸਾਰੇ ਦਿਨ ਉਸ ਤੋਂ ਵਧੀਆ, ਉਸ ਤੋਂ ਬੈਟਰ ਕਰਕੇ ਸਾਨੂੰ ਲੋਕਾਂ ਦੇ ਅੱਗੇ ਖਿਲਾਰਤਾ। ਬਸ ਤੁਸੀਂ ਬੇਟੇ ਬਾਰੇ ਆਫ ਦੀ ਕੈਮਰਾ ਇੱਕ ਗੱਲ ਦੱਸਣ ਦੇ ਸੀ ਕਿ ਉਹਨਾਂ ਦਾ ਬਰਥ ਡੇਟ, ਡੇ, ਟਾਈਮ, ਹੈ ਨਾ? ਜੀ ਜੀ, ਉਹਦਾ ਬਰਥ ਈਅਰ ਵੀ, ਜੀ ਉਹਦਾ ਬਰਥ 2007, 7ਵਾਂ ਮਹੀਨਾ, 7 ਤਰੀਕ, ਸ਼ਾਮ ਨੂੰ 7 ਵਜੇ, 777 777। ਡਾਕਟਰ ਨੇ ਕਹਿਤਾ ਕਿ ਲੱਕੀ, ਜੀ ਹਾਂ, ਲੱਕੀ ਰੱਖਿਆ ਨਾ, ਲੱਕੀ ਨੇ ਜਦੋਂ ਜਨਮ ਲਿਆ, ਹਾਲਾਂਕਿ ਉਦੋਂ ਦੱਸਦੇ ਨਹੀਂ ਬੇਟਾ ਹੈ ਕਿ ਬੇਟੀ ਆ, ਉਹਨਾਂ ਨੇ ਹੁਣ ਜਦੋਂ ਇਹਨੇ ਜਨਮ ਲਿਆ ਉਹਨਾਂ ਨੇ, ਹੋਰ ਉਹ ਸਾਡੇ ਪਰਸਨਲ ਡਾਕਟਰ ਹੈ, ਡਾਕਟਰ ਸੁਚਦੇਵ, ਉਹ ਕਹਿੰਦੇ ਲਓ ਜੀ ਲੱਕੀ ਬੁਆਏ ਜੀ ਵੈਲਕਮ ਕਹਿੰਦੇ। ਹਾਂ, ਫਿਰ ਉਦੋਂ ਮੈਨੂੰ ਪਤਾ ਲੱਗਿਆ ਕਿ ਬੇਟਾ ਹੋਇਆ, ਚਲੋ ਹਾਂ। ਔਰ ਫਿਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਅੱਜ ਦੇ ਦਿਨ ਜਿਹੜਾ ਇਹ ਹੈਗਾ ਦਿਨ, ਲੋਕਾਂ ਨੇ ਜਿਨ੍ਹਾਂ ਨੂੰ ਸੱਤ ਮੰਥ ਸੀ ਉਹਨਾਂ ਨੇ ਵੀ ਡਿਲੀਵਰੀ ਕਰਵਾ ਲਈ ਹੈ, ਔਰ ਤੂੰ ਬਹੁਤ ਲੱਕੀ ਹੈ ਕਿ ਬੇਟੇ ਨੇ ਜਿਹੜਾ ਹੈ ਕਿ ਰੱਬ ਵੱਲੋਂ ਹੀ ਸੀਗਾ ਕਿ, ਹੈ ਨਾ, ਉਸ ਸਟੇਟ ਦੇ ਵਿੱਚ ਹੋਇਆ। ਤੁਹਾਡੇ ਵਿਆਹ ਨੂੰ 22 ਸਾਲ ਹੋ ਗਏ, ਤੁਸੀਂ ਹਾਲ ਹੀ ਦੇ ਵਿੱਚ ਆਪਣੀ ਜਿਹੜੀ ਹੈ ਵਰੇਗੰਢ ਮਨਾਈ ਹੈ, ਉਹਦੇ ਲਈ ਬਹੁਤ ਬਹੁਤ ਮੁਬਾਰਕਾਂ, ਬਹੁਤ ਪਿਆਰੇ ਲੱਗ ਰਹੇ ਸੀ ਤੁਸੀਂ। ਥੈਂਕ ਯੂ, ਰੌਣਕਾਂ ਬਹੁਤ ਲੱਗੀਆਂ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਬਹੁਤ ਸਾਰੇ ਸਿੰਗਰ ਆਏ ਸੀ, ਬਹੁਤ ਭੈਣਾਂ ਆਈਆਂ ਸੀ, ਸਿੰਗਰ ਭਰਾ ਆਏ ਸੀ, ਥੈਂਕ ਯੂ ਸਾਰਿਆਂ ਦਾ। ਉਸ ਦਿਨ ਤੁਹਾਨੂੰ ਇੱਕ ਗਿਫਟ ਵੀ ਮਿਲਿਆ ਸੀਗਾ, ਹੈ ਨਾ ਜੀ? ਉਹਦੇ ਵਰਗਾ ਗਿਫਟ ਤਾਂ ਜ਼ਿੰਦਗੀ 'ਚ ਨਹੀਂ ਕੋਈ ਹੋ ਸਕਦਾ। ਵੱਖਰੀ ਗੱਲਬਾਤ ਹੈ, ਉਹ ਤਾਂ ਕਦੇ ਵੀ ਨਹੀਂ ਸੋਚ ਵੀ ਨਹੀਂ ਸਕਦੇ। ਮੈਂ ਕਹਿੰਦੇ ਜੀ ਮੇਰੀ ਲਾਈਫ ਦਾ ਸਭ ਤੋਂ ਬੈਸਟ ਗਿਫਟ ਸੀਗਾ, ਅੱਜ ਤੱਕ ਮਿਲਿਆ ਨਹੀਂ, ਸ਼ਾਇਦ ਅੱਗੇ ਪਤਾ ਨਹੀਂ ਮਿਲੇ ਕਿ ਨਾ ਮਿਲੇ, ਬਟ ਇਸ ਤੋਂ ਵੱਡਾ ਗਿਫਟ ਹੁਣ ਤੱਕ ਦਾ ਕੋਈ ਨਹੀਂ ਹੈਗਾ। ਬਾਈ ਸਿੱਧੂ ਦੇ ਮੂੰਹ 'ਚੋਂ ਆਪਣਾ ਨਾਮ ਸੁਣਨਾ ਬਹੁਤ ਵੱਡੀ ਗੱਲ ਹੈ ਜੀ, ਸਾਡੇ ਚਿੱਤ 'ਚ ਬਹੁਤ ਵੱਡੀ ਗੱਲ ਹੈ। ਉਹ ਜਦੋਂ ਅਸੀਂ ਸੁਣਿਆ ਨਾ ਕਾਲੀ ਕਾਲੀ ਰੇਂਜ ਵਿੱਚ, ਸਵਾਦ ਆ ਗਿਆ ਸੁਣ ਕੇ ਬਹੁਤ ਵੀਰੇ। ਇੰਨੀ ਦੁਨੀਆ ਨੇ ਮੁਬਾਰਕਾਂ ਦਿੱਤੀਆਂ, ਇੰਨੀ ਦੁਨੀਆ ਨੇ ਵਾਹ ਵਾਹ ਕਿਹਾ ਵੀ ਯਾਰ ਕਿਆ ਬਾਤ ਆ ਬਲਕਾਰ, ਮਜ਼ਾ ਆ ਗਿਆ। ਹੁਣ
ਅੱਗੇ ਹੀ ਪਤਾ ਸੀਗਾ ਸਾਰਿਆਂ ਨੂੰ ਵੀ ਸਾਨੂੰ ਤਾਂ ਕਹਿੰਦੇ ਸਿੱਧੂ ਦੀ ਜੋੜੀ ਹੈ ਵੀ ਪਹਿਲਾਂ ਹੀ ਪਤਾ ਸੀ ਵੀ ਤੁਹਾਡਾ ਪਿਆਰ ਹੈ, ਪਰ ਹੁਣ ਹੋਰ ਪੱਕਾ ਹੋ ਗਿਆ ਕੰਮ ਵੀ ਸੱਚੀ ਹੀ ਪਿਆਰ ਸੀ ਇਹਨਾਂ ਦਾ। ਸਾਨੂੰ ਉਸ ਪਰਿਵਾਰ ਨੇ ਦਿਖਾਵੇ ਦਾ ਪਿਆਰ ਨਹੀਂ ਕੀਤਾ, ਅੱਜ ਵੀ ਬੇਬੇ ਬਾਪੂ ਸਾਨੂੰ ਬਹੁਤ ਪਿਆਰ ਕਰਦੇ ਆ, ਅਸੀਂ ਵੀ ਬਹੁਤ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਹਾਂਗੇ। ਹਾਂਜੀ ਜੀ, ਹੁੰਦੀ ਰਹਿੰਦੀ ਹੈ। ਔਰ ਮੈਂ ਦੱਸਦਿਆਂ ਕਿ ਇਹ ਜਿਹੜਾ ਸਰਪ੍ਰਾਈਜ਼ ਮਿਲਿਆ ਮੈਨੂੰ ਮੇਰੀ ਮੈਰਿਜ ਐਨਵਰਸਰੀ 'ਤੇ, ਸਭ ਤੋਂ ਪਹਿਲਾਂ ਮੈਨੂੰ ਬਾਪੂ ਜੀ ਨੇ ਫੋਨ ਕਰਕੇ ਦੱਸਿਆ। ਹਾਂਜੀ, ਅਤੇ ਮੈਨੂੰ ਫੋਨ ਕਰਕੇ ਕਹਿੰਦੇ, ਮੈਂ ਕਿਹਾ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਬਾਈ? ਠੀਕ ਹੈ ਛੋਟਾ ਸਿੱਧੂ? ਹਾਂਜੀ ਠੀਕ ਹੈ। ਮੰਮਾ ਸਭ ਠੀਕ ਹੈ? ਕਹਿੰਦੇ ਤੇਰੇ ਲਈ ਬਹੁਤ ਵੱਡੀ ਖੁਸ਼ਖਬਰੀ ਆ। ਮੈਂ ਕਿਹਾ ਹਾਂਜੀ ਦੱਸੋ। ਅਤੇ ਕਹਿੰਦੇ ਅੱਜ ਤੇਰੀ ਮੈਰਿਜ ਐਨਵਰਸਰੀ ਹੈ। ਮੈਂ ਕਿਹਾ ਵੀ ਤੁਸੀਂ ਆ ਰਹੇ ਹੋ? ਕਹਿੰਦੇ ਵੀ ਚਲੋ ਠੀਕ ਆ, ਪਰ ਤੇਰੇ ਬਾਈ ਨੇ ਤੁਹਾਡਾ ਨਾਮ ਬੋਲਿਆ ਕਹਿੰਦੇ। ਮੈਂ ਕਿਹਾ ਸੱਚੀ? ਕਹਿੰਦੇ ਹਾਂ। ਮੈਂ ਤਾਂ ਉਹਦੇ ਨੱਚਣ ਲੱਗ ਗਈ, ਹਾਂ ਇਹ ਬਾਊ ਜੀ ਬਾਈ ਨੇ ਨਾਮ ਬੋਲਿਆ। ਕਹਿੰਦੇ ਕਿੰਨੇ ਵਜੇ ਕੇਕ ਕੱਟਣਾ? ਮੈਂ ਕਿਹਾ 7 ਵਜੇ। ਕਹਿੰਦੇ ਲੋ 5 ਵਜੇ ਗਿਫਟ ਮਿਲੂਗਾ ਤੁਹਾਨੂੰ। ਅਤੇ ਤੁਹਾਨੂੰ ਪਹਿਲਾਂ ਹੀ ਭੇਜਤਾ ਸੀ ਗੀਤ? ਹਾਂਜੀ ਹਾਂਜੀ। ਔਰ ਸੱਚੀ ਬਹੁਤ ਖੁਸ਼ੀ ਹੋਈ ਸੁਣ ਕੇ, ਜਦੋਂ ਅਸੀਂ ਸੁਣਿਆ ਇੱਕ ਵਾਰੀ ਧਰਤੀ ਦੇ ਪੈਰ ਨਹੀਂ ਲੱਗੇ। ਬਹੁਤ ਜ਼ਿਆਦਾ ਦੁੱਖ ਵੀ ਹੋਇਆ ਅਤੇ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਹੋਈ ਯਾਰ, ਇੰਨਾ ਪਿਆਰ ਕੌਣ ਕਿਸੇ ਨੂੰ ਕਰਦਾ ਅੱਜ ਕੱਲ੍ਹ, ਹੈ ਨਾ? ਉਹਨੂੰ ਕੀ ਜ਼ਰੂਰਤ ਸੀ? ਸਾਡੇ ਵਰਗੇ ਨਿਮਾਣਿਆਂ ਜਿਹਾਂ ਦੀ ਨਾਮ ਲੈਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀ, ਜਿੱਥੇ ਉਹ ਸੀ ਜਿਸ ਮੁਕਾਮ ਤੇ। ਫੈਨ ਸੀਗਾ ਬਟ ਪਤਾ ਨਹੀਂ ਹੈ, ਫੈਨ ਸੀਗਾ ਸਾਨੂੰ ਤੇ ਅਸੀਂ ਭਾਗਾਂ ਵਾਲੇ ਆ ਵੀ ਇਸ ਜੋੜੀ ਦਾ ਫੈਨ ਸੀ। ਔਰ ਅਸੀਂ ਰੋਏ ਵੀ, ਅਸੀਂ ਹੱਸੇ ਵੀ, ਸ਼ੁਕਰੀਆ ਦਾ ਵੀ ਕੀਤਾ ਅੱਜ ਵੀ ਕਿ ਬਾਬਾ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਛੋਟੇ ਸਿੱਧੂ ਨੂੰ ਵਾਪਸ ਭੇਜਤਾ, ਲੱਖ ਲੱਖ ਧੰਨਵਾਦ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਸੱਚੀ। ਸਿੱਧੂ ਨੂੰ ਪਰਖ ਸੀ, ਪਰਖ ਸੀ, ਪਰਖ ਉਹਨੂੰ ਵੈਲਿਊ ਸੀ ਸਭ ਤੋਂ ਵੱਡੀ। ਇਹੀ ਅਰਦਾਸ ਆ ਸਵੇਰ ਉੱਠਣ ਸਾਰ ਦੇ, ਰਾਤ ਨੂੰ ਸੌਣ ਵੇਲੇ ਵੀ, ਬੇਬੇ ਬਾਪੂ ਦੀ ਲੰਮੀ ਉਮਰ ਉਹ ਸ਼ੁਭਦੀਪ ਜਿਹੜਾ ਆਇਆ ਸਾਡਾ ਛੋਟਾ ਨਿੱਕਾ ਜਿਹਾ, ਉਹਨਾਂ ਤਿੰਨਾਂ ਨੂੰ ਬਾਬਾ ਹਮੇਸ਼ਾ ਉਹਨਾਂ ਦੀ ਬੜੀ ਲੰਮੀ ਉਮਰ ਕਰੇ ਰੱਬ। ਤੇ ਉਸ ਹਵੇਲੀ ਦੇ ਵਿੱਚ ਖੁਸ਼ੀਆਂ ਵਾਪਸ ਮੁੜੀਆਂ ਨੇ, ਬਰਕਰਾਰ ਰਹਿਣ। ਤੁਸੀਂ ਗਏ ਮਿਲਣ ਛੋਟੇ? ਹਾਂਜੀ ਸਿੱਧੂ ਨੂੰ ਉਦੋਂ ਹੀ ਚਲੇ ਗਏ ਸੀ, ਮੈਂ ਤਾਂ ਜਿੱਦੇ ਚਲੇ ਗਏ ਸੀ ਸਾਡਾ ਸ਼ੋਅ ਸੀਗਾ, ਫਿਰ ਵੀ ਮੈਂ ਖਤਮ ਕਰਕੇ ਬਸ ਸਿੱਧੇ ਹਸਪੀਟਲ। ਤੁਹਾਡੇ ਤੋਂ ਵੇਟ ਵੀ ਤੁਸੀਂ ਦੱਸ ਰਹੇ ਸੀ, ਵੇਟ ਨਹੀਂ ਲਾਣਾ ਸ਼ੁਰੂ ਹੋ ਰਹੀ ਸੀ। ਮੇਰਾ ਟਾਈਮ ਹੋਵੇ ਤਾਂ ਉਹਦਾ ਭੱਜ ਗਏ, ਤਾਂ ਉਹਦਾ ਭੱਜ ਗਏ। ਅੱਜ ਅਨਸਾਰ ਹਸਪੀਟਲ 'ਚ ਸਿੱਧੇ ਵੇਲੇ ਬਾਪੂ ਜੀ ਬੈਠੇ ਸੀਗੇ, ਉਹਨਾਂ ਨੇ ਸਾਨੂੰ ਗੱਲ ਨੂੰ ਲਾਇਆ, ਮਾਨ ਸਾਡਾ ਵੀ ਮਾਨ ਕਰਿਆ ਉਹਨਾਂ ਦਾ ਵੀ, ਔਰ ਬਹੁਤ ਖੁਸ਼ ਵੀ ਹੋਏ। ਮੈਂ ਕਿਹਾ ਵੀ ਲਓ ਡੈਡੀ ਜੀ ਆਪਣਾ ਬਾਈ ਵਾਪਸ ਆ ਗਿਆ, ਸਾਨੂੰ ਬਹੁਤ ਖੁਸ਼ੀ ਹੋਈ। ਬਹੁਤ ਚਿਰ ਬਾਅਦ ਹਵੇਲੀ 'ਚ ਖੁਸ਼ੀਆਂ ਆਈਆਂ ਵਾ, ਬਹੁਤ। ਔਰ ਹੈ ਇਹ ਖੁਸ਼ੀਆਂ ਹਮੇਸ਼ਾ ਬਰਕਰਾਰ ਰਹਿਣ, ਬਰਕਰਾਰ ਰਹਿਣ। ਨੱਚ ਰਹੇ ਸੀ, ਮੰਤ ਨੱਚ ਰਹੇ ਸੀ, ਗਾ ਰਹੇ ਸੀ ਲੋਕ ਢੋਲ ਵਜਾ ਕੇ, ਬੜੇ ਲੋਕਾਂ ਨੇ ਪੂਰੇ ਸਿੱਧੂ ਪਿੰਡ 'ਚ ਸਾਰਿਆਂ ਨੇ ਸਰੀ ਬੰਨੇ ਆ, ਬਹੁਤ ਖੁਸ਼ੀ ਹੋਈ ਆ ਬਹੁਤ ਜ਼ਿਆਦਾ। ਇਸ ਖੁਸ਼ੀ ਤੋਂ ਪਹਿਲਾਂ ਜਦੋਂ ਤੁਸੀਂ ਉਹਨਾਂ ਦੀ ਹਵੇਲੀ ਜਾਂਦੇ ਹੁੰਦੇ ਸੀਗੇ, ਹੈ ਨਾ, ਉਸ ਵੇਲੇ ਉਹ ਖਾਲੀਪਨ ਦੀ ਕੀ ਗੱਲ ਕਰਦੇ ਹੋ ਤੁਸੀਂ? ਐਵੇਂ ਲੱਗਦਾ ਸੀ ਕਿ ਇੱਥੇ ਕੋਈ ਹੈ ਹੀ ਨਹੀਂ, ਹਾਲਾਂਕਿ ਉੱਥੇ ਕਾਫੀ ਸਾਰੇ ਮੁਲਾਜ਼ਮ ਹੁੰਦੇ ਆ, ਲੇਡੀਜ਼ ਵੀ ਹੁੰਦੀਆਂ ਕੰਮ ਕਰਨ ਵਾਲੀਆਂ, ਬੇਬੇ ਬਾਪੂ ਕੋਲ 20-25 ਜਣੇ ਆਏ ਬੈਠੇ ਹੀ ਰਹਿੰਦੇ ਆ, ਬਟ ਇੱਦਾਂ ਸਰਨਾਟਾ ਛਾਇਆ ਰਹਿੰਦਾ ਸੀ, ਮਤਲਬ ਦੀ ਗੱਲ ਕਰਦੇ ਸੀ ਸਾਰੇ। ਇਕੱਲੇ ਨਹੀਂ ਭਾਗ ਸੀ ਵੀਰੇ, ਇਕੱਲਾ ਹੀ ਆਉਂਦਾ ਸੀ ਨਾ ਅੰਦਰੋਂ ਨਿਕਲਦਾ, ਇਹ ਲੱਗਿਆ ਮੇਲਾ ਤੁਰਿਆ ਆਉਂਦਾ। ਜਦੋਂ ਬਾਈ ਸੀ ਉਦੋਂ ਹਾਲੇ ਹਵੇਲੀ ਬਣੀ ਜਾਂਦੀ ਸੀਗੀ, ਜਦੋਂ ਅਸੀਂ ਪਹਿਲੀ ਵਾਰ ਹਵੇਲੀ 'ਚ ਗਏ ਹਾਂ ਬਾਈ ਨੂੰ, ਔਰ ਬਾਈ ਨੇ ਚਿੱਟਾ ਕੁੜਤਾ ਪਜਾਮਾ ਪਾਇਆ, ਬਹੁਤ ਸੋਹਣਾ ਲੱਗ ਰਿਹਾ ਸੀਗਾ, ਅਤੇ ਇੱਦਾਂ ਖੜ੍ਹੇ ਸੀ, ਗੁਲਾਬੀ ਪੱਗ ਬੰਨ੍ਹੀ। ਅਸੀਂ ਹਲ ਜਾ ਕੇ ਉਤਰੇ, ਹਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਭੈਣ ਮਿਲ ਗਏ, ਐਂ ਕਰੋ ਭੈਣ ਨੂੰ ਮੰਮੀ ਕੋਲ ਛੱਡ ਆਓ, ਪੁਰਾਣੇ ਚੱਲੋ, ਕਹਿੰਦਾ ਘਰੇ ਬੀਬੀ ਕੋਲ ਚੱਲੋ, ਆਪਾਂ ਆਉਂਦੇ ਹਾਂ, ਕਹਿੰਦੇ ਬਾਈ ਤੁਸੀਂ ਐਂ ਕਰੋ ਭੈਣ ਨੂੰ ਉੱਥੇ ਛੱਡ ਕੇ ਆਓ। ਅਲੱਗ ਸੋਚ ਸੀ ਉਹਦਾ ਸੀਗਾ, ਅਤੇ ਸਾਰਿਆਂ 'ਚ ਨਿਕਲ ਕੇ ਮਿਲ ਕੇ ਸਾਨੂੰ, ਮੈਨੂੰ ਗੱਪੀ ਪਾ ਕੇ ਮਿਲ ਕੇ, ਅਤੇ ਬਾਈ ਤੁਸੀਂ ਐਂ ਕਰੋ ਭੈਣ ਨੂੰ ਨਾ ਮੰਮੀ ਕੋਲ ਛੱਡਿਓ, ਅਤੇ ਜੇ ਤੁਸੀਂ ਵੀ ਉੱਥੇ ਬੈਠੇ ਹੋ, ਮੈਂ 2 ਮਿੰਟਾਂ 'ਚ ਆ ਗਿਆ। ਔਰ ਫਿਰ ਆ ਵੀ ਗਏ, 10-15 ਮਿੰਟਾਂ 'ਚ ਹੀ ਆ ਗਏ, 2-3 ਘੰਟੇ ਗੱਲਾਂ ਕੀਤੀਆਂ ਸਾਨੂੰ, ਜਿਹੜੇ ਉਹਨਾਂ ਦੇ ਸੌਂਗ ਆਏ ਵੀ ਨਹੀਂ ਸੀ ਉਹ ਵੀ ਸੁਣਾਏ,
ਜਦੋਂ ਖਬਰ ਜਾਊਗਾ ਤੇਰਾ ਨਾਂ ਹਵੇਲੀ ਹੁੰਦੀ ਰੰਗ ਮਿੱਤਰ ਸਾਰੇ ਗਾਣੇ ਪਹਿਲਾਂ ਸਾਡੇ ਤੋਂ ਵੀ ਸੁਣੇ ਆਪ ਵੀ ਸੁਣਾਏ ਉਦੋਂ ਗਲਾ ਠੀਕ ਹੋ ਗਿਆ ਸੀ ਵੀਰ ਨਹੀਂ ਗਲਾ ਬਾਅਦ 'ਚ ਖਰਾਬ ਹੋਇਆ ਮੈਨੂੰ ਕਹਿਣ ਕਿ ਭੈਣੇ ਸਿੱਧੂ ਕਹਿੰਦਾ ਸੀ ਜਿਹੜਾ ਗਾਣਾ ਮੈਂ ਤੁਹਾਨੂੰ ਦੱਸ ਰਹੀ ਸੀ ਹਸਲਰ ਕਿ ਮੈਂ ਉਹਦੀ ਆਵਾਜ਼ ਨੂੰ ਉਹਨੂੰ ਕਹਿਣਾ ਕਿ ਰਿਕਾਰਡ ਕਰਕੇ ਭੇਜ ਤੇ ਮੈਂ ਕਿਹਾ ਉਹ ਮੇਰੇ ਲਈ ਮਾਣ ਵਾਲੀ ਗੱਲ ਹੈ ਵੀਰੇ ਬਹੁਤ ਇੱਕ ਨਾਲ ਉਹਨਾਂ ਨੂੰ ਉਹ ਜਾਣਦੇ ਸੀ ਦੋਸਤੀ ਕਿਵੇਂ ਨਿਭਾਣੀ ਦੋਸਤੀ ਦੂਜੀ ਉਹਨਾਂ ਨੂੰ ਪਰਖ ਸੀ ਉਹਨਾਂ ਨੂੰ ਉਹ ਬੰਦੇ ਨੂੰ ਬਹੁਤ ਪਰਖ ਸੀ ਵੀ ਇਹ ਇਨਸਾਨ ਕੀ ਕਰ ਸਕਦਾ ਬਹੁਤ ਆਵਾਜ਼ਾਂ ਅਸੀਂ ਸੁਣਦੇ ਹਾਂ ਨਾ ਆਲੇ ਦੁਆਲੇ ਪਰ ਉਹਦੀ ਆਵਾਜ਼ ਮਿਸ ਕਰਦੇ ਹਾਂ ਉਹਦੀ ਆਵਾਜ਼ ਉਹਦਾ ਅੰਦਾਜ਼ ਹੈ ਨਾ ਉਹਦਾ ਉਹਦੀ ਗੱਲ ਕਰਨ ਦਾ ਦੁਨੀਆ ਤੋਂ ਮੈਂ ਕਹਿ ਨਹੀਂ ਕਹਿੰਦੀ ਵੀ ਕੋਈ ਮਾੜਾ ਸਾਰੇ ਵਧੀਆ ਨੇ ਪਰ ਅਲੱਗ ਸੀ ਉਹ ਬੰਦਾ ਦੁਨੀਆ ਤੋਂ ਅਲੱਗ ਸੀ ਉਹਨਾਂ ਦੀ ਆਦਤ ਸੀ ਕਦੀ ਕਦੀ ਵੌਇਸ ਨੋਟ ਵੀ ਆਪਣੀ ਗੱਲ ਕਈ ਵਾਰ ਨਹੀਂ ਟਾਈਪ ਕਰਨੀ ਵੌਇਸ ਨੋਟ ਸਿੱਧੇ ਭੇਜ ਦੇਣੇ ਤੁਹਾਡੇ ਕੋਲ ਵੀ ਹੋਣਗੇ ਤੁਸੀਂ ਸੁਣਦੇ ਹੋ ਵੌਇਸ ਨੋਟ ਹਾਂਜੀ ਹਾਂਜੀ ਬਿਲਕੁਲ ਵੀਡੀਓ ਹੈ ਬਾਈ ਦੀ ਲਾਸਟ ਮੁਲਾਕਾਤ ਦੀ ਵੀਡੀਓ ਹੈਗੀ ਉਹਦੇ 'ਚ ਬੋਲੀ ਜਾਂਦੇ ਨੇ ਮਜ਼ਾਕ ਕਰੀ ਜਾਂਦੇ ਨੇ ਮੈਂ ਪੁੱਛਿਆ ਮੈਂ ਸਿੱਧੂ ਵੀਰੇ ਮੈਂ ਕਿਹਾ ਮੈਨੂੰ ਕੈਨੇਡਾ ਤੋਂ ਫੋਨ ਆ ਰਿਹਾ ਸ਼ੋਅ ਦਾ ਅਤੇ ਪਟਾਕ ਦੇਣੇ ਕਹਿੰਦੇ ਭਾਅ ਜੀ ਲੀਰ ਨਾਲ ਨਹੀਂ ਜਾਣਾ ਕਿਸੇ ਨਾਲ ਕਿਸੇ ਮਾੜੇ ਬੰਦੇ ਨਾਲ ਨਹੀਂ ਜਾਣਾ ਮੈਨੂੰ ਜ਼ਰੂਰ ਮੇਰੀ ਗੱਲ ਕਰਾ ਦਿਓ ਜਿਹੜਾ ਵੀ ਬੰਦਾ ਨਾ ਮੇਰੀ ਗੱਲ ਕਰਾ ਦਿਓ ਬੰਦੇ ਬਹੁਤ ਵਧੀਆ ਇਨਸਾਨ ਬੈਠੇ ਆ ਪਰ ਮੇਰੇ ਖਾਸ ਬਹੁਤ ਬੈਠੇ ਆ ਅਤੇ ਤੁਹਾਨੂੰ ਮੈਂ ਦੱਸ ਦੂੰਗਾ ਵੀ ਇਹ ਬੰਦੇ ਨਾਲ ਜਾਣਾ ਕਿ ਨਹੀਂ ਜਾਣਾ ਇੰਨਾ ਕੌਣ ਕਰਦਾ ਹਮੇਸ਼ਾ ਸਾਨੂੰ ਕੁਝ ਨਾ ਕੁਝ ਸਮਝਾਉਂਦੇ ਰਹਿਣਾ ਹਮੇਸ਼ਾ ਚੰਗਾ ਹੀ ਦੱਸ ਵੀ ਜੋ ਤੁਸੀਂ ਬਾਹਰ ਜਾਣਾ ਬਾਈ ਪ੍ਰਮੋਟਰ ਨਾਲ ਪਹਿਲਾਂ ਮੇਰੀ ਗੱਲ ਕਰਵਾਇਓ ਅੱਛਾ ਵਾਹਿਗੁਰੂ ਇਸ ਗੱਲ ਦਾ ਗਵਾਹ ਹੈ ਨਾ ਲੋਕ ਪਤਾ ਨਹੀਂ ਅੱਜ ਸ਼ਾਇਦ ਕੋਈ ਦੇਖ ਕੇ ਕਹੂਗਾ ਕਮੈਂਟਾਂ 'ਚ ਕਿ ਲਓ ਵੀ ਬਟ ਨਹੀਂ ਇਹ ਬਿਲਕੁਲ ਸੱਚ ਹੈ ਪਰਮਾਤਮਾ ਦੀ ਕਸਮ ਫਿਰ ਉਹਨਾਂ ਨੇ ਕਿਹਾ ਵੀ ਬਾਈ ਤੁਸੀਂ ਆਪਣੀ ਪੂਰੀ ਕੇਅਰ ਕਰਿਆ ਕਰੋ ਪਲੀਜ਼ ਇੱਦਾਂ ਇਹ ਵੈਪਨ ਵਗੈਰਾ ਕੁਛ ਵੀ ਕਰੇ ਪੁੱਛਦਾ ਹੀ ਸੀ ਜਦੋਂ ਜਾਣਾ ਬਾਈ ਅਸਲਾ ਕੀ ਰੱਖਿਆ ਹੋਇਆ ਸੀ ਰੱਖਿਆ ਸਿੰਪ ਆਪਦਾ ਅਲਰਟ ਰਹਿਣਾ ਉਹ ਮੈਂ ਕਿਹਾ ਦੂਜਿਆਂ ਨੂੰ ਮੱਤਾ ਦਿੰਦਾ ਸੀ ਇੰਨੀਆਂ ਸਾਡੇ ਵਰਗਿਆਂ ਦਾ ਖਿਆਲ ਰੱਖਦਾ ਸੀ ਉਹਨੂੰ ਭਣਕ ਸੀ ਉਹਨੂੰ ਭਣਕ ਸੀ ਹੈ ਨਾ ਕਿ ਉਹਨੂੰ ਇਹ ਗੱਲਾਂ ਖੜਕਦੀਆਂ ਸੀ ਕਦੀ ਇਦਾਂ ਹੋਇਆ ਕਿ ਸੁਪਨੇ ਦੇ ਵਿੱਚ ਆਇਆ ਹੋਵੇ ਬਹੁਤ ਵਾਰੀ ਵੀਰੇ ਬਹੁਤ ਵਾਰੀ ਮੈਨੂੰ ਤੇ ਜਦੋਂ ਵੀ ਮਿਲਦਾ ਨਾ ਖਾਣ ਨੂੰ ਦੇ ਕੇ ਜਾਂਦਾ ਕੁਛ ਅੱਛਾ ਹਾਂ ਖਾਣ ਵਾਸਤੇ ਬਹੁਤ ਉਹ ਚੀਜ਼ ਵੀ ਨਿਵੇਕਲੀ ਹੁੰਦੀ ਹੈ ਵੇਖ ਲਓ ਕਹਿੰਦੇ ਜਦੋਂ ਇਦਾਂ ਹੁੰਦਾ ਤੇ ਉਸ ਬੰਦੇ ਦਾ ਧਿਆਨ ਵੀ ਤੁਹਾਡੇ ਤੇ ਇੱਕ ਦਿਨ ਮੈਂ ਯਾਨੀ ਕਿ ਖੁੰਝਿਆ ਫਿਰਦਾ ਰੋਲਿਆ ਫਿਰਦਾ ਮੇਲਾ ਲੱਗਿਆ ਹੋਇਆ ਬੜਾ ਵੱਡਾ ਇਹਨਾਂ ਨੂੰ ਲੱਭਦਾ ਫਿਰਦਾ ਅੱਛਾ ਤੇ ਉਹ ਰੇਤਾ ਜੀ ਦੇ ਟਿੱਬੇ ਜੇ ਆ ਮਗਰੋਂ ਆਇਆ ਨਾਭੀ ਪੱਗ ਬੰਨੀ ਆ ਕੁੜਤਾ ਪਜਾਮਾ ਪਾਇਆ ਅਤੇ ਮੇਰੇ ਮੋਢੇ ਤੇ ਤਰਾ ਕੇ ਬਾਈ ਕਿਵੇਂ ਆ ਮੈਂ ਕਿਹਾ ਠੀਕ ਹੈ ਸਿੱਧੂ ਮੈਂ ਕਿਹਾ ਤੂੰ ਕਿਵੇਂ ਤੁਸੀਂ ਕਹਿੰਦਾ ਭੈਣ ਅਰਗੇ ਨੂੰ ਲੱਭਦੇ ਹੋ ਮੈਂ ਕਿਹਾ ਹਾਂਜੀ ਅਤੇ ਮੇਰੀ ਬਾਂਹ ਫੜ ਕੇ ਲੈ ਗਿਆ ਉਹ ਗਾਂ ਪੀਰਾਂ ਦੇ ਦਰਬਾਰ 'ਤੇ ਬੈਠੇ ਆਏ ਕਹਿੰਦਾ ਉਹ ਬੈਠੇ ਅਤੇ ਮੈਂ ਕਿਹਾ ਆ ਜਾ ਤੁਸੀਂ ਕਹਿੰਦੇ ਨਹੀਂ ਮੈਂ ਘਰੇ ਜਾਣਾ ਅਤੇ ਮੈਂ ਨਾ ਬਾਬਾ ਦੇਰਦਾ ਆ ਅਤੇ ਮੈਂ ਵਾਪਸ ਘਰ ਜਾਣਾ ਤੁਸੀਂ ਉਹ ਬੈਠੇ ਭੈਣ ਨੂੰ ਮਿਲ ਸੱਚੀ ਮੁੱਚੀ ਵੀਰੇ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਇਹਨਾਂ ਨੂੰ ਹੋਰ ਵੀ ਨਾ ਉਹਨਾਂ ਦੇ ਰਿਲੇਟਿਵ ਜਿੱਦਾਂ ਅਸੀਂ ਹਵੇਲੀ 'ਚ ਜਾਂਦੇ ਹਾਂ ਮੈਨੂੰ 2-3 ਲੇਡੀਜ਼ ਨਾਲ ਮੇਰੀ ਗੱਲ ਹੋਈ ਆ ਮੰਮੀ ਨੂੰ ਵੀ ਮੰਮਾ ਨੂੰ ਵੀ ਪਤਾ ਇਸ ਗੱਲ ਦਾ ਕਈ ਵਾਰੀ ਕਿਸੇ ਨੂੰ ਗੁਰਦੁਆਰੇ 'ਚ ਬੈਠਾ ਮਿਲਦਾ ਕਿਸੇ ਨੂੰ ਸ਼ੂਜ਼ ਬੰਨਦਾ ਮਿਲਦਾ ਔਰ ਹਰ ਇੱਕ ਨੂੰ ਇਹ ਗੱਲ ਕਹਿੰਦਾ ਸੀ ਛੋਟੇ ਸਿੱਧੂ ਤੋਂ ਪਹਿਲਾਂ ਦੀ ਗੱਲ ਹੈ ਇਹ ਛੋਟੇ ਸਿੱਧੂ ਦੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਅਤੇ ਅਸੀਂ ਘਰ ਹੀ ਗਏ ਹੈ ਨਾ
ਤੇ ਉਹ ਕਹਿੰਦੇ ਵੀ ਹਾਂ ਮੈਂ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਬਾਈ ਸੁਪਨੇ 'ਚ ਮਿਲੇ ਇੱਦਾਂ। ਉਹ ਕਹਿੰਦੇ ਵੀ ਹਾਂ ਸਾਨੂੰ ਮਿਲਦਾ, ਬਟ ਇੱਕ ਹੀ ਕਹਿੰਦਾ ਵੀ ਹੁਣ ਬਹੁਤ ਟਾਈਮ ਹੋ ਗਿਆ ਵੀ ਮੈਂ ਘਰੇ ਜਾਣਾ। ਉਹ ਇੱਕ ਇੰਡੀਕੇਸ਼ਨ ਦੇਣ ਦਿਆ ਸੀ ਕਿ ਮੈਂ ਆ ਰਿਹਾ ਵਾਪਸ, ਔਰ ਵਾਕਈ ਉਹ ਛੋਟਾ ਸਿੱਧੂ ਜਿਹੜਾ ਉਹੀ ਆ, ਉਹ ਮੈਨੂੰ ਤਾਂ ਪੂਰਾ ਯਕੀਨ ਆ ਉਹੀ ਆ, ਉਹੀ ਫੇਸ ਉਹੀ ਸਮਾਈਲ ਉਹਦੀ। ਮੈਂ ਤੁਹਾਨੂੰ ਵੇਖ ਕੇ ਬਹੁਤ ਰੋਈ। ਅੱਛਾ ਕੀਮਤੀ ਸੀ ਸ਼ਾਇਦ, ਅਸੀਂ ਇਹ ਦੁੱਖ ਬਹੁਤ ਦੇਖੇ ਨੇ ਸ਼ਾਇਦ, ਤਾਂ ਮੇਰੇ ਬੇਟੇ ਨਾਲ ਬਹੁਤ ਅਟੈਚਮੈਂਟ ਸੀ ਮੇਰੀ। ਮੇਰਾ ਬੇਟਾ ਐਕਸਪਾਇਰ ਹੋ ਗਿਆ ਸੀ, ਸਾਢੇ ਕੁ ਤਿੰਨ ਚਾਰ ਸਾਲ ਦਾ ਸੀਗਾ, ਇਸ ਤੋਂ ਵੱਡਾ ਸੀ। ਜਿਨ੍ਹਾਂ ਦਾ ਏਡਾ ਸ਼ੇਰ ਚਲੇ ਗਿਆ, ਵੇਖਦੇ ਸੀ ਨਾ, ਏਡਾ ਉੱਚਾ ਲੰਬਾ ਸੀਗਾ ਉਹ, ਏਡਾ ਸੋਹਣਾ, ਉਹ ਵੀ ਏਦਾਂ ਦਾ ਯਾਰ ਜਿਹਦੇ ਵਰਗਾ ਕੋਈ ਹੈ ਹੀ ਨੀਗਾ ਹੋਰ ਦੁਨੀਆਂ 'ਚ। ਇੰਨੀ ਇੱਜ਼ਤ ਦਿੰਦਾ ਮਾਂ ਪਿਓ ਨੂੰ, ਔਰ ਇੰਨਾ ਫੇਮ, ਇੰਨੀ ਇੱਜ਼ਤ, ਇੰਨੀ ਰਿਸਪੈਕਟ, ਔਰ ਇੰਨਾ ਸਾਊ ਵੀ ਅੱਜ ਤੱਕ ਮੰਮੀ ਹੈ ਨਾ, ਵੀ ਅੱਜ ਤੱਕ ਮਾਂ ਤੇ ਪਿਓ ਦਾ ਤੇ ਰਿਸ਼ਤਾ ਹੀ ਐਸਾ ਹੈ, ਭਾਵੇਂ ਪੁੱਤ ਫਕੀਰ ਹੋਵੇ ਤੇ ਚਾਹੇ ਉਹ ਨਸ਼ਾ ਕਰਕੇ ਵੀ ਕਿਸੇ ਦੀ ਡੈਥ ਹੁੰਦੀ ਹੈ ਨਾ, ਟੀਕਾ ਲਾ ਕੇ ਮਰਦੇ, ਫਿਰ ਵੀ ਮਾਂ ਦਾ ਕਾਲਜਾ ਤੇ ਮਾਂ ਦਾ ਹੀ। ਔਰ ਮੰਮਾ ਦੱਸਦੇ ਸੀ ਵੀ ਅੱਜ ਤੱਕ ਮਨਜਿੰਦਰ ਦਾ ਸਕੂਲ 'ਚੋਂ ਵੀ ਲਾਂਭਾ ਨਹੀਂ ਆਇਆ ਵੀ ਬੱਚਾ ਪੜ੍ਹਦਾ ਨਹੀਂ ਜਾਏ, ਚੌੜ ਕਰਦਾ ਜਾਂ ਕੁਛ। ਸਾਰੀਆਂ ਟੀਚਰਸ ਇਹ ਵੀ ਚੀਜ਼ ਵੇਖੋ ਕਿ ਜਿੱਥੇ ਏਡਾ ਵੱਡਾ ਉਹ ਨਾਂ ਸੀ ਹੈ ਨਾ, ਉਹ ਆਪਣੇ ਮਾਂ ਬਾਪ ਨੂੰ ਹਰ ਥਾਂ ਤੇ ਲੈ ਕੇ ਜਾਂਦਾ, ਚਾਹੇ ਫਿਲਮ ਦੀ ਸ਼ੂਟ ਹੈ ਚਾਹੇ ਕਿਤੇ ਗਾਣੇ ਦਾ। ਮੈਂ ਕਿਹਾ ਜੀ ਸਿੱਧੂ ਹੀ ਇੱਕ ਏਦਾਂ ਦਾ ਸਿੰਗਰ ਆ ਜਿਹਦੇ ਮੇਰੇ ਡੌਗੀ ਦੀ ਵੀ ਪਹਿਚਾਣ ਆ, ਸ਼ੇਰੇ ਬਘੇੜੇ ਨੂੰ ਵੀ ਲੋਕ ਜਾਣਦੇ ਨੇ ਵੀ ਉਹਦੇ ਕੁੱਤੇ ਨੇ, ਤੇ ਬੇਬੇ ਬਾਪੂ ਨੂੰ ਤਾਂ ਪੂਰੀ ਦੁਨੀਆਂ ਜਾਣਦੀ ਹੈ। ਅਸਲ 'ਚ ਸੱਚਾਈ ਹੈ ਹਰੇਕ ਥਾਂ 'ਤੇ, ਉਹ ਸਿਖਾ ਗਿਆ ਸਿੱਧੂ ਤਾਂ ਕਰ ਗਿਆ ਹੈ ਨਾ ਬੇਬੇ ਬਾਪੂ ਦੀ ਇੱਜ਼ਤ। ਅੱਜ ਕੱਲ੍ਹ ਬੜੇ ਨੌਜਵਾਨ ਨੇ ਵੀਰ ਮੇਰਿਆ, ਬਹੁਤ ਨੇ ਜਿਹੜੇ ਬਾਹਰੋਂ ਆਣ ਕੇ ਆਪਦੇ ਮਾਂ ਪਿਓ ਕੋਲ ਰਹਿ ਰਹੇ ਨੇ, ਦੁਬਾਰਾ ਇੱਥੇ ਆ ਕੇ ਜ਼ਮੀਨਾਂ ਆਪਦੀਆਂ ਵਾਹ ਰਹੇ ਨੇ, ਅਤੇ ਮਾਂ ਪਿਓ ਨੂੰ ਇੱਜ਼ਤ ਦੇ ਰਹੇ ਨੇ, ਉਹ ਬੜੀ ਇਹ ਬੜੀ ਵੱਡੀ ਦੇਣ ਦੇ ਕੇ ਗਿਆ, ਬੜੀ ਵੱਡੀ ਦੇਣ ਦੇ ਕੇ ਗਿਆ ਉਹ। ਤੁਸੀਂ ਟ੍ਰਿਬਿਊਟ ਦੇ ਰਹੇ ਹੋ ਸਿੱਧੂ ਨੂੰ ਇਹ ਗੀਤ ਰਾਹੀਂ? ਹਾਂਜੀ, ਅਸੀਂ ਦੇਖੀ, ਕੋਸ਼ਿਸ਼ ਕਰ ਰਹੇ ਹਾਂ, ਛੋਟੀ ਕੋਸ਼ਿਸ਼ ਬਸ, ਜਲਦੀ ਆ ਜੂਗਾ ਜੀ, ਡੇਟ ਤਾਂ ਹਾਲੇ ਕਨਫਰਮ ਨਹੀਂ ਹੈਗੀ ਬਟ ਰੈਡੀ ਆ ਬਸ। ਬੇਬੇ ਬਾਪੂ ਨੂੰ ਤੁਸੀਂ ਦੱਸਿਆ ਕਿ ਉਹਨਾਂ ਲਈ ਵੀ ਸਰਪ੍ਰਾਈਜ਼ ਨਹੀਂ? ਜਾ ਕੇ ਦੱਸਾਂਗੇ, ਹੁਣ ਤੁਸੀਂ ਇੰਟਰਵਿਊ 'ਚ ਪੁੱਛ ਲਿਆ ਹੁਣ ਤਾਂ ਪਤਾ ਲੱਗ ਜੂਗਾ, ਬਟ ਅਸੀਂ ਸਰਪ੍ਰਾਈਜ਼ ਹੀ ਰੱਖਿਆ ਸੀ, ਚਲੋ ਬੇਬੇ ਬਾਪੂ ਨੂੰ ਜਾ ਕੇ ਦੱਸਾਂਗੇ, ਸੁਣਾਵਾਂਗੇ। ਤੁਸੀਂ ਸਾਨੂੰ ਕਹਿ ਦਿਓ, ਆਪਾਂ ਬਾਅਦ 'ਚ ਕਰ ਦਿੰਦੇ ਹਾਂ। ਨਹੀਂ ਨਹੀਂ ਕੋਈ ਗੱਲ ਨਹੀਂ, ਨਹੀਂ 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 ਕੋਈ ਗੱਲ ਨਹੀਂ, ਉਹਨਾਂ ਤੋਂ ਲੁਕਾ ਸਕਦੇ ਕੁਛ, ਉਹ ਸਾਡਾ ਆਪਣਾ ਪਰਿਵਾਰ ਆ, ਉਹਨਾਂ ਤੋਂ ਨਹੀਂ ਲੁਕਿਆ ਰਹਿ ਸਕਦਾ ਕੁਛ। ਮੈਂ ਤਾਂ ਹੁਣ ਵੀ ਮੈਂ ਬੇਬੇ ਨਾਲ ਸ਼ੇਅਰ ਕਰ ਲੈਂਦਾ, ਕੋਈ ਗਾਣਾ ਲਿਖਿਆ ਹੋਵੇ ਮੇਰਾ ਤੇ ਮੈਂ ਮੰਮੀ ਨਾਲ ਸ਼ੇਅਰ ਕਰਦਾ ਵੀ ਮੰਮੀ ਆਹ ਗਾਣਾ ਲਿਖਿਆ, ਫਿਰ ਮੰਮੀ ਕਹਿੰਦੇ ਨੇ ਬਹੁਤ ਚੱਲੂਗਾ, ਜਾਣੇ ਸੁਣਾ ਦਿੰਨੇ ਆ ਕੁਛ, ਸੁਣਾ ਦੇਣਾ ਉਹਨਾਂ ਮੈਂ, ਫਿਰ ਬੇਬੇ ਕਹਿੰਦੇ ਪੁੱਤ ਬਹੁਤ ਚੱਲੂਗਾ, ਬਹੁਤ ਨਾਈਸ ਨੇ ਬੇਬੇ ਬਾਪੂ ਵੀ ਨਾ, ਜਿੰਨਾ ਸਿੱਧੂ ਵੀਰਾ ਸੀ ਉਹਨੇ ਉਹ ਵੀ ਬਹੁਤ ਸਿੱਖਿਆ ਤੇ ਬੇਬੇ ਬਾਪੂ ਤੋਂ ਮਿਲੀ ਉਹਨੂੰ, ਬਿਲਕੁਲ
ਸਿੰਪਲ ਬਹੁਤ ਨੇ ਹਜੇ ਤਾਂ, ਕਿੰਨੇ ਸਿੰਪਲ ਨੇ। ਹਾਂ ਬਿਲਕੁਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰ ਲੈਂਦੇ ਨੇ, ਔਰ ਉਹਨਾਂ ਨਾਲ ਕੋਈ ਵੀ ਜਾ ਕੇ ਤੁਸੀਂ ਗੱਲ ਕਰੋਗੇ, ਸ਼ੇਅਰ ਕਰੋਗੇ, ਸੁਣਨਗੇ, ਪੂਰੇ ਮਾਣ ਪੂਰਾ ਅਗਲੇ ਦਾ ਪੂਰਾ ਮਾਣ ਬਖਸ਼ਦੇ ਆ। ਕੋਈ ਵੀ ਹੋਵੇ ਹਰ ਇੱਕ ਨੂੰ ਪੂਰੀ ਰਿਸਪੈਕਟ ਦਿੰਦੇ ਨੇ, ਕਿਸੇ ਨੂੰ ਨਹੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਜਾਂ ਇਹ, ਨਾ 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 ਬਿਲਕੁਲ ਹੀ ਨਹੀਂ, ਉਹਨਾਂ 'ਚ ਇਹ ਗੱਲ ਹੈ ਹੀ ਨਹੀਂ। ਤੁਹਾਡੇ ਨਾਲ ਪਿਆਰ ਵਾਕਈ ਸਿੱਧੂ ਤਾਂ ਬਹੁਤ ਸੀ, ਹੈ ਨਾ, ਅਸੀਂ ਸੁਣਿਆ ਕਿ ਤੁਹਾਡਾ ਅਖਾੜਾ ਆਪਣੇ ਵਿਆਹ 'ਚ ਜੋ ਕਿ ਕੁਝ ਹੀ ਮਹੀਨਾ ਬਾਅਦ ਹੋਣਾ ਸੀਗਾ, ਜਾਂ ਥੋੜਾ ਟਾਈਮ ਮਹੀਨਾ ਬਾਅਦ ਨਹੀਂ ਜੀ, ਜਨਮਦਿਨ ਸੀ 11 ਦਿਨ ਬਾਅਦ ਹੀ ਉਹਨਾਂ ਦਾ ਬਰਥਡੇ ਤੇ ਤਾਂ ਲਗਾਣਾ ਹੀ ਸੀ ਨਾ, ਵਿਆਹ ਤੇ ਵੀ ਸੀਗਾ ਕਿ ਤੁਸੀਂ ਵਿਆਹ ਤੇ ਵੀ 11 ਦਿਨ ਬਾਅਦ 'ਚ ਵੱਡੇ ਸੀਗਾ ਉਹਨਾਂ ਦਾ, ਤੇ ਉਹ ਵੱਡੇ ਤੇ ਮੈਨੂੰ ਕਿਹਾ ਹੋਇਆ ਸੀ ਉਹਦਾ ਵੀ ਬਾਈ ਅਖਾੜਾ ਲਾਉਣਾ ਖੁੱਲ੍ਹਾ, ਬਸ ਤੁਸੀਂ ਗਾਉਣਾ, ਦੋਵੇਂ 4 ਘੰਟੇ ਲੱਗ ਜਾਣ, 3 ਲੱਗ ਜਾਣ, 5 ਲੱਗ ਜਾਣ, ਅਤੇ ਅਖਾੜਾ ਤੁਹਾਡਾ ਹੋਊਗਾ। ਪਿਛਲੀ ਵਾਰੀ ਕਹਿੰਦੇ ਵੀ ਆਪਣੇ ਵੱਡੇ ਵੇਲੇ ਨਾ ਕੇਕ ਹੀ ਇੰਨੇ ਕੁ ਇਕੱਠੇ ਹੋ ਗਏ ਸੀ, ਪਿੰਡ ਦੀਆਂ ਫਰਿੱਜਾਂ ਵੀ ਭਰਤੀਆਂ, ਐਤਕਾਂ ਪਏ ਕਰਨਾ ਵੀ ਲੋਕ ਵੰਡੀ ਜਾਣ, ਇੱਕ ਪਾਸੇ ਕਹਿੰਦੇ ਕੇਕਾਂ ਦਾ ਲੰਗਰ ਚਲੀ ਜਾਊਗਾ, ਇੱਕ ਪਾਸੇ ਰੋਟੀ ਦਾ ਲੰਗਰ ਚਲੀ ਜਾਊਗਾ, ਇੱਕ ਪਾਸੇ ਖਾੜਾ ਚਲੀ ਜਾਊਗਾ, ਬਈ ਖੁੱਲ੍ਹਾ ਖਾੜਾ ਲਾਉਣਾ ਹਵੇਲੀ 'ਚ, ਐਂ ਕਹਿੰਦੇ ਸੀ। ਬਹੁਤ ਪਲਾਨ ਸੀ। ਹਾਂ 6 ਦਿਨ, ਇਹ 6 ਦਿਨ ਪਹਿਲਾਂ ਦੀ ਗੱਲ ਹੈ, ਬਾਈ ਦੀ ਡੈਥ ਤੋਂ 6 ਦਿਨ ਪਹਿਲਾਂ ਦੀ ਗੱਲ। ਡਾਂਗ ਉੱਤੇ ਡੇਰਾ ਜੱਟ ਦਾ ਗਾਣਾ ਸਾਡਾ ਟਾਈਮ ਟਪਾ ਮਿੱਤਰਾ ਨਾਲ ਗਾਉਂਦਾ ਰਹਿੰਦਾ ਸੀ। ਜਦੋਂ ਬਾਈ ਦੀ ਡੈਥ ਤੋਂ 6 ਦਿਨ ਪਹਿਲਾਂ ਬਾਈ ਆਏ ਬਠਿੰਡੇ, ਅਸੀਂ 4-5 ਘੰਟੇ ਇਕੱਠੇ ਬੈਠੇ ਰਹੇ ਹਾਂ ਸਾਰੇ, ਉਦੋਂ ਇਹ ਗੱਲ ਹੋਈ ਸੀ ਕਿ ਬਾਈ ਵੀ ਬਾਈ ਤੁਸੀਂ ਇੰਨੀ 11 ਤਰੀਕ ਨੂੰ ਫ੍ਰੀ ਹੋ, 11 ਜੂਨ ਨੂੰ ਬਾਈ ਦਾ ਬਰਥਡੇ, ਇਹ ਕਹਿੰਦੇ ਹਾਂ ਸਿੱਧੂ ਤੇਰੇ ਲਈ ਮੈਂ ਹਮੇਸ਼ਾ ਫ੍ਰੀ ਹਾਂ, ਬੋਲ ਹੁਕਮ ਕਰੋ। ਬਾਈ ਕਹਿੰਦੇ ਆਪਣੀ ਹਵੇਲੀ 'ਚ ਖੜਾ ਲਾਵਾਂਗੇ ਕਿਤੇ ਬਰਥਡੇ 'ਤੇ, ਇਹ ਕਹਿੰਦੇ ਠੀਕ ਹੈ, ਮੈਨੂੰ ਕਹਿੰਦੇ ਹੁਣੇ ਨੋਟ ਕਰ ਲਾ, ਮੈਂ ਨਾਲੇ ਤਾਂ ਹਵੇਲੀ ਦਾ ਮੂਰਤ ਹੋ ਜਾਊਗਾ ਨਾਲੇ ਬਰਥਡੇ ਹੋ ਜਾਊਗਾ, ਥੋੜ੍ਹਾ ਖੜਾ ਚੱਲੂਗਾ। ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕੀ ਹੈ ਨਾ, ਹੁਣ ਪਤਾ ਨਹੀਂ ਸੀ ਵੀ ਉਹ ਦਿਨ ਤਾਂ ਆਉਣਾ ਹੀ ਨਹੀਂ। ਉਸ ਤੋਂ ਪਹਿਲਾਂ ਸੀ ਇੱਕ ਸ਼ੋਅ ਸਾਡਾ ਉੱਥੇ, ਉਹ ਥੋੜ੍ਹਾ ਜਿਹਾ ਐਂ ਹੋ ਗਿਆ ਜੀ, ਸਾਨੂੰ ਲਿਖਾਇਆ ਸੀ ਬਾਪੂ ਜੀਆਂ ਨੇ ਬਲਕਾਰਾ ਡੇਟ ਆਇਆ ਅਤੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਅਤੇ ਤੁਸੀਂ ਖਾੜਾ ਲਾਉਣਾ। ਉਸ ਤੋਂ ਹਫ਼ਤਾ ਬਾਅਦ ਸਿੱਧੂ ਦਾ ਫੋਨ ਆ ਗਿਆ ਮੈਨੂੰ, ਕਹਿੰਦੇ ਵੀ ਆਪਣੇ ਘਰ ਤਾਏ ਦੀ ਬੇਟੀ ਦੀ ਮੈਰਿਜ ਆ ਅਤੇ ਬਾਈ ਖਾੜਾ ਲਾਉਣਾ। ਮੈਂ ਕਿਹਾ ਵੀ ਇਹ ਤਰੀਕ 'ਤੇ ਬਾਪੂ ਜੀ ਨੇ ਲਿਖਾਈ ਹੋਈ ਆ, ਸੱਚੀ? ਮੈਂ ਕਿਹਾ ਹਾਂ। ਕਹਿੰਦਾ ਮੈਂ ਪੁੱਛਦਾ ਬਾਪੂ, ਫਿਰ ਮੈਨੂੰ ਕਹਿੰਦਾ ਚੱਲ ਹੁਣ ਮੈਂ ਬਾਪੂ ਹੋਰ ਕਿਸੇ ਦੀ ਹੁੰਦੀ ਤਾਂ ਭਾਵੇਂ ਕਰਵਾ ਹੀ ਦਿੰਦਾ, ਬਾਪੂ ਜੀ ਅੱਗੇ ਨਹੀਂ ਬੋਲ ਸਕਦੇ, ਬਾਪੂ ਦੇ ਸਹੁਰਿਆਂ ਦੇ ਕਰਿਆ, ਬਾਪੂ ਦੇ ਸਹੁਰਿਆਂ ਦੇ ਕਰਿਆ, ਕਹਿੰਦੇ ਵੀ ਇੱਕ ਚਲੋ ਤੁਸੀਂ ਲਾਓ ਬਾਈ ਉੱਥੇ, ਕੋਈ ਨਹੀਂ ਫਿਰ ਉਹ ਲਾ ਵੀ ਰਹੇ ਬਾਈ ਦਾ ਮੰਮੀ ਦੇ ਰਿਸ਼ਤੇਦਾਰੀ ਚ ਸੀਗਾ ਸਾਡਾ ਸ਼ੋਅ। ਹਾਂ ਅੱਛਾ, ਮਤਲਬ ਦੋ ਅਲੱਗ ਅਲੱਗ ਸੀਗੇ, ਪਰ ਉੱਥੇ ਅਸੀਂ ਲਾਇਆ, ਇੱਥੇ ਲਾਵੀ ਰਾਜੇ ਨੇ ਲਾਇਆ ਸੀ। ਦੇਖ ਲੋਕ, ਇਹ ਪਿਆਰ ਹੀ ਹੁੰਦਾ ਹੈ ਨਾ, ਕਿ ਬੰਦਾ ਤੁਹਾਨੂੰ ਆਪਣੇ ਹੱਕ ਜਿਤਾ ਕੇ ਜਿਹੜੀ, ਬਿਲਕੁਲ ਬਿਲਕੁਲ, ਆਪਦੇ ਸਮਝਦਾ ਸੀ ਨਾ, ਪਰਿਵਾਰ ਵਾਂਗੂ ਸਮਝਦਾ ਸਾਨੂੰ। ਤੁਹਾਡੀ ਜ਼ਿੰਦਗੀ ਬਾਰੇ ਥੋੜੀ ਜਿਹੀ ਗੱਲਬਾਤ ਕਰਨਾ ਚਾਹੂੰਗਾ, ਸਾਨੂੰ ਇਹ ਤਾਂ ਪਤਾ ਹੈ ਕਿ ਤੁਸੀਂ ਇਹਨਾਂ ਨੂੰ ਕਿਵੇਂ ਮਿਲੇ ਹੋ, ਹੈ ਨਾ, ਪਰ ਇਹ ਦੱਸੋ ਕਿ ਵਿਆਹ ਦਾ ਡਿਸੀਜ਼ਨ ਮਤਲਬ ਕਿਵੇਂ ਹੋਇਆ, ਕਿ ਠੀਕ ਹੈ ਇਹ ਜਿਹੜਾ ਇੱਕ ਸਾਂਝ ਬਣੀ ਹੋਈ ਹੈ ਨਾ, ਇੱਕ ਗੀਤਾਂ ਦੀ ਸਾਂਝ ਬਣੀ ਹੈ ਕਿ ਵਿਆਹ ਕਰਦੇ ਹਾਂ, ਮੈਡਮ ਦੱਸਣਗੇ ਕਿ ਸਰ ਦੱਸਣਗੇ? ਨਾ ਸਰ, ਦਿਖਾਇਆ ਨਹੀਂ, ਬਸ ਵਿਆਹ ਅਤੇ ਪਰਮਾਤਮਾ ਨੇ ਲਿਖਤੀ ਇੱਕ ਦੂਜੇ ਨੇ, ਹੈ ਨਾ, ਜੋੜੀ ਲਿਖਤੀ ਇੱਕ, ਬਸ ਮੈਨੂੰ ਹੁਣ ਇੱਦਾਂ ਲੱਗਦਾ ਵੀ ਬਣਾਇਆ ਹੀ ਰੱਬ ਨੇ ਸਾਨੂੰ, ਬਸ ਇੱਕ ਦੂਜੇ ਲਈ ਸੀ, ਇੱਕ ਦੂਜੇ ਲਈ ਬਣਾਇਆ ਸੀ ਜੀ। ਅਸੀਂ ਬਹੁਤ ਜ਼ਿਆਦਾ ਮਤਲਬ ਕਿ ਮਿਹਨਤ ਕਰਦੇ ਹੁੰਦੇ ਸੀ, ਜਦੋਂ ਸਾਡੀ ਮੈਰਿਜ ਨਹੀਂ ਸੀ ਹੋਈ, ਇੰਨਾ ਕੁ ਰਿਹਰਸਲ ਰਿਆਜ਼, 450 ਸੌਂਗ ਇੱਦਾਂ ਹੀ ਯਾਦ, ਹੈ ਨਾ, ਫਿਰ ਬਸ ਠੀਕ ਹੈ ਕਿ ਤਕਦੀਰ ਦੀ ਗੱਲ ਵੀ ਹੁੰਦੀ ਹੈ ਕਿ ਪਰਮਾਤਮਾ ਨੇ ਜਦੋਂ ਸੰਜੋਗ ਨਹੀਂ ਸੀ ਕਰਾਉਂਦੇ ਰਾਜੇ, ਅਤੇ ਜਿਹੜੀ ਸਾਡੀ ਮਿਹਨਤ ਸੀ 7-8 ਸਾਲਾਂ ਦੀ, ਉਹ ਨਾ ਤਾਂ ਇਹਦੇ ਕੰਮ ਹੋਣੀ ਸੀ ਨਾ ਮੇਰੇ ਹੋਣੀ ਸੀ,
ਕਿਉਂਕਿ ਮਿਹਨਤ ਤਾਂ ਸਾਡੀ ਬਾਕੀ ਪਿਆਰ ਦੀ ਵੀ ਗੱਲ ਹੈ ਜੀ ਬਾਕੀ ਪਿਆਰ ਦੀ ਮੈਂ ਇਹੀ ਸੁਣਨਾ ਚਾਹੁੰਦੀ ਪਿਆਰ ਦੀ ਵੀ ਗੱਲ ਹੈ ਮਿਹਨਤ ਦੀ ਨਹੀਂ ਦਿਲ ਦੀਆਂ ਤਾਰਾਂ ਜੁੜਨ ਦਾ ਮਸਲਾ ਤਾਂ ਬਿਲਕੁਲ ਹਾਂ ਜਦੋਂ ਉਹਨੂੰ ਆਪਾਂ ਇੱਕ ਦੂਜੇ ਮੰਨ ਲਓ ਆਪਾਂ 10 ਸਾਲ ਇਕੱਠੇ ਗਾ ਲਿਆ ਜੀ ਮੈਂ ਜਿਹੜੀ ਗੱਲ ਕਰਨ ਲੱਗੀ ਬਹੁਤ ਵੱਡੀ ਆ ਖਾਸ ਕਰਕੇ ਕੁੜੀਆਂ ਲਈ ਆਪਾਂ 10 ਸਾਲ ਇੱਕ ਜਗ੍ਹਾ 'ਤੇ ਆ ਇੱਕ ਦੂਜੇ ਨੂੰ ਸਮਝ ਲਿਆ 10 ਸਾਲ ਹੋਰ ਉਸ ਤੋਂ ਬਾਅਦ ਕਿਸੇ ਨੂੰ ਮਿਲਾਂਗੇ ਸਮਝਣਾ ਬਹੁਤ ਔਖਾ ਹੈ ਜੀ ਆਪਣੇ ਆਪ ਨੂੰ ਸਮਝਾਉਣਾ ਅਗਲੇ ਨੂੰ ਸਮਝਣਾ ਬਹੁਤ ਔਖਾ ਹਫ਼ਤੇ 'ਚ ਹੀ ਬੰਦਾ ਇੰਨਾ ਅਟੈਚ ਹੋ ਸ਼ਾਇਦ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਉਸ ਖੁਦਾ ਦੀ ਰਹਿਮਤ ਨਾਲ ਅਸੀਂ ਅੱਜ ਤੱਕ ਵੀ ਇਕੱਠਿਆਂ ਸ਼ਾਇਦ ਇਸੇ ਕਰਕੇ ਹੀ ਹਾਂ ਸ਼ੁਰੂਆਤ ਵੀ ਮੇਰੇ ਤੋਂ ਕੀਤੀ ਅਤੇ ਐਂਡ ਵੀ ਰੱਬ ਇੱਥੇ ਹੀ ਕਰਾਵੇ ਇੱਥੇ ਹੀ ਕਰਾਊਗਾ ਜੀ ਤੁਹਾਡੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਆ ਉਹੀ ਗੱਲ ਹੈ ਬੇਟਾ ਦੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਆਦਾ ਕਰਨਾ ਤੇ ਉਹਨੇ ਆ ਸਭ ਕੁਝ ਉਹੀ ਕਰਦਾ ਜੀ ਉਹਦੇ ਤੋਂ ਬਿਨਾਂ ਤਾਂ ਕੁਝ ਨਹੀਂ ਹੋ ਸਕਦਾ ਰਹਿਮਤ ਰੱਖੇ ਦਾਤਾ ਬਿਲਕੁਲ ਇੱਕ ਅਸੀਂ ਜਦੋਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਨਾ ਮੈਂ ਤੁਹਾਡੀ ਬਚਪਨ ਮੇਰੀ ਬਚਪਨ ਦੀ ਯਾਦ ਹੈ ਤੁਹਾਡੀ ਕੈਸੇਟ ਦੀ ਇੱਕ ਫੋਟੋ ਹੈ ਨਾ ਤੁਸੀਂ ਦੱਸਿਆ ਕਿ ਕਿਵੇਂ ਤੁਸੀਂ ਸੂਟ ਜਿਹੜੇ ਆ ਮਹਿੰਗੇ ਮਹਿੰਗੇ ਖਰੀਦ ਕੇ ਲਿਆਉਂਦੇ ਸੀਗੇ ਮੈਂ ਚਾਹੂੰਗੀ ਪਲੀਜ਼ ਉਹ ਕਿੱਸਾ ਜਿਹੜਾ ਸਾਂਝਾ ਕਰੋ ਜਿਹੜਾ ਤੁਸੀਂ ਅੰਮ੍ਰਿਤਸਰ ਦੇ ਵਿੱਚ ਸੂਟ ਡਮੀ ਦੇ ਪਾਏ ਵੇਖ ਲੈਂਦੇ ਸੀ ਫਿਰ ਤੁਸੀਂ ਕਹਿੰਦੇ ਸੀ ਇਹਦਾ ਚਾਹੀਦਾ ਹੀ ਚਾਹੀਦਾ ਇਹ ਤਾਂ ਹਰ ਇੱਕ ਲੇਡੀਜ਼ ਦਾ ਹੀ ਹੋਇਆ ਜੀ ਮੇਰਾ ਇਕੱਲੀ ਤਾਂ ਥੋੜ੍ਹੀ ਹੈ ਇਹ ਗੱਲ ਸੱਚ ਹੈ ਕ੍ਰਿਸਟਲ ਚੌਂਕ ਹੈ ਆਪਣੇ ਅੰਮ੍ਰਿਤਸਰ ਅਤੇ ਉਦੋਂ ਮੈਂ ਇੱਕ ਸ਼ੋਪ ਹੀ ਇੱਦੀ ਮੇਰੀ ਮਨਪਸੰਦ ਸੀ ਬਹੁਤ ਵੱਡੀ ਸ਼ੋਪ ਹੈ ਅੱਜ ਵੀ ਹੈਗੀ ਆ ਅਤੇ ਮੈਂ ਉਹ ਜਦੋਂ ਵੀ ਬਸ ਉੱਥੋਂ ਦੀ ਲੰਘਣਾ ਮੇਰਾ ਧਿਆਨ ਇੱਦਾਂ ਹੀ ਹੋਣਾ ਸੂਟ ਦੇਖ ਡੰਮੀ ਦੇ ਕਿਹੜਾ ਸੂਟ ਪਾਇਆ ਚੰਗੀ ਲੱਗਦੀ ਕਾਹਦੇ ਲਈ ਕਮਾਉਣੇ ਬਿਲਕੁਲ ਜੀ ਬਿਲਕੁਲ ਸੀ ਹੁਣ ਮੈਂ ਲੈ ਕੇ ਦਿੰਦੀ ਹਾਂ ਜੀ ਉਹ ਤਾਂ ਉਹਦਾ ਨਵਾਂ ਵਿਆਹ ਸੀ ਇਹ ਲੈ ਕੇ ਦਿੰਦੇ ਸੀ ਹੁਣ ਇਹਨਾਂ ਨੇ ਕੁਛ ਵੀ ਲਿਆਉਣਾ ਮੈਂ ਇਹਨਾਂ ਨੇ ਇੱਕ ਅੱਧੀ ਆਪਣੀ ਪਸੰਦ ਦਾ ਕੱਪੜਾ ਮੈਂ ਨਹੀਂ ਖਰੀਦਿਆ ਆਪ ਪੁੱਛੋ ਤੁਸੀਂ
ਸਹੀ ਹੈ ਮੇਰਾ ਕੰਮ ਜਾਣੇ ਦੱਸ ਦੇ ਸਮਝਾਉਣਾ ਪਾ ਕੇ ਵੀ ਇਹਨਾਂ ਨੇ ਪੁੱਛਣਾ ਵੀ ਕਿਵੇਂ ਲੱਗਿਆ ਨਹੀਂ ਬਟ ਇਹ ਪਿਆਰ ਜਿਹੜਾ ਹੈ ਨਾ ਹਰ ਕਪਲ ਦੇ ਵਿੱਚ ਹੋਣਾ ਚਾਹੀਦਾ ਔਰ ਜ਼ਰੂਰੀ ਵੀ ਹੈ ਬਿਲਕੁਲ ਰੱਬ ਸਾਰਿਆਂ ਚ ਆਪਣੀ ਚੋਇਸ ਦਾ ਕੁਛ ਨੀ ਲੈਂਦੇ ਮੈਂ ਕੱਪੜਿਆਂ ਦੀ ਗੱਲ ਕਰਦੀ ਕੱਪੜੇ ਨੀ ਮੈਂ ਵੀ ਕਰ ਰਿਹਾ ਨਹੀਂ ਨਹੀਂ ਤੁਸੀਂ ਓਵਰਆਲ ਗੱਲ ਦੱਸ ਦੋ ਕਿ ਜੋ ਹੋਣਾ ਉਹੀ ਹੈ ਜੋ ਇਹਨਾਂ ਨੇ ਕਹਿਣਾ ਕਰੀ ਬੋਲੀ ਦੇਣੀ ਹੋਣਾ ਤੇ ਉਹ ਜੋ ਤੂੰ ਖਰੀਦਣਾ
ਕਿਤੇ ਤਾਂ ਹੀ ਤਾਂ ਨਹੀਂ ਕੀ ਕਹਿੰਦੇ ਕਿ ਹੁਣ ਪਸੰਦ ਤਾਂ ਆਪ ਹੀ ਕਰਨਾ ਉਹਨਾਂ ਦੀ ਚੱਲਣੀ ਹੈ ਤੇ ਮੈਂ ਰਹਿਣੀ ਤੇ ਇਹ ਵਧੀਆ ਕਰਦੇ ਨੇ ਮਾੜਾ ਕਰਦੇ ਨਾ ਆਪਾਂ ਕਹਿ ਦਈਏ ਤੇ ਚੰਗਾ ਹੀ ਲਿਆਉਂਦੇ ਵਧੀਆ ਕਰਦੇ ਆ ਅੱਛਾ ਤੁਸੀਂ ਟੈਟੂ ਬਣਾਏ ਹੋਏ ਆ ਖਾੜੇ ਵੀ ਮੂਹਰੇ ਬੈਠ ਬੈਠ ਕੇ ਸੁਣੇ ਉਹਨਾਂ ਦੇ ਉਹਦੇ ਵਿੱਚ ਇੱਕ ਚੀਜ਼ ਕਹੀ ਜਾਂਦੀ ਹੈ ਮਤਲਬ ਉਹਦੇ ਵਿੱਚ ਡਾਇਲੋਗ ਹੈ ਕਿ ਜਦੋਂ ਚਮਕੀਲਾ ਸਾਹਿਬ ਦੂਸਰਾ ਵਿਆਹ ਕਰਾ ਲੈਂਦੇ ਆ ਅਤੇ ਆਪਣੀ ਵਾਈਫ ਨੂੰ ਕਹਿੰਦੇ ਹੁੰਦੇ ਆ ਕਿ ਇਨ ਇਹ ਮੇਰੇ ਨਾਲ ਗਾਉਂਦੀ ਅਤੇ ਜੇ ਕਿਤੇ ਹੋਰ ਇਹਦਾ ਹੈ ਨਾ ਕਿ ਮੈਂ ਮੇਰੇ ਨਾਲ ਨਾ ਵਿਆਹ ਹੁੰਦਾ ਅਤੇ ਅੱਧੇ ਪੈਸੇ ਜਾਂ ਅੱਧੀ ਕਮਾਈ ਜਿਹੜੀ ਹੈ ਇਹ ਲੈ ਜੂਗੀ ਬਾਹਰਲੇ ਤੁਹਾਨੂੰ ਕੀ ਲੱਗਦਾ ਇਹ ਗੱਲ ਜਾਂ ਉਹ ਨੈਰੇਟਿਵ ਰੱਖਣਾ ਕਿ ਵਾਕਈ ਇੱਦਾਂ ਹੁੰਦਾ ਸੀ ਪਹਿਲੇ ਦੇ ਸਮੇਂ ਦੇ ਵਿੱਚ ਉੱਥੇ ਤਾਂ ਅੱਧੇ ਦਿਨ ਤੋਂ ਡਰਦੇ ਮੁੜ ਕੇ ਸਾਰੇ ਦੇਣੇ ਪੈਂਦੇ ਆ ਪਰ ਇਹ ਹੁੰਦਾ ਸਾਰੇ ਦੇਣੇ ਪੈਂਦੇ ਨਾ ਕਹਿਣ ਤੋਂ ਬਾਬੇ ਇਹੋ ਇਹ ਗੱਲ ਮੈਂ ਮੰਨਦਾ ਉਹਨਾਂ ਦਾ ਕੋਈ ਸੋਚ ਹੋਊਗੀ ਜਾਂ ਕੁਝ ਵੀ ਹੈ ਕਿ ਜੋ ਕਰਦੇ ਸੀ ਉਧਰ ਸਾਡੇ ਵੱਡੇ ਸੀ ਹੋ ਸਕਦਾ ਕਹਿਤਾ ਹੋਵੇ ਪਰ ਇਹ ਨਹੀਂ ਜਿਹੜਾ ਅਸਲ ਮਸਲਾ ਹੁੰਦਾ ਨਾ ਜਿਹੜਾ ਅਸਲ ਮਸਲਾ ਉਹ ਇਹ ਹੈ ਵੀ ਜੇ ਸਾਡਾ ਕੋਈ ਰਿਸ਼ਤਾ ਹੀ ਨਹੀਂ ਠੀਕ ਹੈ ਭਾਵੇਂ ਇਹ 10 ਸਾਲ ਗਾਲ ਗਏ ਵੀ 50 ਗਾਲ ਗਏ 20 ਗਾਲ ਗਏ ਵੀ ਕੋਈ ਰਿਸ਼ਤੇ ਤਾਂ ਨਾ ਹੀ ਨਹੀਂਗਾ ਅਤੇ ਕਿੰਨਾ ਕੁ ਚਿਰ ਇਕੱਠੇ ਰਹਿ ਲਾਂਗੇ ਐਟ ਦੀ ਐਂਡ ਇੱਕ ਬਸ ਇੱਕ ਟਾਈਮ ਆਊਗਾ ਕਿ ਟੁੱਟੂਗੀ ਜੋ ਹਾਂ ਇੱਕ ਟਾਈਮ ਜਦੋਂ ਕੋਈ ਰਿਸ਼ਤਾ ਹੀ ਨਹੀਂ ਰਜੇਗਾ ਅਤੇ ਫਿਰ ਤਾਂ ਉਹਨੂੰ ਕਿੰਨਾ ਕੁ ਚਿਰ ਆਪਾਂ ਬੰਨ ਕੇ ਰੱਖ ਲਾਂਗੇ ਜਾਂ ਇੱਕ ਦੂਜੇ ਨੂੰ ਕਿ ਜਦੋਂ ਸਾਡਾ ਰਿਸ਼ਤਾ ਬਣ ਗਿਆ ਫਿਰ ਅਸੀਂ ਇੱਕ ਦੂਜੇ ਲਈ ਹਾਂ ਹੁਣ ਹੁਣ ਕੋਈ ਇਹ ਥੋੜ੍ਹਾ ਕਹਿ ਸਕਦਾ ਵੀ ਗੁਲਸ਼ਨ ਆ ਤੂੰ ਕਿੰਨੇ ਲੈਣਾ ਬਲਕਾਰ ਤੋਂ ਇਹ ਕਹੂਗੀ 25,000 ਕਹੂਗਾ ਮੈਂ ਤੈਨੂੰ 30 ਦੇ ਦਿੰਦਾ ਮੇਰੇ ਨਾਲ ਜੋੜੀਆਂ ਤੋੜ ਲੈਂਦੇ ਕਈ ਵਾਰ ਹਾਂ ਉਹ ਇਹ ਕੰਮ ਚੱਲਦਾ ਹੈ ਵੀ ਜ਼ੋਰ ਪੈ ਜਾਂਦਾ ਅਤੇ ਕਈ ਵਾਰੀ ਮਜਬੂਰੀ ਵੀ ਅਗਲੇ ਦੀ ਹੁੰਦੀ ਹੈ ਹੋ ਸਕਦਾ ਜਿਹਦੇ ਨਾਲ ਗਾ ਰਹੇ ਉਹ ਤੋਂ ਕਿਤੇ ਨਾ ਕੋਈ ਟਾਈਮ ਸਰਿਆ ਹੋਵੇ ਹੋਰ ਕਿਸੇ ਨੇ ਪੈਸੇ ਦੇ ਦਿੱਤੇ ਹੁਣ ਵੀ ਜੇ ਤੁਹਾਨੂੰ ਆਹ ਲੋੜ ਹੈ ਤਾਂ ਉਹ ਫਿਰ ਅਗਲਾ ਖਾਣਾ ਹੋ ਜਾਂਦਾ ਫਿਰ ਉੱਥੇ ਕਿਉਂਕਿ ਉਹ ਤਾਂ ਰੋਕੂ ਤਾਂ ਹੀ ਨਾ ਕਲਾਕਾਰ ਜਾਂ ਕਲਾਕਾਰਨੀ ਤਾਂ ਹੀ ਰੋਕੂ ਨਾ ਜੇ ਕੋਈ ਰਿਸ਼ਤਾ ਹੋ ਤੇ ਤੁਹਾਡੀ ਚੜ੍ਹਾਈ ਵੇਖ ਕੇ ਤੁਹਾਡੇ ਨਾਲ ਕਿਸੇ ਨੇ ਲਾਗ ਡਾਟ ਰੱਖੀ ਕਦੀ ਨਹੀਂ ਵੀਰੇ ਮਤਲਬ ਨਾ ਸਾਡੀ ਕੋਈ ਲਾਗ ਨਾ ਸਾਡੀ ਸੀ ਸਾਨੂੰ ਹਰ ਇੱਕ ਕੋਈ ਲਾਗ ਰਿਹਾ ਸਾਨੂੰ ਤੇ ਅਸੀਂ ਵੀ ਪਿਆਰ ਕਰਦੇ ਹਾਂ ਮੈਂ ਜਿਹੜੀ ਗੱਲ ਕਰਨ ਲੱਗੀ ਸੀ ਪੋਲਿਟਿਕਸ ਦੀ ਸੀ ਕਹਿ ਰਹੇ ਹੋ ਸਿੰਗਿੰਗ 'ਚ ਮੈਂ ਇੱਦਾਂ ਦੀ ਮੇਰੇ ਦਿਮਾਗ 'ਚ ਕੁਛ ਨਹੀਂ ਆਇਆ ਇਹ ਆ ਤਾਂ ਚੱਲਦਾ ਰਹਿੰਦਾ ਮੈਂ ਇਹ ਕਹਿ ਰਹੀ ਹਾਂ ਕਿ ਜਦੋਂ ਦੀ ਸਾਡੀ ਮੈਰਿਜ ਹੋਈ ਆ ਅਸੀਂ ਦੋਨਾਂ ਨੇ ਗਾਇਆ ਕਿਸੇ ਤੀਸਰੇ ਨੇ ਸਾਡੇ ਵਿੱਚ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਸਾਡੇ ਮਜੀਸ਼ੀਅਨ ਹੈ ਉਹ ਵੀ ਸਾਡੀ ਮੈਰਿਜ ਤੋਂ ਹੀ ਸਾਡੇ ਨਾਲ ਨੇ ਇੰਨਾ ਲੰਬਾ ਇਹ ਦੇਖੋ ਮੈਂ ਇਹ ਕਰਨਾ ਚਾਹੁੰਦੀ ਪਰਿਵਾਰ ਹੈ ਸਾਡਾ ਕਿ ਕਿਸੇ ਵੀ ਇੰਟਰਵਿਊ 'ਚ ਕੋਈ ਵੀ ਸਿੰਗਰ ਮਜੀਸ਼ੀਅਨਾਂ ਦਾ ਨਾਮ ਨਹੀਂ ਲੈਂਦਾ ਆ ਸਾਡੇ ਮਜੀਸ਼ੀਅਨ ਜਿਹੜੇ ਸਾਡੇ ਬੱਚੇ ਆ ਛੋਟੇ ਭਰਾ ਆ ਸਾਡੇ ਸਾਰੇ ਮੈਨੂੰ ਭੂਆ ਜੀ ਕਹਿੰਦੇ ਨੇ ਔਰ ਬਹੁਤ ਨਾਈਸ ਨੇ ਮੈਂ ਉਹਨਾਂ ਨੂੰ ਝਿੜਕ ਵੀ ਦਿੰਦੀ ਹਾਂ ਉਹਨਾਂ ਦੀਆਂ ਉਹਨਾਂ ਦੇ ਘਰ ਕੋਈ ਪ੍ਰੋਬਲਮ ਹੁੰਦੀ ਉਹਨਾਂ ਦੀਆਂ ਵਾਈਫ ਮੈਨੂੰ ਫੋਨ ਕਰਦੀਆਂ ਭੂਆ ਜੀ ਇਹ ਤੰਗ ਕਰਦਾ ਔਰ ਜਿਹਨੇ ਜਿਹਨੂੰ ਵੀ ਮੈਂ ਸਮਝ ਆਇਆ ਦੁਬਾਰਾ ਨਹੀਂ ਤੰਗ ਕੀਤਾ ਉਹਨੇ ਆਪਣੀ ਵਾਈਫ ਨੂੰ ਇੰਨਾ ਮਾਣ ਕਰਦੇ ਇੰਨੀ ਰਿਸਪੈਕਟ ਕਰਦੇ ਨੇ ਵੀ 22 ਸਾਲ ਹੋ ਗਏ ਵੀਰੇ ਕੋਈ ਮੁੰਡਾ ਨਹੀਂ ਜਿਹੜਾ ਕਹੂਗਾ ਵੀ ਮੇਰਾ ਕੰਮ ਨੂੰ ਕਰਨ ਨੂੰ ਜੀ ਨਹੀਂ ਕਰਦਾ ਜਾਂ ਤੁਹਾਡੇ ਤੋਂ ਮੈਨੂੰ ਆਹ ਪ੍ਰੋਬਲਮ ਹੈ ਪੱਕੇ ਆ ਨਾਲ ਹੀ ਨੇ ਜੀ ਸਾਡਾ ਪਰਿਵਾਰ ਆ ਉਹ ਆਹ ਵੇਖ ਲਓ ਜੋੜੀ ਦੀ ਤਾਂ ਗੱਲ ਹੈ ਨਾ ਮਤਲਬ ਚਲੋ ਜਿਹੜੇ ਦੋ ਇਨਸਾਨ ਗਾ ਰਹੇ ਆ ਉਹ ਤਾਂ ਆਪਣੀ ਗੱਲ ਹੈ ਪਰ ਜਿਹੜੇ ਨਾਲ ਹੈ ਬਿਲਕੁਲ ਬਿਲਕੁਲ ਸਾਡਾ ਤਾਂ ਰਿਸ਼ਤਾ ਨਹੀਂ ਆ ਬੀਬੀ ਦਾ ਉਹਨਾਂ ਦਾ ਉਸ ਬੱਚਿਆਂ ਜੀ ਹਰ ਇੱਕ ਦਾ ਹੀ ਹੁੰਦਾ ਹੈ ਨਾ ਮੈਂ ਵੀ ਚਲੋ ਹਸਬੈਂਡ ਵਾਈਫ ਦੀ ਜਾਂ ਸਿੰਗਰ ਕੁੜੀ ਦੀ ਸਿੰਗਰ ਮੁੰਡੇ ਦੀ ਤਾਂ ਇੱਕ ਅਲੱਗ ਅਟੈਚਮੈਂਟ ਹੁੰਦੀ ਆ ਅਲੱਗ ਤੋਂ ਹੈ ਨਾ ਬਟ ਮਜੀਸ਼ੀਅਨ ਇੰਨਾ ਟਾਈਮ ਕਿਸੇ ਦੇ ਨਾਲ ਰਹਿਣੇ ਬਹੁਤ ਵੱਡੀ ਵੱਡੀ ਗੱਲ ਹੈ ਬਿਲਕੁਲ ਔਰ ਜੇ ਦੋਨੋਂ ਤਰਫੋਂ ਰਿਸ਼ਤਾ ਨਿਭਾਇਆ ਜਾਵੇ ਤਾਂ ਸੱਚ ਹੀ ਨਿਭਦਾ ਔਰ ਸਾਡੇ ਬੱਚੇ ਬਹੁਤ ਨਾਈਸ ਨੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਸਾਨੂੰ ਕੋਈ ਵੀ ਸੁਣਦਾ ਇਹ ਕਹਿੰਦੇ ਤੁਹਾਡੀ ਸੈਟਿੰਗ ਬਹੁਤ ਵਧੀਆ ਸਟੇਜ ਦੀ ਉਹ ਸਿਰਫ ਉਹਨਾਂ ਦਾ ਕਰਕੇ ਹੀ ਹੈ
ਸਿੰਗਰ ਹਮੇਸ਼ਾ ਮੈਜੀਸ਼ੀਅਨਾਂ ਦੇ ਸਿਰ ਤੇ ਮੈਜੀਸ਼ੀਅਨ ਜਿਹੜੇ ਉਹ ਸਿੰਗਰ ਦੇ ਖੰਭ ਨੇ ਪਰ ਨੇ ਮੈਜੀਸ਼ੀਅਨ ਨਹੀਂ ਉਹਨਾਂ ਦੇ ਸਿੰਗਰ ਕੁਝ ਨਹੀਂ ਕਰ ਸਕਦਾ ਕੱਲਾ ਕੁਝ ਵੀ ਨਹੀਂ ਕਰ ਸਕਦਾ ਕੀ ਕਰੂਗਾ ਦੱਸੋ ਹੈਨਾ ਔਰ ਬਹੁਤ ਨਾਈਸ ਬੱਚੇ ਨੇ ਸਾਡੇ ਉਹ ਤੁਹਾਡੀ ਬੇਟੀ ਸੰਗੀਤ ਨੂੰ ਗਾਉਂਦੇ ਸੁਣਿਆ ਮੈਂ ਉਹਦੀ ਕੁਝ ਵੀਡੀਓਜ਼ ਵੇਖੀਆਂ ਤੇ ਪਲਾਨ ਹੈ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਇਸ ਇੰਡਸਟਰੀ ਹੁਣ ਤੱਕ ਤਾਂ ਨਹੀਂ ਸੀਗਾ ਬਟ ਹੁਣ ਲੱਗ ਰਿਹਾ ਕਿਉਂਕਿ ਉਹਦਾ ਇਸ ਵੱਲ ਬਹੁਤ ਬਹੁਤ ਇੰਟਰਸਟ ਹੈ ਬੇਟੀ ਦਾ ਬੇਟਾ ਤਾਂ ਹਾਲੇ ਸਟੱਡੀ ਕਰ ਰਿਹਾ ਨਾਲ ਰੱਖਿਆ ਸੰਗੀਤ ਦਾ ਕਰਦਾ ਸਟੂਡੀਓ ਲਈ ਬੈਠਾ ਵੀ ਉਹਨੂੰ ਸ਼ੌਕ ਹੈਗਾ ਤੁਹਾਨੂੰ ਪਤਾ ਸਿੰਗਰਾਂ ਦੇ ਬੱਚਿਆਂ ਨੂੰ ਤਾਂ ਹੋਰ ਇਹੀ ਸ਼ੌਕ ਹੋਊਗਾ ਬਟ ਹਾਲੇ ਕੁਛ ਏਦਾਂ ਦਾ ਅਪਲਾਈ ਨਹੀਂ ਕੀਤਾ ਵੀ ਤੂੰ ਇਹੀ ਮਿਊਜ਼ਿਕ ਡਾਇਰੈਕਟਰ ਬਣੀ ਜਾਂ ਤੂੰ ਸਿੰਗਰ ਬਣੀ ਅੱਗੇ ਜਾ ਕੇ ਸੋਚਾਂਗੇ ਜੋ ਪਲੱਸ ਟੂ ਤੋਂ ਬਾਅਦ ਕੀ ਬਣੂਗਾ ਬੇਟੀ ਦਾ ਤਾਂ ਹੁਣ ਮੈਨੂੰ ਲੱਗ ਰਿਹਾ ਉਹਨੇ ਤਾਂ ਸਿੰਗਰ ਹੀ ਬਣਨਾ ਅੱਛਾ ਬੱਚੇ ਜਦੋਂ ਹੋ ਜਾਂਦੇ ਨਾ ਬਹੁਤ ਧਿਆਨ ਇੱਕ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਵੱਧਦੀ ਵੀਰੇ ਵੱਧਦੀ ਜਦੋਂ ਤੁਸੀਂ ਤੁਹਾਡੇ ਲਈ ਦਿਨ ਰਾਤ ਸ਼ੋਅ ਵੀ ਤੁਹਾਨੂੰ ਕਰਨੇ ਪੈਂਦੇ ਆ ਹੈਨਾ ਪਿੱਛੇ ਜਦੋਂ ਬੱਚੇ ਜਵਾਨ ਹੁੰਦੇ ਜ਼ਿਆਦਾ ਧਿਆਨ ਰਹਿੰਦਾ ਕੀ ਹੈ ਨਾ ਕਿ ਬੱਚੇ ਵੱਲ ਜ਼ਿਆਦਾ ਧਿਆਨ ਦਈਏ ਜਦੋਂ ਸ਼ੋਅਸ ਦੇ ਵਿੱਚ ਜਾਂਦੇ ਹੋ ਤੇ ਧਿਆਨ ਪਿੱਛੇ ਰਹਿੰਦਾ ਹੈ ਨਾਲ ਨਾਲ ਕੀ ਯਾਰ ਕੀ ਕਰਦੇ ਫੋਨ ਕਰਦੇ ਰਹਿੰਦੇ ਹੋ ਨਾਲ ਨਾਲ ਬਿਲਕੁਲ ਰਹਿੰਦਾ ਨਹੀਂ ਵੀਰੇ ਤੁਸੀਂ ਪਹਿਲਾਂ ਇੱਕ ਸਵਾਲ ਕਰਿਆ ਸੀ ਵੀ ਤੁਹਾਡਾ ਇੱਥੇ ਰਹਿਣ ਦਾ ਰੀਜ਼ਨ ਕੀ ਹੈ ਹਾਂਜੀ ਮੈਂ ਤਾਂ ਪੁੱਛ ਇਕੱਲੇ ਕਿਉਂ ਬੈਠੇ ਹੋ ਉਹ ਇਹ ਹੈ ਵੀ ਇੱਥੇ ਸਾਡਾ ਸੱਚੀ ਮੁੱਚੀ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਅੱਛਾ ਇੰਨੀ ਟੈਨਸ਼ਨ ਫਰੀ ਜਗ੍ਹਾ ਹੈ ਹਾਂ ਟੈਨਸ਼ਨ ਫਰੀ ਜਗ੍ਹਾ ਕੋਈ ਫਿਕਰ ਨਹੀਂ ਹੁੰਦਾ ਸਾਨੂੰ ਨਾ ਹੀ ਉੱਥੇ ਕੋਈ ਖਤਰਾ ਹੈ ਇਹ ਬਹੁਤ ਵਧੀਆ ਜਗ੍ਹਾ ਜਿੱਥੇ ਰੱਬ ਨੇ ਸਾਨੂੰ ਸੇਫ ਹੈ ਕਾਫੀ ਸੇਫ ਹੈ ਵੈਸੇ ਤਾਂ ਪਰਮਾਤਮਾ ਮੈਨੂੰ ਇਹ ਸੇਫ ਹੋਵੇ ਤਾਂ ਉਹਦੇ ਸੇਫ ਕੋਈ ਵੀ ਨਹੀਂ ਹੈਗਾ ਬਟ ਇਹ ਹੈ ਵੀ ਅੱਛਾ ਹੈ ਮਾਹੌਲ ਅੱਛਾ ਹੈ ਸਾਨੂੰ ਵਧੀਆ ਲੱਗਿਆ ਇੱਥੇ ਆ ਕੇ ਜਿਹੜਾ ਤੁਸੀਂ ਪੁੱਛ ਰਹੇ ਹੋ ਵੀ ਫੋਨ ਕਰਦੇ ਇਹ ਗੱਲ ਸੱਚ ਹੈ ਮੈਂ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਵੀ ਆਪਣੇ ਬੱਚਿਆਂ ਨੂੰ ਫੋਨ ਕਰਦੀ ਹਾਂ ਔਰ ਸਾਡਾ 2 ਘੰਟਿਆਂ ਦੀ ਸਟੇਜ ਹੁੰਦੀ ਹੈ ਮੈਂ ਨਾਲ ਦੀ ਨਾਲ ਹੀ ਗੱਡੀ 'ਚ ਬੈਠ ਕੇ ਮੈਂ ਫਿਰ ਨਾਲ ਦੀ ਨਾਲ ਹੀ ਫੋਨ ਕਰਨਾ ਹੋਰ ਕੁਛ ਨਹੀਂ ਪਹਿਲਾਂ ਇਹ ਦੇਖਣਾ ਵੀ ਉਹਨਾਂ ਦੀ ਕੋਈ ਮਿਸ ਕਾਲ ਆਈ ਹੈ ਜਾਂ ਨਹੀਂ ਔਰ ਬੱਚਿਆਂ ਦੀਆਂ ਵੀ ਮਿਸ ਕਾਲਾਂ ਆਈਆਂ ਹੀ ਹੁੰਦੀਆਂ ਤਕਰੀਬਨ ਖਾਸ ਕਰਕੇ ਮੇਰੀ ਬੇਟੀ ਦੀਆਂ ਫਿਰ ਮੈਂ ਉਹਨਾਂ ਨੂੰ ਐਟ ਏ ਟਾਈਮ ਹੀ ਫੋਨ ਕਰਨਾ ਹੁੰਦਾ ਵੀ ਹਾਂਜੀ ਸ਼ੋਅ ਲੱਗ ਗਿਆ ਵਧੀਆ ਹੁਣ ਮੈਂ ਤੁਹਾਨੂੰ ਘੰਟਾ ਠਹਿਰ ਕੇ ਫੋਨ ਕਰੂੰਗੀ ਫਿਰ ਘੰਟਾ ਠਹਿਰ ਕੇ ਵੀ ਕਰਨਾ ਹੀ ਕਰਨਾ ਬੇਟੀ ਨੇ ਵੀ ਪੁੱਛਣਾ ਹੁੰਦਾ ਵੀ ਖਾਣਾ ਕੀ ਹੈ ਮੰਮੀ ਮੈਂ ਕੀ ਬਣਾ ਕੇ ਰੱਖਾਂ ਕਿਹੜੀ ਕੋਈ ਕੀ ਖਾਓਗੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਮਾਂ ਨੂੰ ਹਮੇਸ਼ਾ ਜ਼ਿਆਦਾ ਫਿਕਰ ਹੁੰਦੀ ਹੈ ਬਿਲਕੁਲ 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 ਪਰ ਬੱਚੀ ਤੁਹਾਡੀ ਬਹੁਤ ਸਮਝਦਾਰ ਜਿੱਦਾਂ ਕਹਿ ਰਹੇ ਕਿ ਪੁੱਛ ਕੇ ਰੱਖ ਦਈਏ ਕੀ ਬਣਾਵਾਂ ਨਹੀਂ ਤਾਂ ਅੱਜ ਕੱਲ੍ਹ ਦੇ ਬੱਚੇ ਨਹੀਂ ਦੇਖਦੇ ਹੁੰਦੇ ਹਾਂਜੀ ਪੁੱਛਦੇ ਰਹਿੰਦੇ ਮੰਮਾ ਖਾਣਾ ਖਾ ਕੇ ਵੈਸੇ ਤਾਂ ਮੇਡ ਲੱਗੀਆਂ ਹੋਈਆਂ 2 ਘਰ ਆਪਣੇ ਉਹ ਵਿਚਾਰੀਆਂ ਕਰਦੀਆਂ ਕੰਮ ਬੱਚੇ ਤਾਂ ਚਲੋ ਹੈ ਨਾ ਬਟ ਇਹ ਹੈ ਫਿਰ ਵੀ ਉਹਨੇ ਮੰਮਾ ਤੁਸੀਂ ਕੀ ਖਾਣਾ ਵੀ ਤੁਸੀਂ ਖਾ ਕੇ ਆਓਗੇ ਹਾਂ ਬੇਟੀਆਂ ਹੁੰਦੀਆਂ ਇਸ ਲਈ ਹੈ ਜੀ ਹਾਂ ਸਹੀ ਗੱਲ ਹੈ ਬੱਚੀਆਂ ਬਹੁਤ ਪਿਆਰੀਆਂ ਹੁੰਦੀਆਂ ਔਰ ਮੈਨੂੰ ਲੱਗਦਾ ਕਿ ਅੱਧੀ ਫਿਕਰ ਤਾਂ ਅੱਧੀ ਮੈਂ ਤਾਂ ਕਹਿੰਦੀ ਹਾਂ ਜੀ ਬਹੁਤ ਭਾਗਾਂ ਵਾਲਾ ਉਹ ਇਨਸਾਨ ਜਿਹਦੇ ਘਰੇ ਧੀ ਹੈ ਹੁਣ ਜਿਹੜੀ ਖਰੀਦਦਾਰੀ ਦੀ ਜ਼ਿੰਮੇਵਾਰੀ ਹੈ ਜਿਵੇਂ ਕੱਪੜੇ ਲੈਣੇ ਦੂਜੇ ਤੀਜੇ ਹੁਣ ਇਹਨਾਂ ਤੋਂ ਬਾਅਦ ਦੇ ਵਿੱਚ ਉਹ ਬੇਟੀ ਹੈ ਹੁਣ ਇਹਨਾਂ ਨਾਲ ਵੀ ਜਦ ਪੈਂਦੀ ਪਿਆ ਨਹੀਂ ਇਹ ਨਹੀਂ ਚੰਗਾ ਨੀਗਾ ਇਹ ਚੀਜ਼ ਨਹੀਂ ਲੈਣੀ ਮੰਮੀ ਆਹ ਲੈਣੀ ਫਿਰ ਉਹ ਜਿੱਤ ਜਾਂਦੀ ਹੈ ਧੀਆਂ ਦਾ ਜ਼ੋਰ ਹੁੰਦਾ ਧੀਆਂ ਦਾ ਜ਼ੋਰ ਹੁੰਦਾ ਬਿਲਕੁਲ ਪਰ ਇਹ ਰਿਸ਼ਤੇ ਜਿਹੜੇ ਆ ਨਾ ਹਮੇਸ਼ਾ ਪਰਿਵਾਰ ਜਿਹੜੇ ਆ ਨਾ ਭਰੇ ਭਰੇ ਤੇ ਹੱਸਦੇ ਖੇਡਦੇ ਹੀ ਵਧੀਆ ਲੱਗਦੇ ਐ ਹੀ ਰੱਖੇ ਰੱਬ ਸੱਚੇ ਪਾਤਸ਼ਾਹ ਸਾਰਿਆਂ ਦੇ ਪਰਿਵਾਰ ਰੱਬ ਸਾਰਿਆਂ ਦੇ ਪਰਿਵਾਰ ਨੂੰ ਖੁਸ਼ ਰੱਖੇ ਰੱਬ ਬੱਚਿਆਂ ਵੱਲੋਂ ਮਾਂ ਪਿਓ ਵੱਲੋਂ ਕਿਸੇ ਨੂੰ ਕੋਈ ਦੁੱਖ ਨਾ ਦਿਖਾਵੇ ਰੱਬ ਕਦੇ ਵੀ ਬਿਲਕੁਲ ਇੰਨੀਆਂ ਬਾਤ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਗਾਣੇ ਤੁਹਾਡੇ ਇੰਨੇ ਹਿੱਟ ਆ ਮੇਰੇ ਨਾਲ ਜਿਹੜੀ ਮੇਰੀ ਟੀਮ ਆਈ ਆ ਉਹ ਵੀ ਅਸੀਂ ਕਹਿੰਦੇ ਮੈਨੂੰ ਕਿ ਕਿਹਨਾਂ ਦਾ ਮੈਂ ਦੱਸਿਆ ਨਹੀਂ ਪਹਿਲੇ ਕਿਹਨਾਂ ਦੀ ਇੰਟਰਵਿਊ ਲਈ ਚੱਲੇ ਹਾਂ ਕਹਿੰਦੇ ਇੰਟਰਵਿਊ ਕਿਹਨਾਂ ਦਾ ਮੈਂ ਕਿਹਾ ਅਣਖੇਲਾ ਸਾਹਿਬ ਦੇ ਗੁਲਸ਼ਨ ਮੈਮ ਦਾ ਅੱਛਾ ਅਸੀਂ ਗਾਣੇ ਸੁਣੇ ਹੋਏ ਆ ਉਹਨਾਂ ਦੇ ਮੈਂ ਕਿਹਾ ਠੀਕ ਹੈ ਮੈਂ ਕਿਹਾ ਅਸੀਂ ਸੁਣਾਂਗੇ ਜ਼ਰੂਰ ਜਾ ਕੇ ਗਾਣੇ ਵੀ ਉੱਥੇ
ਤੇ ਤੁਸੀਂ ਪਲੀਜ਼ ਦੱਸੋ, ਤੁਹਾਡੇ ਇੰਨੇ ਸਾਰੇ ਫੇਮਸ ਗੀਤ ਹੈਗੇ ਹੈ ਨਾ, 302 ਤੇ ਹਰ ਜਗ੍ਹਾ ਹਰ ਕੋਈ ਸੁਣਦਾ, ਡਾਂਗ ਤੇ ਡੇਰੇ ਤੇ ਡਾਂਗ ਜਿਹੜਾ ਹੈਗਾ, ਡੇਰਾ ਡਾਂਗ ਉੱਤੇ ਡੇਰਾ, ਡਾਂਗ ਉੱਤੇ ਡੇਰਾ, ਇਹ ਵੀ ਹਰ ਕੋਈ ਸੁਣਦਾ। 302 ਤਾਂ ਆਪਣਾ ਹੁਣੇ ਆਇਆ, ਦੋ ਢਾਈ ਸਾਲ ਹੋਏ ਨੇ, ਤੇ ਟਾਈਮ ਟਪਾ ਮਿੱਤਰਾ ਡਾਂਗ ਉੱਤੇ ਡੇਰਾ ਜਿਹੜਾ ਉਹ ਅੱਜ ਵੀ ਓਨਾ ਹੀ ਚੱਲਦਾ, ਓਨੀ ਸਟੇਜਾਂ ਤੇ ਫਰਮਾਇਸ਼ਾਂ ਵੀ ਆਉਂਦੀਆਂ। ਕੋਈ ਐਸੀ ਸਟੇਜ ਨਹੀਂ ਸਾਡੀ ਜਿਹਦੇ 'ਤੇ ਡਾਂਗ ਉੱਤੇ ਡੇਰਾ ਜੱਟਦਾ, ਟਾਈਮ ਟਪਾ ਮਿੱਤਰਾ ਫਰਮਾਇਸ਼ਾਂ ਨਾ ਹੋਣ, ਜੇ ਨਾ ਗਾਈਏ ਤੇ ਦੁਬਾਰਾ ਕਹਿ ਦਿੰਦੇ, ਕਹਿ ਦਿੰਦੇ ਭਾਜੀ ਆ ਗਾਣਾ ਨਹੀਂ ਗਾ। ਔਰ 302 ਨੇ ਤਾਂ 302 ਨੇ ਤਾਂ ਬਿਲਕੁਲ ਬਿਲਕੁਲ ਬਹੁਤ ਬਹੁਤ ਮਾਣ ਬਖਸ਼ਿਆ ਇਸ ਗੀਤ ਨੇ ਸਾਨੂੰ। ਤੇ ਹੁਣ ਤੁਸੀਂ ਪਹਿਲਾਂ ਕਿਹੜਾ ਗੀਤ ਸੁਣਾਓਗੇ? ਜਿਹੜਾ ਤੁਸੀਂ ਕਹੋਗੇ ਸੁਣਾ ਦਾਂਗੇ। ਕੋਈ ਤੁਸੀਂ ਦੱਸੋ ਕਿਹੜਾ ਸੁਣੀਏ ਪਹਿਲੇ? ਕਿਹੜਾ ਸੁਣਨਾ? ਖੁਸ਼ਖਬਰੀ। ਖੁਸ਼ਖਬਰੀ, ਕੀ ਬਾਤ, ਕੀ ਬਾਤ, ਆਊਟ ਆਫ ਦੀ ਬਾਕਸ ਖੁਸ਼ਖਬਰੀ। ਖੁਸ਼ਖਬਰੀ ਮੇਰਾ ਆਪਣਾ ਲਿਖਿਆ ਹੋਇਆ ਦੁਗਾਣਾ, ਉਹ ਰਿਸ਼ਤਾ ਜੀਜਾ ਸਾਲੀ ਦਾ, ਅਤੇ ਬਾਕੀ ਉਹ ਗਾਣਾ ਐਸਾ ਹੈ ਜੀ, ਜਿੱਥੇ ਮਰਜ਼ੀ ਲਾ ਦਿਓ ਉਹਨੂੰ, ਪਰਿਵਾਰ 'ਚ ਲਾ ਲਓ, ਜਿੱਥੇ ਮਰਜ਼ੀ, ਜਾਣੀ ਕੋਈ ਕੁਝ ਵੀ ਉਹਦੇ 'ਚ, ਉਹ ਖੁਸ਼ੀ ਦੀ ਗੱਲ ਹੈ ਨਾ ਹੀ ਖੁਸ਼ਖਬਰੀ ਹੈ। ਮੈਡਮ ਨਾਲ ਹੀ ਕਹਿੰਦੇ ਚਲੋ ਚਲੋ, ਤੁਹਾਡੇ ਤੋਂ ਸ਼ੁਰੂ ਹੋ ਜੀ। ਜੀਜਾ ਜੀ ਆ ਕਰਮਾ ਵਾਲੀਏ, ਖੁਸ਼ਖਬਰੀ ਦੱਸਾਂ ਦੱਸ ਸਾਲੀਏ, ਕੀ ਖਵਾਵੇਗਾ ਮੇਰੇ ਇਸ ਬੋਲ ਸਲੱਖਣੇ ਆਖੇ ਦਾ, ਖੁਸ਼ਖਬਰੀ ਵੀ ਜੀਜਾ ਖੁਸ਼ਖਬਰੀ, ਤੂੰ ਡੈਡੀ ਬਣ ਗਿਆ ਕਾਕੇ ਦਾ, ਖੁਸ਼ਖਬਰੀ ਵੀ ਜੀਜਾ ਖੁਸ਼ਖਬਰੀ, ਤੂੰ ਡੈਡੀ ਬਣ ਗਿਆ ਕਾਕੇ ਦਾ, ਉਹ ਆ ਨੇੜੇ ਆ ਲੈ ਜੀਜਾ ਜੀ, ਇਹ ਗੱਲ ਪੱਕੀ ਆ ਨਾ, ਹਾਂ ਹੈ ਜੀਜਾ ਜੀ, ਇਹ ਗੱਲ ਪੱਕੀ ਆ ਨਾ, ਹਾਂ ਹੈ ਜੀਜਾ ਜੀ, ਉਹ ਭੈਣ ਤੇਰੀ ਦਾ ਵੇੜਾ ਵੀ ਹੁਣ ਭਰਿਆ ਭਰਿਆ ਜਾਪੂਗਾ, ਹੋਰ ਵਰੇ ਤੱਕ ਤੈਨੂੰ ਵੀ ਉਹ ਮਾਸੀ ਮਾਸੀ ਆਖੂਗਾ, ਖੁਸ਼ਖਬਰੀ ਵੀ ਜੀਜਾ ਖੁਸ਼ਖਬਰੀ, ਤੂੰ ਡੈਡੀ ਬਣ ਗਿਆ ਕਾਕੇ ਦਾ, ਹੋਰ ਵਰੇ ਤੱਕ ਤੈਨੂੰ ਵੀ ਉਹ ਮਾਸੀ ਮਾਸੀ ਆਖੂਗਾ। ਮੈਨੂੰ ਪੂਰੀ ਫੀਲਿੰਗ ਆ ਰਹੀ ਹੈ ਕਿ ਜਿੱਦਾਂ ਜਿੱਦਾਂ ਖਾੜਾ ਲੱਗਿਆ ਹੋਇਆ ਤੇ ਮੈਂ ਸੁਣ ਰਹੀ ਹਾਂ। ਇੱਕ ਹੋਰ ਤੁਸੀਂ ਦੱਸੋ, ਹੁਣੇ ਮੈਂ ਗਵਾ ਲੈਣੇ, ਫਿਰ ਬਾਅਦ 'ਚ ਨਹੀਂ, ਮੈਂ ਬਾਅਦ 'ਚ ਗੱਲਾਂ ਹੀ ਮਾਰਨੀ ਹੈ। ਹੋਰ ਅਸੀਂ ਇੱਕ ਆਪਣੀ ਪਸੰਦ ਦਾ ਸੁਣਾਉਂਦੇ। 302 ਕਰ, ਚਲ ਆਪਣੀ ਪਸੰਦ ਦਾ ਸੁਣਾ। ਹਾਂ ਓਕੇ, 302 ਵੀ ਸੁਣਾ ਦਾਂਗੇ। ਹਾਂਜੀ ਪਲੀਜ਼, ਉਹ ਤਾਂ ਮੇਰਾ ਫੇਵਰੇਟ। ਚਲ ਪਹਿਲਾਂ ਉਹ ਸੁਣਾ ਦਿੰਦੇ ਆ। ਆਇਓ ਸੁਰੂ ਚਾਰ ਕਿਲ ਮੜਾ ਜਾ। ਬਾਰਾ ਹੀ ਖਤਰਨਾਕ ਵੇ ਆਇਆ ਇੱਕ ਸੁਪਨਾ ਮੈਨੂੰ, ਹੋ ਗਈ ਕਿਉਂ ਪਾਣੀ ਪਾਣੀ ਨੀ ਨਖਰੋ ਕੀ ਹੋ ਗਿਆ ਤੈਨੂੰ, ਸਾਡੀ ਸੀ ਲਵ ਸਟੋਰੀ ਗੱਲ ਹੀ ਕੁਝ ਹੋਰ ਬਣਾਤੀ, ਮੰਤਰੀ ਮਾਮਾ ਮੇਰਾ ਉਹਨੇ ਸਾਰੀ ਗੇਮ ਕਮਾਤੀ, ਉਹ ਸਾਰਾ ਮੈਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਡਿੱਠੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ। ਵਾਹ, ਤੁਹਾਡੇ ਖਾੜੇ ਨਾ ਬਹੁਤ ਲੋਕੀ ਇੰਜੋਏ ਕਰਦੇ ਹੈ ਨਾ, ਚਾਹੇ ਇੱਥੇ ਹੋਣ, ਪਿੰਡਾਂ 'ਚ ਹੋਣ, ਹੈ ਨਾ, ਚਾਹੇ ਵਿਦੇਸ਼ਾਂ ਦੇ ਵਿੱਚ ਹੋਣ। ਬਹੁਤ ਪਿਆਰ ਮਿਲਦਾ ਜੀ, ਬਹੁਤ ਜ਼ਿਆਦਾ। ਅੱਛਾ, ਇੱਕ ਫੈਨ, ਮਤਲਬ ਪਿਆਰ ਤੋਂ ਯਾਦ ਆਇਆ, ਇੱਕ ਫੈਨ ਮੂਮੈਂਟ ਹੁੰਦਾ ਹੈ ਨਾ, ਕੁਝ ਫੈਨ ਇੱਦਾਂ ਦੇ ਹੁੰਦੇ ਜਿਹੜੇ ਬਹੁਤ ਚਿਰ ਤੋਂ ਤੁਹਾਡੇ ਨਾਲ ਜੁੜੇ ਹੁੰਦੇ ਆ, ਤੁਹਾਨੂੰ ਕੋਈ ਯਾਦ ਹੈ ਇੱਦਾਂ ਦਾ ਫੈਨ ਜੋ ਬਹੁਤ ਪੁਰਾਣਾ ਅਜੇ ਤੱਕ ਵੀ ਤੁਹਾਨੂੰ ਮੈਸੇਜ ਵਗੈਰਾ ਕਰ ਰਿਹਾ ਹੈ? ਬਹੁਤ ਸਾਰੇ ਬਹੁਤ ਪੁਰਾਣੇ ਫੈਨਸ ਜੁੜੇ ਹੋਏ ਨਾਲ। ਇੱਕ ਫੈਨ ਐਸਾ ਜੀ, ਉਹਨੇ ਸ਼ਾਮ ਨੂੰ 7:10 ਤੇ 15 ਦੇ ਵਿਚਾਲੇ ਮੈਨੂੰ ਰੋਜ਼ਾਨਾ ਡੇਲੀ ਕਾਲ ਕਰਨੀ ਹੀ ਕਰਨੀ, ਪੌਣੇ 7:00, ਪਤਾ ਨਹੀਂ ਕਿੰਨੇ ਸਾਲ ਹੋ ਗਏ, ਪਰਮਾਤਮਾ ਦੀ ਕਸਮ, ਪੌਣੇ 7:00 ਉਹਦਾ ਫੋਨ ਆਉਣਾ ਹੀ ਆਉਣਾ ਸੀ, ਪਿੱਕ ਕਰੀਏ ਜਾਂ ਨਾ ਕਰੀਏ, ਉਹਨੇ ਕਾਲ ਕਰਨੀ ਹੈ। ਇੱਕ ਫੈਨ ਸਰਸੇ ਦੇ ਲਾਗੇ ਪਿੰਡ ਆ ਮੱਲੇ ਕੇ,
ਉੱਥੇ ਦਾ ਮੁੰਡਾ ਉਹਨੇ ਪੂਰੇ ਸਰੀਰ 'ਤੇ ਜੀ ਟੈਟੂ ਵਾਲੀ ਸ਼ਾਹੀ ਨਾਲ ਲਿਖਵਾਇਆ ਹੋਇਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਨਾਲ ਨੰਬਰ ਲਿਖਾਇਆ ਪੂਰੇ ਸਰੀਰ 'ਤੇ। ਉਹ ਕਦੇ ਰੱਬ ਪਰਮਾਤਮਾ ਨੇ ਚਾਹਿਆ ਤੇ ਦਿਖਾਵਾਂਗੇ ਪਲੀਜ਼ ਪਲੀਜ਼ ਦਿਖਾਓ। ਔਰ ਇੱਕ ਫੈਨ ਦੋ ਫੈਨ ਹੋਰ ਨੇ ਸਾਡੇ ਜਲਾਲਾਬਾਦ ਸਾਈਡ ਦੇ ਆ, ਤੁਸੀਂ ਦੇਖੋ ਵੀ ਸਾਡਾ 100 ਕਿਲੋ 150 ਕਿਲੋਮੀਟਰ ਵੀ ਕਿਤੇ ਵੀ ਸ਼ੋਅ ਹੋਵੇ ਉਹ ਸਾਈਕਲ ਤੇ ਆ ਜਾਂਦੇ ਨੇ। ਅੱਛਾ ਸਾਈਕਲ ਤੇ ਜਿਵੇਂ ਮਰ ਉਹਨਾਂ ਨੇ ਜੋੜੀ ਨੇ ਬੈਠੇ ਉਹਨਾਂ ਦਾ ਨਾਮ ਕਾਲਾ ਮਾਲਾ ਆਨਾ ਇੰਨੀ ਪਹਿਚਾਣ ਹੋ ਗਈ। ਔਰ ਮੇਰੇ ਖਿਆਲ 'ਚ ਵੀ ਉਹਨਾਂ ਨੇ ਜਲਾਲਾਬਾਦ ਏਰੀਏ 'ਚ ਕੋਈ ਵੀ ਸਾਡਾ ਸ਼ੋਅ ਨਹੀਂ ਛੱਡਿਆ, ਜਿਹੜੇ ਪਰਸਨਲ ਸ਼ੋਅ ਹੁੰਦੇ ਨਾ ਮੈਰਿਜ ਦੇ ਉੱਥੇ ਵੀ ਪਹੁੰਚ ਜਾਂਦੇ ਨੇ। ਹਾਂ ਬਿਲਕੁਲ ਸਕੂਨ ਮਿਲਦਾ ਜੀ। ਵੇਖੋ ਇਹਨਾਂ ਉਹੀ ਗੱਲ ਇਸ਼ਕ ਦੀ ਆ ਜਾਂਦੀ ਹੈ ਜੀ। ਗੁਰੂ ਜੀ ਨੂੰ ਮਿਲਿਆ ਨੂੰ ਵੀ ਸਾਨੂੰ ਸਾਲ ਵੀ ਨਹੀਂ ਸੀ ਹੋਇਆ ਤੇ ਬਸ ਤਾਰਾਂ ਜੁੜ ਗਈਆਂ ਸਾਡੀਆਂ ਬੋਧੀਆਂ ਕਿ ਮੈਨੂੰ ਵੀ ਬਚਪਨ ਤੋਂ ਇਹਨਾਂ ਚੀਜ਼ਾਂ ਨਾਲ ਲਗਾਇਆ ਜੀ। ਸਾਡਾ ਫਕੀਰੀ ਲਾਈਨ ਨਾਲ ਅਸੀਂ ਬਹੁਤ ਮੋਹ ਮੁਹੱਬਤ ਪਿਆਰ ਆ ਸਾਡਾ। ਸਾਡੇ ਪਿੰਡ ਦਰਬਾਰ ਆ ਜਿੱਥੇ ਮੇਲਾ ਕਰਾਉਂਦੇ ਅਸੀਂ ਉੱਥੋਂ ਬਚਪਨ ਤੋਂ ਜੁੜੇ ਹੋਏ ਹਾਂ। ਪੀਰਾਂ ਫਕੀਰਾਂ ਦੇ ਨਾਲ ਸਾਡਾ ਮੁਹੱਬਤ ਮੋਹ ਪਿਆਰ ਜਿੱਦੇ ਸਰਕਾਰਾਂ ਮਿਲੀਆਂ ਸਾਨੂੰ ਸਰਕਾਰ ਛਪਾਰ ਵਾਲੇ ਹੈਪੀ ਬਾਬਾ ਜੀ ਅਤੇ ਬਸ ਦੂਜੀ ਤੀਜੀ ਮੁਲਾਕਾਤ ਦੇ ਵਿੱਚ ਹੀ ਅਸੀਂ ਮੈਨੂੰ ਇੰਨਾ ਕੁ ਚੰਗਾ ਲੱਗਿਆ ਜੀ ਵੀ ਆਹ ਦੇਖ ਲਓ ਸਭ ਆਪਾਂ ਚੱਕ ਕੇ ਲੈ ਕੇ ਪਿਆਰ ਦੇਖ ਲਓ ਅਤੇ ਹੁਣ ਚੰਡੀਗੜ੍ਹ ਗਏ ਸਾਨੂੰ ਉਹ ਸੁਣਨਾ ਲੱਗ ਰਿਹਾ ਸਭ ਕੁਛ। ਇਹਨਾਂ ਨੇ ਕਿਤੇ ਵੀ ਜਾਣਾ, ਇਹਨਾਂ ਨੇ ਵੀਡੀਓ ਕਾਲ ਕਰਕੇ ਉਹਨਾਂ ਨੂੰ ਵੇਖ ਕੇ ਫੇਰ ਦਰਸ਼ਨ ਕਰਨੇ ਹੀ ਕਰਨੇ। ਇਹ ਵੀ ਦੇਖ ਲਓ ਇਹ ਇੱਕ ਕਿੱਦਾਂ ਦੀ ਮੁਹੱਬਤ ਹੈ, ਲਗਾਓ ਲਗਾਓ ਜੀ ਮੁਹੱਬਤ ਹੈ ਕਿ ਦੇਖੋ ਕਹਿ ਰਹੇ ਕਿ ਗੱਲ ਜ਼ਰੂਰ ਕਰਨੀ ਹੈ ਕਿ ਨਹੀਂ। ਹਾਂ ਬਿਲਕੁਲ ਬਿਲਕੁਲ ਵੀਡੀਓ ਕਾਲ ਇੱਕ ਤੇ ਵੀ ਨਹੀਂ ਜਾਂਦੇ ਉਹਨਾਂ ਨਾਲ ਗੱਲ ਕੀਤੇ ਬਿਨਾ। ਮੈਂ ਫੋਨ ਕਰਦੇ ਹੀ ਰਹਿਣਾ ਵੀ ਗੁਰੂ ਜੀ ਜੀ ਨਹੀਂ ਲੱਗਦਾ ਵੀ ਹੋਣ ਤੇ ਸਾਨੂੰ ਭਾਵੇਂ ਪਤਾ ਹੋਵੇ ਵੀ ਘਰੇ ਨੇ ਜਾਂ ਕੋਠੀ 'ਚ ਨੇ ਅਤੇ ਇਹ ਲੱਗਦਾ ਵੀ ਸਾਰਾ ਸਾਰਾ ਪੰਜਾਬ ਹੀ ਸਾਡੇ ਕੋਲ ਆ। ਅਰੇ ਵਾਹ। ਅੱਛਾ ਫੈਨਸ ਦੀ ਮੈਂ ਗੱਲ ਕਰ ਰਹੀ ਸੀਗੀ, ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ ਕਿ ਤੁਹਾਡੇ ਤਾਂ ਇੰਨੇ ਲੰਬੇ ਚਿਰ ਤੋਂ ਔਰ ਇੰਨੇ ਪੁਰਾਣੇ ਫੈਨਸ ਵੀ ਹੈਗੇ ਆ, ਪਰ ਤੁਹਾਨੂੰ ਲੱਗਦਾ ਕਿ ਇੱਕ ਇੱਕ ਲੋਇਲਟੀ ਹੁੰਦੀ ਸੀਗੀ ਪਹਿਲਾਂ ਜੋ ਅਸੀਂ ਵੇਖਦੇ ਹੈ ਨਾ, ਤੁਸੀਂ ਜਿੱਦਾਂ ਚਮਕੀਲੇ ਸਾਹਿਬ ਦੇ ਬਹੁਤ ਫੈਨ ਰਹੇ ਹੋ ਹੈ ਨਾ, ਕਿ ਇੱਕ ਲੋਇਲਟੀ ਹੁੰਦੀ, ਤੁਹਾਨੂੰ ਲੱਗਦਾ ਕਿ ਅੱਜ ਦੇ ਫੈਨਸ 'ਚ ਉਹ ਲੋਇਲਟੀ ਘੱਟ ਹੋਈ ਹੈ? ਕਿਉਂਕਿ ਬਹੁਤ ਸਾਰੇ ਮੈਂ ਲੋਕ ਇੱਦਾਂ ਦੇ ਦੇਖੇ ਕਿ ਜਿਹੜੇ ਸਿਰਫ ਰੀਲਸ ਦੇ ਚੱਕਰ ਦੇ ਵਿੱਚ ਜਾਂ ਰੀਲਸ ਦੇ ਜ਼ਮਾਨੇ ਦੇ ਵਿੱਚ ਸਿਰਫ ਸੈਲਫੀਆਂ ਵਾਲੇ ਰਹਿ ਗਏ ਕਿ ਉਹ ਵੀ ਆਰਟਿਸਟ ਨੂੰ ਜਾ ਕੇ ਸਟੇਜ 'ਤੇ ਕਹਿਣਗੇ ਕਿ ਫੋਟੋ ਖਿਚਾ ਲਓ ਅਸੀਂ ਜਾਣਾ ਹੈ ਨਾ, ਇਹ ਤੁਹਾਨੂੰ ਲੱਗਦਾ ਕਿ ਇੱਕ ਫਰਕ ਜਿਹੜਾ ਆਇਆ ਹੈ? ਫਰਕ ਨਹੀਂ ਹੈ, ਜ਼ਮਾਨਾ ਡਿਜੀਟਲ ਹੋ ਗਿਆ, ਅੱਜ ਕੱਲ ਸੋਰਸ ਆ ਗਿਆ ਸਾਰਾ ਕੁਝ, ਜ਼ਰੂਰੀ ਵੀ ਹੈ ਫੋਟੋ ਕਰ ਸਕਦੇ, ਜ਼ਰੂਰੀ ਵੀ ਹੈ ਇਹ, ਜ਼ਰੂਰੀ ਵੀ ਹੈ ਸਿੰਗਲ, ਇਸ ਤੋਂ ਬਿਨਾ ਤੇ ਹੈ ਵੀ ਕੁਝ ਨਹੀਂ ਹੁਣ। ਪਰ ਉਹ ਲਾਇਲਟੀ ਖਤਮ ਹੋ ਗਈ ਹੈ ਕਿ ਉਹ ਤਾਂ ਫਿਰ ਉਹ ਤਾਂ ਘਰਾਂ 'ਚ ਵੀ ਆਪਣੇ ਚੁੱਲ੍ਹਿਆਂ ਤੇ ਹੋ ਗਈ, 4-5 ਘੰਟੇ ਖੜੇ ਰਹਿੰਦੇ ਸੀ ਉਹ ਤਾਂ ਭੈਣ ਮੇਰੀ, ਆਪਣੇ ਚੁੱਲ੍ਹਿਆਂ ਤੇ ਵੀ ਹੋ ਗਈ। ਪਹਿਲਾਂ ਆਪਾਂ ਬੇਬੇ ਬਾਪੂ ਕੋਲ ਬਹਿੰਦੇ ਸੀ, ਉਹਨਾਂ ਦੀਆਂ ਗੱਲਾਂ ਸੁਣਦੇ ਸੀ, 10 ਮਿੰਟ ਰਾਤ ਨੂੰ ਵੀ ਪੈਣ ਵੇਲੇ ਬਜ਼ੁਰਗਾਂ ਕੋਲ ਬੈਠਣਾ, ਕੋਈ ਬਾਤ ਸੁਣ ਲਈ, ਕੋਈ ਗੱਲ ਸੁਣ ਲਈ, ਕਿਉਂਕਿ ਉਦੋਂ ਇਹ ਨਹੀਂ ਸੀ। ਹੁਣ ਨਾ ਭਰਾ ਭੈਣ ਨੂੰ ਨਹੀਂ ਬੁਲਾਉਂਦਾ, ਉਹ ਆਪਣੇ ਮੋਬਾਈਲ 'ਚ ਲੱਗਿਆ ਹੁੰਦਾ, ਬਾਪੂ ਬੇਬੇ ਆਪਣੇ ਮੋਬਾਈਲ 'ਚ ਲੱਗੇ ਹੁੰਦੇ, ਕਹਿਣ ਤੋਂ ਬਾਪੀ ਉਹ ਸਮਾਂ ਰਹੀ ਨਹੀਂ ਗਿਆ। ਪਰ ਜੇ ਆਪਾਂ ਸਾਡੇ ਸਰੋਤਿਆਂ ਦੀ ਗੱਲ ਕਰੀਏ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਤੁਸੀਂ ਹੁਣੇ ਗੱਲ ਕੀਤੀ ਵੀ ਖੜੇ ਰਹਿੰਦੇ ਸੀ, ਇਹ ਅੱਜ ਵੀ ਸੱਚ ਆ ਸਾਡੇ ਲਈ, ਅੱਜ ਵੀ ਸੱਚ। ਮੈਂ ਹੋਈ ਕਿਹਾ ਤੁਹਾਡੇ ਹਜੇ ਤੱਕ ਇੰਨੇ ਪੁਰਾਣੇ ਫੈਨ ਹੈਗੇ। ਹਾਂ ਸੱਚੀ ਕਹਿੰਦੇ, ਚਲੋ ਟੱਚ ਵੁੱਡ ਇੱਦਾਂ ਹਰ ਇੱਕ ਦਾ ਹੋਵੇ। ਅਸੀਂ ਮਤਲਬ ਕਿ ਬਾਬਾ ਜੀ ਦੀ ਕਿਰਪਾ ਨਾਲ 10 ਘੰਟੇ ਵੀ ਗਾਇਆ ਸਟੇਜ ਤੇ, ਹੁਣੇ ਦੀ ਗੱਲ ਔਰ 10 ਘੰਟੇ ਸਾਡੇ ਸਰੋਤਿਆਂ ਨੇ ਸਾਨੂੰ ਇੱਕ ਜਗ੍ਹਾ 'ਤੇ ਖੜ੍ਹ ਕੇ ਬੈਠ ਕੇ ਉੱਥੇ ਹੀ ਸੁਣਿਆ, ਛੋਟੇ ਛੋਟੇ ਬੱਚੇ ਉਹਨਾਂ ਦੇ ਕੋਲ, ਔਰ ਉਹ ਵੀ ਰਾਤ ਨੂੰ। ਤੁਸੀਂ ਦੇਖੋ ਇਹ ਰਾਤ ਦੀ ਗੱਲ ਹੈ ਕਿ ਸ਼ਾਮੀ 4 ਵਜੇ ਸਾਡਾ ਸ਼ੋਅ ਸ਼ੁਰੂ ਹੋਇਆ, ਮੈਂ ਇੱਕ ਰੈਲੀ ਦੀ ਗੱਲ ਹੈ ਹੈ ਨਾ, ਔਰ ਰਾਤ ਨੂੰ 11-12 ਵਜੇ ਤੀਕਰ ਸਾਡੇ ਸਰੋਤੇ
ਉਸੇ ਤਰ੍ਹਾਂ ਹੀ ਦੇਖੋ, ਉਸੇ ਜਗ੍ਹਾ ਤੇ ਖੜੇ ਰਹੇ, ਉਸੇ ਜਗ੍ਹਾ ਤੇ ਬੈਠੇ ਰਹੇ। ਸਾਡੇ ਲਈ ਤਾਂ ਸਾਨੂੰ ਆਈ ਲੱਗਦਾ ਵੀ ਜਿਹੜਾ ਪੁਰਾਣਾ ਸਮਾਂ ਚੱਲ, ਫੋਟੋ ਵਾਲਾ ਯੁੱਗ ਆ ਜਾਂ ਸੈਲਫੀ ਵਾਲਾ, ਅੱਜ ਵੀ ਜਿਹੜੇ ਬੰਦੇ ਪਿਆਰ ਕਰਦੇ ਨਾ, ਜਿਹੜੇ ਫੈਨ ਨੇ ਅਸਲ, ਉਹਨਾਂ ਨੂੰ ਫੋਟੋ ਨਹੀਂ ਵਾਸਤਾ ਕੋਈ, ਉਹਨਾਂ ਨੂੰ ਤੇ ਬਸ ਦੇਖਣ ਨਾ, ਉਹਨਾਂ ਨਾਲ ਗੱਲ ਕਰਨ ਵਾਸਤਾ ਵੀ ਤੁਹਾਡੇ ਨਾਲ ਦੋ ਗੱਲਾਂ ਕਰ ਲਈਏ, ਦੋ ਗੱਲਾਂ ਕਰ, ਹਾਂ ਜਾਂ ਅਸੀਂ ਆਏ ਹਾਂ ਜੀ ਅਸੀਂ ਆਹ ਕੁਛ ਹੈ। ਪਰ ਇਹ ਕਲਾਕਾਰ ਤੇ ਵੀ ਡਿਪੈਂਡ ਕਰਦਾ ਹੈ। ਹਾਂ, ਹਰ ਇੱਕ ਦੇ ਦਿਲ ਚ ਇੱਕ ਜਗ੍ਹਾ ਬਣੀ ਹੁੰਦੀ ਹੈ, ਜਿਹੜੇ ਸਾਡੇ ਸਰੋਤੇ ਆ ਨਾ, ਮੈਨੂੰ ਆਈ ਥਿੰਕ ਉਹ ਮੈਨੂੰ ਲੱਗਦਾ ਵੀ ਠੀਕ ਆ, ਉਹ ਸਾਡੇ ਹੀ ਹੈ। ਕਿਉਂਕਿ ਕਿੰਨੇ ਮੇਲੇ ਅਸੀਂ, ਕਿੰਨੇ ਵਿਆਹਾਂ ਦੇ ਪ੍ਰੋਗਰਾਮਾਂ 'ਤੇ ਠੀਕ ਆ, ਉਹਨਾਂ ਨੂੰ ਬੈਠਣਾ ਹੀ ਪੈਂਦਾ। ਜਿਹੜਾ ਮੇਲਾ ਹੁੰਦਾ ਨਾ, ਮੇਲਾ ਆਪਣੀ ਮਰਜ਼ੀ ਦਾ ਹੁੰਦਾ, ਮੇਲੇ 'ਚ ਆਪਾਂ ਕਦੀ ਕਿਸੇ ਨੂੰ ਬੰਦਿਸ਼ ਨਾ ਨਹੀਂ ਬਿਠਾ ਸਕਦੇ। ਵਿਆਹ ਵਿੱਚ ਰਿਸ਼ਤੇਦਾਰ ਆਏ ਹੁੰਦੇ ਨੇ, ਉਹਨਾਂ ਨੂੰ ਬਹਿਣਾ ਹੀ ਪੈਣਾ, ਵਿਆਹ ਵੇਖਣਾ ਪੈਣਾ, ਚੰਗਾ ਗਾਉਂਦੇ ਆ ਮਾੜਾ ਗਾਉਂਦੇ, ਠੀਕ ਹੈ ਇੰਜੋਏ ਕਰੋ। ਬਟ ਜਿਹੜਾ ਮੇਲਾ ਹੁੰਦਾ, ਮੇਲੇ 'ਚ ਬੈਠੋ, ਜੇ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਬੈਠ ਕੇ ਸੁਣੋ ਕਲਾਕਾਰ ਨੂੰ, ਨਹੀਂ ਤਾਂ ਆਪਦਾ ਖਾਓ ਪੀਓ ਅਤੇ ਘਰ ਨੂੰ ਵਾਪਸ ਜਾਓ। ਪਰ ਤੁਸੀਂ ਯਕੀਨ ਕਰਿਓ, ਪਰਮਾਤਮਾ ਦੀ ਇੰਨੀ ਕੁ ਕਿਰਪਾ ਹੈ, ਇੰਨੀ ਕੁ ਰਹਿਮਤ ਹੈ, ਜਿੰਨੇ ਵੀ ਮੇਲੇ ਅਸੀਂ ਲਾਉਂਦੇ ਹਾਂ, ਸਾਡੀਆਂ ਭੈਣਾਂ, ਸਾਡੇ ਸਰੋਤੇ, ਬਜ਼ੁਰਗ ਸਭ ਬੈਠੇ ਰਹਿੰਦੇ ਆ, ਸਾਨੂੰ ਇਹ ਕਹਿੰਦੇ, ਦੋ ਗੀਤ ਹੋਰ ਲਾ ਦਿਉ, ਦੋ ਗੀਤ ਹੋਰ ਲਾ ਦਿਉ, ਇਹ ਬਹੁਤ ਵੱਡੀ ਗੱਲ ਆ। ਔਰ ਹੁਣ ਇਹ ਗੱਲ ਸੱਚ ਵੀ ਆ, ਸੁਣਨਗੇ ਵੀ ਕਈ ਸਾਡੇ ਸਰੋਤੇ, ਕਈ ਪਿੰਡਾਂ 'ਚ ਸਾਨੂੰ ਫੋਨ ਆਉਂਦਾ ਵੀ ਤੁਹਾਨੂੰ ਬੁੱਕ ਕਰਨਾ ਮੇਲਾ ਸਾਡੇ ਪਿੰਡ, ਅਤੇ ਅਸੀਂ ਕਹਾਂਗੇ ਵੀ ਇੰਨੇ ਪੈਸੇ, ਜਿੰਨਾ ਕੁ ਆਪਣਾ ਰੇਟ ਹੈਗਾ। ਕਹਿਣਗੇ ਵੀ ਦੇਖ ਲਓ, ਲੇਡੀਜ਼ ਦੀ ਵੀ ਫਰਮਾਇਸ਼ ਆ, ਅਸੀਂ ਜਦੋਂ ਜਾਂਦੇ ਹਾਂ ਨਾ ਗਰਾਈ ਲੈਣ ਪਿੰਡਾਂ 'ਚ, ਅਤੇ ਕਹਿੰਦੇ ਵੀ ਕਿਹੜਾ ਸਿੰਗਰ ਆਉਂਦਾ, ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਯਾਦ ਆ। ਔਰ ਕਹਿਣਗੇ ਜੇ 100 ਰੁਪਈਆ ਦਿੰਦੀਆਂ ਨਾ ਜਨਾਨੀਆਂ, ਤਾਂ ਤੁਹਾਡੇ ਨਾਲ ਉਹਨੂੰ 500 ਦਿੰਦੀਆਂ, ਵੀ ਹਾਂ ਉਹ ਜੋੜੀ ਆਉਣੀ ਚਾਹੀਦੀ ਆ। ਪਿੱਛੇ ਇੰਨਾ ਸਿੱਧੂ ਵੀਰੇ ਦੇ ਨਾ, ਜਾਣੀ ਸਹੁਰਾ ਪਰਿਵਾਰ 'ਚੋਂ ਫੁੱਫੜ ਜੀ ਲੱਗਦੇ ਸੀ, ਉਹਨਾਂ ਦੇ ਪਿੰਡ ਟੂਰਨਾਮੈਂਟ ਸੀ, ਉੱਥੇ ਸਾਨੂੰ ਉਹਨਾਂ ਨੇ ਦੱਸਿਆ ਸ਼ੋਅ ਤੋਂ ਬਾਅਦ, ਕਹਿੰਦੇ ਵੀ ਸਾਡੇ ਪਿੰਡ 'ਚ ਨਾ ਕੋਈ ਕਹਿੰਦਾ ਫਲਾਣਾ ਕਲਾਕਾਰ ਲਿਆਉਣਾ, ਕੋਈ ਕਹਿੰਦਾ ਉਹ ਲਿਆਉਣਾ, ਅਤੇ ਸਾਡਾ ਕਹਿੰਦੇ ਸਰਪੰਚ ਬਹੁਤ ਸਿਆਣਾ, ਉਹਨੇ ਕਹਿੰਦਾ ਵੀ ਛੋਟੇ ਬੱਚੇ ਬੁਲਾ ਲਏ, ਬੱਚੇ ਇਕੱਠੇ ਕਰ, 10 ਛੋਟੇ ਛੋਟੇ ਬੱਚੇ 10 ਬੁਲਾ ਲਏ, ਕਹਿੰਦਾ ਵੀ ਤੁਸੀਂ ਨਾ, ਤੁਹਾਡੀ ਕਿਸੇ ਦੀ ਨਹੀਂ ਚੱਲਣੀ, ਇਹਨਾਂ ਨੂੰ ਪੁੱਛੋ ਇਹ ਕੀ ਚਾਹੁੰਦੇ, ਜੋ ਇਹ ਕਹਿਣਗੇ ਆਪਾਂ ਉਹ ਕਰਾਂਗੇ। ਸਾਰਿਆਂ ਨੇ ਕਹਿਤਾ ਠੀਕ ਹੈ ਜੀ, ਅਤੇ ਬੱਚੇ ਨਿੱਕੇ ਨਿੱਕੇ ਨੇ 10 ਨੇ ਕਿਹਾ ਜੀ ਬਲਕਾਰ ਅਣਖਿਲਾ ਅਤੇ ਮਨਜਿੰਦਰ ਗੁਲਸ਼ਨ, ਉਹਨਾਂ ਦਾ ਥਾਪੀਆਂ ਸੌਂਗ ਸੁਣਨਾ, ਕਹਿੰਦੇ ਥਾਪੀਆਂ ਸੌਂਗ ਵਾਲੀ ਜੋੜੀ ਲਿਆਉਣੀ ਹੈ ਜੀ। ਔਰ ਕਹਿੰਦੇ ਫਿਰ ਅਸੀਂ ਕਿਹਾ ਵੀ ਚਲੋ ਠੀਕ ਹੈ ਭਾਈ, ਉਹਨਾਂ ਨੂੰ ਖੁਸ਼ੀ ਹੋਈ ਕੀਤਾ, ਬਹੁਤ ਖੁਸ਼ੀ ਮਹਿਸੂਸ ਹੋਈ ਵੀ ਠੀਕ ਹੈ ਯਾਰ। ਗੁੱਸਾ ਗੱਭਰੂ ਦਾ ਸੂਰਜ ਨੂੰ ਠਾਰਦਾ, ਉਹ ਜੱਟ ਅਣਖੀਆ ਵੈਰੀ ਨੂੰ ਅੰਗਾਰਦਾ, ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁਕ ਗਏ ਨੇ ਕੁੰਡੇ, ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁਕ ਗਏ ਨੇ ਕੁੰਡੇ, ਹੁਣ ਡਰਦਾ ਨਾ ਕੋਈ ਬਾਹਰ ਨਿਕਲੇ, ਤੇ ਪਿੰਡ ਸੁਨਸਾਨ ਹੋ ਗਿਆ ਹਾਏ, ਹੋ ਸੱਥ ਚ ਖਲੋ ਕੇ ਮਾਰੇ ਥਾਪੀਆਂ, ਪੁੱਤ ਜੱਟ ਦਾ ਜਵਾਨ ਹੋ ਗਿਆ। ਤੁਹਾਨੂੰ ਮੈਨੂੰ ਬਹੁਤ ਮਜ਼ਾ ਆ ਰਿਹਾ ਤੁਹਾਨੂੰ ਲਾਈਵ ਸੁਣ ਕੇ, ਹੈ ਨਾ, ਗੱਲਾਂ ਬਾਤਾਂ ਤੁਹਾਡੀਆਂ ਮਜ਼ੇਦਾਰ ਹੈ ਹੀ ਹੈ, ਬਟ ਤੁਹਾਨੂੰ ਲਾਈਵ ਸੁਣ ਕੇ ਨਾ ਬਹੁਤ ਮਜ਼ਾ ਆ ਰਿਹਾ। ਮੈਂ ਤਾਂ ਚਾਹੁੰਦੀ ਹਾਂ ਜਿੱਦਾਂ ਤੁਸੀਂ ਖਾੜੇ ਲਾਉਂਦੇ ਹੋ, ਲੰਬੇ ਲੰਬੇ ਇੰਟਰਵਿਊ ਵੀ ਇੰਨੀ ਲੰਬੀ ਚੱਲੇ, ਪਰ ਓਬਵੀਅਸਲੀ ਹੈ ਨਾ ਇੱਕ ਸਮੇਂ ਦਾ ਹੁੰਦਾ ਹੈ। ਬਿਲਕੁਲ ਜੀ, ਆਪੋ ਆਪਣੇ ਕਾਰੋਬਾਰ ਨੇ, ਬਿਲਕੁਲ ਹੈ ਨਾ, ਤੁਸੀਂ ਤੁਹਾਡੀ ਵੀ ਜੋਬ ਹੈ,
ਅਸੀਂ ਸਾਡੀ ਜੌਬ ਤੁਹਾਡੇ ਲਈ ਲੱਗੀ ਹੋਈ ਹੈ। ਰੱਬ ਕਰੇ ਕਦੇ ਮੌਕਾ ਮਿਲੇ ਵੀ ਤੁਸੀਂ ਸੁਣੋ ਸਾਨੂੰ। ਥੈਂਕ ਯੂ, ਤੁਹਾਡੇ ਕਾਰਨ ਹੀ ਅਸੀਂ ਲੋਕਾਂ ਦੇ ਰੂਬਰੂ ਹੁੰਨੇ ਆ ਜੀ। ਥੈਂਕ ਯੂ। ਬਟ ਨਹੀਂ, ਥੈਂਕ ਯੂ ਸੋ ਮਚ, ਤੁਸੀਂ ਇੰਨੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਆਪਣਾ ਸਮਾਂ ਸਾਨੂੰ ਦਿੱਤਾ ਹੈ ਨਾ, ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ। ਦੇਖੋ ਜੀ, ਅਸੀਂ ਵੀ ਦੇਣ ਨਹੀਂ ਦੇ ਸਕਦੇ ਤੁਹਾਡਾ ਕਿ ਤੁਸੀਂ ਸਾਨੂੰ ਪੂਰੇ ਦੁਨੀਆਂ ਨੂੰ ਵਿਖਾ ਰਹੇ ਹੋ, ਦੇਖ ਰਹੇ ਹੋ, ਸਾਡੇ ਲਈ ਚੱਲ ਕੇ ਆਏ ਹੋ, ਤੇ ਅਸੀਂ ਕਿਵੇਂ ਤੁਹਾਡਾ ਦਿਨ ਦੇ ਸਕਦੇ। ਮੈਂ ਹਰ ਇੱਕ ਇੰਟਰਵਿਊ 'ਚ ਨਾ ਬੋਲਣਾ ਚਾਹੁੰਦੀ ਹੁੰਦੀ ਹਾਂ ਪਰ ਭੁੱਲ ਜਾਂਦੀ ਹਾਂ। ਅੱਜ ਮੈਨੂੰ ਯਾਦ ਆ ਗਈ, ਮੈਂ ਬੋਲ ਸਕਦੀ ਹਾਂ। ਬਿਲਕੁਲ, ਪੱਤਰਕਾਰਾਂ ਲਈ ਕੁਛ ਬੋਲਣਾ ਚਾਹੁੰਦੀ ਹਾਂ ਮੈਂ ਕਿ ਪਲੀਜ਼ ਸਾਰੇ ਰਿਸਪੈਕਟਡ ਹੋ ਤੁਸੀਂ, ਸਾਡੇ ਜਿਹੜੀਆਂ ਭੈਣਾਂ ਪੱਤਰਕਾਰ, ਵੀਰ ਪੱਤਰਕਾਰ ਸਾਰੇ ਬਹੁਤ ਵਧੀਆ ਹੈ ਨਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਦੀ ਆਪਾਂ ਇੰਟਰਵਿਊ ਕਰਦੇ ਹੁੰਦੇ ਹਾਂ ਪਲੀਜ਼ ਉੱਦਾਂ ਦੀ ਦਿਖਾਇਆ ਕਰੋ। ਇਹ ਸੱਚ ਹੈ, ਬਹੁਤ ਕੁਛ ਤੋੜ ਮਰੋੜ ਕੇ ਉਹਨੂੰ ਕਰ ਦਿੰਦੇ ਨੇ ਯਾਰ, ਪਲੀਜ਼ ਹੈ ਨਾ। ਉਹਦਾ ਸਾਨੂੰ ਜਵਾਬ ਦੇਣਾ ਪੈਂਦਾ ਸਾਡੇ ਸਰੋਤਿਆਂ ਨੂੰ, ਕਿਉਂਕਿ ਕਈ ਵਾਰੀ ਅੱਜ ਕੱਲ੍ਹ ਲੋਕਾਂ 'ਚ ਇੰਨਾ ਸਬਰ ਹੈ ਨਹੀਂ ਹੈ ਮੈਮ ਕਿ ਉਹ ਤੁਹਾਡੀ ਸਾਰੀ ਇੰਟਰਵਿਊ ਸੁਣਨ। ਕਈ ਵਾਰੀ ਸਿਰਫ ਸ਼ੁਰੂ ਤੋਂ ਜੋ ਆਪਾਂ ਦਿਖਾਉਂਦੇ ਹਾਂ, ਜੋ ਆਪਾਂ ਦਿਖਾਉਂਦੇ ਹਾਂ ਨਾ ਵਾਰ ਵਾਰ ਇੱਥੇ ਆ ਕੇ ਉਹੀ ਪੁੱਛ ਕੇ ਦਿੰਦੇ, ਬਾਈ ਤੁਹਾਡੀ ਇੰਟਰਵਿਊ 'ਚ ਲੈਣ ਸੀ ਉਹ 'ਚ ਆ ਗੱਲ ਸੱਚ ਆ, ਉਹਨੂੰ ਪੂਰੀ ਤਾਂ ਸੁਣੋ। ਹੋਰ ਅੰਦਰ ਕੁਝ ਹੋਰ ਹੁੰਦਾ ਕਹਿਣ ਤੋਂ ਬਾਅਦ ਉਹਨਾਂ ਨੂੰ ਇਹ ਨੀ ਆ ਵੀ ਜਿਨ੍ਹਾਂ ਦਾ ਅਸੀਂ ਬਣਾ ਰਹੇ ਹਾਂ ਗੱਲ, ਉਹਨਾਂ ਦੀ ਸਿਹਤ ਤੇ ਕੀ ਅਸਰ ਪੈਗਾ, ਤੇ ਉਹਨਾਂ ਨੇ ਆਪਣਾ ਵੇਖਣਾ ਵੀ ਸਾਡਾ। ਮੈਂ ਕਹਿੰਦੀ ਹਾਂ ਵੀ ਤੁਸੀਂ ਬਹੁਤ ਰਿਸਪੈਕਟਡ ਹੋ ਸਾਡੇ, ਮੀਡੀਆ ਬਿਨਾਂ ਵੀ ਕੁਛ ਨਹੀਂ ਅੱਜ ਕੱਲ੍ਹ, ਕਿੰਨਾ ਦੇਸ਼ਾਂ ਵਿਦੇਸ਼ਾਂ 'ਚ ਗੱਲ ਪਹੁੰਚਦੀ ਹੈ ਤਾਂ ਮੀਡੀਆ ਰਾਹੀਂ ਪਹੁੰਚਦੀ ਹੈ, ਕਿੱਦਾਂ ਹੈ ਮੀਡੀਆ ਦੁਨੀਆ ਦੀ ਆਖਿਆ ਹੈ ਨਾ, ਜੇ ਚੌਥਾ ਸਤੰਭ ਹੈਗਾ ਤਾਂ ਕੰਮ ਵੀ ਪੂਰਾ ਕਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ, ਮੈਂ ਇਹੀ ਕਹਿੰਦੀ ਹਾਂ ਕਿ ਪਲੀਜ਼ ਤੁਸੀਂ ਸਾਰੇ ਸਿੰਗਰਾਂ ਦੀ ਔਰ ਸਾਰੇ ਜਿਨ੍ਹਾਂ ਦੀਆਂ ਵੀ ਤੁਸੀਂ ਇੰਟਰਵਿਊਜ਼ ਕਰਦੇ ਹੋ ਉਹਨਾਂ ਦੀ ਰਿਸਪੈਕਟ ਕਰਿਆ ਕਰੋ, ਉਹਨਾਂ ਨੂੰ ਉਸੇ ਤਰ੍ਹਾਂ ਹੀ ਪੇਸ਼ ਕਰਿਆ ਕਰੋ ਜਿੱਦਾਂ ਦੇ ਉਹ ਹੁੰਦੇ ਨੇ। ਬਿਲਕੁਲ, ਜ਼ਰੂਰੀ ਹੈ। ਨਹੀਂ ਨਹੀਂ, ਚਲੋ ਕੋਈ ਨਾ, ਸਾਡੇ ਐਂ ਬੈਠੇ ਅਸੀਂ ਇੰਟਰਵਿਊ 'ਤੇ, ਪੱਤਰਕਾਰ ਨੇ ਪੁੱਛਿਆ ਵੀ ਗੁਲਸ਼ਨ ਜੀ ਸਿੱਖੇ ਕਿੱਥੋਂ, ਇਹ ਕਹਿੰਦੇ ਜੀ ਮੈਂ ਇਹਨਾਂ ਤੋਂ ਹੀ ਸਿੱਖੀ। ਕੁੱਟ ਵੀ ਖਾਣੀ ਕਈ ਪਈ, ਉਹ ਕਹਿੰਦੇ ਕਦੀ ਕੁੱਟ ਵੀ ਖਾ, ਉਹਦਾ ਸਵਾਲ ਤਾਂ ਵਧੀਆ ਸੀ, ਇਹ ਕਹਿੰਦੇ ਸਿੱਖ ਦੀ ਨੇ ਕੁੱਟ ਵੀ ਖਾਧੀ, ਇਹ ਕਹਿੰਦੀ ਵੀ ਵੀਰੇ ਜ਼ਿਆਦਾ ਨਹੀਂ ਇੱਕ ਥੱਪੜ ਵੱਜਿਆ ਸੀ, ਉਹ ਵੀ ਸਿੱਖ ਦੀ ਸੀ, ਮੈਂ ਕੋਈ ਸ਼ਬਦ ਕਹਿੰਦੀ ਸੀ ਉਹ ਕਿਹਾ ਨਹੀਂ ਜਾਂਦਾ, ਲੈ 'ਚ ਨਹੀਂ ਸੀ ਆਉਂਦਾ, ਤਾਲ 'ਚ ਨਹੀਂ ਆਉਂਦਾ, ਕਦੇ ਢੋਲਕੀ ਵਜਾਉਂਦਾ ਸੀ ਮੈਂ, ਕਦੇ ਵਾਜਾ ਵਜਾਉਂਦਾ, ਨਹੀਂ ਸੀ ਆਇਆ, ਹਾਰ ਕੇ ਇਹਨੇ ਜਦੋਂ ਕਾਪੀ ਸਿੱਟਦੀ ਵੀ ਨਹੀਂ ਤਾਂ ਇੱਕ ਥੱਪੜ ਮਾਰਿਆ, ਔਰ ਉਹਦੇ 'ਚ ਆਪਾਂ ਕਿਸੇ ਹੋਰ ਸਿੰਗਰ ਦਾ ਨਾਮ ਵੀ ਨਹੀਂ ਲਿਆ, ਕਿਸੇ ਦੀ ਗੱਲ ਵੀ ਨਹੀਂ ਕੀਤੀ, ਉਸ ਨੇ ਬਹੁਤ ਵੱਡਾ ਰੀਜ਼ਨ ਬਣਾ ਕੇ ਪੇਸ਼ ਕਰਤਾ, ਥੱਲੇ ਲਿਖਤਾ ਉਹ ਸਾਰਿਆਂ ਨੂੰ ਪਤਾ ਹੀ ਆ, ਥੱਲੇ ਲਿਖਤਾ ਜੀ ਬਲਕਾਰ ਅਣਖੀਲੇ ਨੇ ਕਿਉਂ ਮਾਰ ਗਏ ਚਪੇੜਾ, ਗੁਲਸ਼ਨ ਦੇ ਚਪੇੜਾ 4 ਸਾਲ ਪਹਿਲੇ ਦੀ ਗੱਲ ਹੈ। ਅੱਛਾ, ਔਰ ਚਲੋ ਅੱਬਾ ਕੀ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਇਦਾਂ ਦੀ ਆ, ਜੋ ਮੇਰੇ ਦਿਲ 'ਚ ਮੈਂ ਬੋਲ ਦਿੰਨੀ ਆ, ਔਰ ਇਸ ਦਾ ਮੈਨੂੰ ਖਨਮਾਜ਼ਾ ਵੀ ਭੁਗਤਣਾ ਪੈਂਦਾ। ਨਹੀਂ ਨਹੀਂ, ਕੋਈ ਗੱਲ ਨਹੀਂ, ਮੈਨੂੰ ਕਹਿ ਦਿੰਦੇ ਆ ਕਿ ਹਨਾ ਬੋਲ ਸਕਦੇ, ਕਿਆ ਸੋਚਦੇ ਹੋਣਗੇ ਬਹੁਤ, ਨਹੀਂ ਮਾਰਾ ਨਹੀਂ ਬੋਲਦਾ ਤੂੰ, ਬਟ ਨਹੀਂ ਮੇਰੇ, ਮੈਂ ਰੱਖ ਨਹੀਂ ਸਕਦੀ ਦੇ, ਨਹੀਂ ਰੱਖਣੀ ਵੀ ਨਹੀਂ ਚਾਹੀਦੀ ਮੇਰੇ, ਇਦਾਂ ਦਾ ਮੇਰਾ ਹੈ, ਜਨਤਾ ਵੀ ਨਹੀਂ ਰੱਖਦੀ, ਤੁਹਾਨੂੰ ਪਤਾ ਕਮੈਂਟਾਂ 'ਚ ਕਿੱਦਾਂ ਲਿਖਣਾ ਸ਼ੁਰੂ ਕਰ ਦਿੰਦੀ, ਓਬਵੀਅਸਲੀ ਖਾਮਿਆਜ਼ਾ ਜਿਹੜਾ ਉਹ ਆਰਟਿਸਟ ਨੂੰ ਭੁਗਤਣਾ ਪੈਂਦਾ, ਉਹ ਹੀ ਮਿਸਟੇਕ, ਬਿਲਕੁਲ ਇਹ ਚੀਜ਼ਾਂ ਹਰ ਕਿਸੇ ਨੂੰ ਸਮਝਣੀਆਂ ਚਾਹੀਦੀਆਂ, ਮੈਨੂੰ ਤਾਂ ਇਹ ਲੱਗਦਾ। ਬਾਕੀ ਇਹ ਲਾਈਫ ਹੈ ਜੀ, ਇਹ ਜ਼ਿੰਦਗੀ ਹੈ, ਸਿੱਖ ਸਿੰਗਰ ਅਤੇ ਫਿਰ ਕੀ ਆ, ਤੁਹਾਡੇ ਨਾਲ ਅਲੱਗ ਨਹੀਂ ਆ, ਅਸੀਂ ਘਰੇ ਸੇਮ, ਸਾਡੀ ਆਪਣੀ ਉਦਾਂ ਹੀ ਲਾਈਫ ਆ, ਹਸਬੈਂਡ ਵਾਈਫ ਬੱਚੇ ਜੋ ਵੀ ਆ ਨਾ, ਸਭ ਉਦਾਂ ਹੀ ਚੱਲਦਾ ਰਹਿੰਦਾ। ਕਲਾਕਾਰ ਦੀ ਜ਼ਿੰਦਗੀ ਦੇ ਵੀਰੇ ਸਰੋਤੇ ਆ ਜਿਹੜੇ ਸਾਨੂੰ ਸੁਣਦੇ ਆ ਜੀ, ਅਸੀਂ ਉਹਨਾਂ ਦੀਆਂ ਉਮੀਦਾਂ 'ਤੇ ਖਰੇ ਉਤਰਦੇ ਹਾਂ, ਅਤੇ ਅਸੀਂ ਕਲਾਕਾਰ ਹਾਂ, ਅਤੇ ਮੈਂ ਤਾਂ ਹਰੇਕ ਸਿੰਗਰ ਨੂੰ ਇਹੀ ਮੇਰੀ ਹੱਥ ਜੋੜ ਕੇ ਦਰਖਾਸਤ ਹੀ ਹੈ,
ਵੀ ਮਿਹਨਤ ਕਰੋ, ਸਰੋਤਿਆਂ ਦੀਆਂ ਉਮੀਦਾਂ ਦੇ ਖਰੇ ਉਤਰੋ। ਇੱਕ ਆਖਿਰ ਦੇ ਵਿੱਚ ਮੇਰੇ ਜ਼ਹਿਨ 'ਚ, ਸੋਰੀ ਮੈਂ ਵੈਸੇ ਰੈਪ ਅਪ ਕਰਨ ਲੱਗੀ ਸੀ ਇੰਟਰਵਿਊ ਦਾ, ਬਟ ਇੱਕ ਸਵਾਲ ਹੈਗਾ, ਤੁਸੀਂ ਜਿੱਦਾਂ ਕਹਿ ਰਹੇ ਓਬਵੀਅਸਲੀ ਤੁਸੀਂ ਕਿਸੇ ਨੈਗੇਟਿਵ ਨਹੀਂ ਬੋਲਦੇ, ਹੈ ਨਾ? ਮੈਡਮ ਬਾਰ ਬਾਰ ਰੋਕ ਰਹੇ ਕਿ ਲੱਤ ਨਾ ਤੁਸੀਂ, ਨਹੀਂ ਨਹੀਂ ਉਹਨਾਂ ਦੀ ਆਦਤ ਹੈ ਨਾ, ਇਹ ਦੱਸੋਗੇ ਥੋੜੀ ਜਿਹੀ, ਇਹਨਾਂ ਦੇ ਰਿਦਮ ਚੱਲਦੀ ਰਹਿੰਦੀ ਹੈ, ਚੱਲਦੀ ਚੱਲਦੀ ਹੈ ਸਾਈਡ ਤੇ, ਕਲਿੱਕ ਤਾਂ ਦਿਮਾਗ ਚ ਆਹ ਕਲਿੱਕ ਇਦਾਂ ਇਦਾਂ ਕਰਦੇ ਰਹਿਣਾ, ਹਾਰਟ ਬੀਟ ਵੀ ਕਲਿੱਕ ਹੈ, ਹਾਏ ਉਹ ਚੱਲਦੀ ਰਹਿੰਦੀ ਹੈ। ਇੰਟਰਵਿਊ ਚ ਵੀ ਦੱਸਿਆ ਨਾ ਉਹਨਾਂ ਨੇ, ਕਿਤੇ ਵੀ ਖੜਨਾ ਕਰਨਾ ਇਹ ਮੈਂ ਇੱਥੇ ਨਹੀਂ, ਤੇ ਵੀ ਬਾਜੇ ਬਣਾ ਨਹੀਂ, ਮੈਂ ਬਹੁਤ ਜਗ੍ਹਾ ਤੇਰਾ, ਅਸੀਂ ਕਿਤੇ ਵੀ ਖਾਣਾ ਖੁਣਾ ਖਾਣ ਜਾਂਦੇ ਆ ਨਾ ਟੇਬਲ ਤੇ, ਫਿਰ ਮੈਂ ਰੋਕ ਦਿੰਦੀ ਹਾਂ, ਨਹੀਂ ਇੱਥੇ ਮੈਂ ਖਾਣਾ ਖਾਣਾ ਆ, ਖੜਾ ਲਾਉਣ ਨਹੀਂ ਆਏ, ਉਹ ਆਦਤ ਬਣੀ ਹੋਈ। ਹਾਂਜੀ, ਸੋਰੀ। ਦੱਸੋ ਕਿਹੜਾ ਕਿਹੜਾ ਗਾਣਾ ਤੁਹਾਡੇ ਦਿਮਾਗ 'ਚ ਇਸ ਵੇਲੇ ਚੱਲ ਰਿਹਾ, ਤੁਸੀਂ ਹੈ ਨਾ ਨਾਲ ਨਾਲ ਲੱਗੇ ਹੋਏ ਹੋ? ਨਹੀਂ ਨਹੀਂ ਗਾਣੇ ਗਾਣਾ ਨਹੀਂ, ਵੈਸੇ ਹੀ ਵੈਸੇ ਹੋ ਰਿਹਾ ਕੋਈ। ਅੱਛਾ, ਮੈਂ ਇਹ ਸਵਾਲ ਪੁੱਛ ਰਹੀ ਸੀ ਕਿ ਓਬਵੀਅਸਲੀ ਤੁਸੀਂ ਕਿਸੇ ਦੇ ਨੈਗੇਟਿਵ ਨਹੀਂ ਬੋਲਦੇ, ਹੈ ਨਾ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਆ ਅੰਦਰ, ਅਸੀਂ ਚਾਹੇ ਕਿਸੇ ਦਾ ਬੁਰਾ ਨਾ ਕਰਨਾ ਹੋਵੇ, ਹੈ ਨਾ, ਜਾਂ ਨਾ ਵੀ ਸੋਚੀਏ ਕਿਸੇ ਬਾਰੇ, ਪਰ ਅਗਲੇ ਕਈ ਵਾਰ ਸੋਚਦੇ ਹੁੰਦੇ ਆ, ਜਦੋਂ ਅਸੀਂ ਇਸ ਇੰਡਸਟਰੀ ਦੇ ਵਿੱਚ ਆਉਂਦੇ ਹਾਂ, ਤੁਹਾਨੂੰ ਮੈਂ ਮਤਲਬ ਇਹ ਸਵਾਲ ਤੁਹਾਨੂੰ ਐਜ਼ ਅ ਕਮਿਊਨਿਟੀ ਪੁੱਛ ਰਹੀ ਹਾਂ, ਕੋਈ ਗੱਲ ਨਹੀਂ ਮੇਰੀ ਪੁੱਛੋ, ਇੱਕ ਹੈ ਨਾ ਕਿ ਮਤਲਬ ਕਿਸੇ ਓਫੈਂਡ ਕਰਨ ਲਈ ਕਿਸੇ ਨੂੰ ਨਹੀਂ, ਬਟ ਇਹ ਸਵਾਲ ਜ਼ਰੂਰ ਹੈ ਕਿ ਜਦੋਂ ਕੋਈ ਗਾਇਕ ਜਾਂ ਕੋਈ ਜੋੜੀ ਇਸ ਇੰਡਸਟਰੀ ਦੇ ਵਿੱਚ ਆਉਂਦੀ ਹੈ, ਕਿ ਉਹਦੇ ਧਰਮ 'ਤੇ, ਉਹਦੇ ਰੰਗ ਰੂਪ 'ਤੇ, ਉਹਦੇ ਉਹ ਕਿੱਦਾਂ ਦਾ ਉਹਦਾ ਆਊਟਲੁੱਕ ਹੈ, ਇਹਨਾਂ 'ਤੇ ਵੀ ਲੋਕ ਜਿਹੜੇ ਕਮੈਂਟਸ ਕਰਦੇ ਆ ਇੰਡਸਟਰੀ ਦੇ ਵਿੱਚ, ਵੀ ਇੱਦਾਂ ਦੇ ਲੋਕ ਹੈ, ਕਿਉਂਕਿ ਲੋਕਾਂ ਦੇ ਕਮੈਂਟ ਤਾਂ ਅਸੀਂ ਪੜ੍ਹਦੇ ਹੁੰਦੇ ਕਿ ਕੀ ਕਮੈਂਟ ਕਰਦੇ ਆ, ਬਟ ਵਿਦ ਇਨ ਇੰਡਸਟਰੀ ਵੀ ਲੋਕ ਇੱਦਾਂ ਦੇ ਹੈ ਕਿ ਜਿਹੜੇ ਸਵਾਲ ਚੱਕਦੇ ਆ। ਵੀਰੇ ਇਹਦੇ 'ਚ ਇਹ ਹੈ ਕਿ ਜੇ ਤਾਂ ਜਿਹੜਾ ਕੰਮ ਕਰ ਰਿਹਾ, ਮੰਨ ਲਓ ਮੈਂ ਕਲਾਕਾਰ, ਮੈਂ ਕੋਈ ਕਿੱਡਾ ਕੁ ਸੋਹਣਾ, ਇਹ ਜਿਹੜੀ ਕਲਾ ਹੈ ਨਾ, ਇਹਦੇ ਤੋਂ ਸੋਹਣਾ ਕੋਈ ਵੀ ਨਹੀਂ ਹੈਗਾ ਦੁਨੀਆਂ 'ਤੇ, ਇਸ ਤੋਂ ਸੋਹਣਾ ਕੋਈ ਨਹੀਂ ਦੁਨੀਆਂ 'ਤੇ ਹੈਗਾ। ਬੰਦਾ ਸੋਹਣਾ ਜਾਂ ਕੁੜੀ ਸੋਹਣੀ ਆ ਤਾਂ ਚੱਲੂ ਨਾ, ਉਹਦੇ ਅੰਦਰ ਕੀ ਹੈ ਉਹ ਚੱਲਣਾ ਹੈ, ਵੀ ਸਰੋਤਿਆਂ ਨੂੰ ਉਹ ਕਿੰਨਾ ਕੁ ਕੀਲਦੇ ਹੈ। ਆਪਦੀ ਮਿਹਨਤ ਕਰਨ ਵਾਲਾ ਬੰਦਾ ਜਿਹੜਾ, ਜਾਂ ਸਿੱਖਿਆ ਸਿਖਾਇਆ ਬੰਦਾ, ਜਾਂ ਕੰਮ ਕਰਨਾ ਆਉਂਦਾ ਨਾ ਜਿਹਨੂੰ, ਉਹਦੋਂ ਸ਼ਕਲਾਂ ਨਹੀਂ ਮੈਣਾ ਰੱਖਦੀਆਂ। ਸਿੱਧੂ ਵੀਰ ਨੇ ਗਾਇਆ ਤਾਂ ਹੈਗਾ ਵੀ ਫੋਟੋ ਨਹੀਂ ਲਵਾਉਂਦਾ ਕੋਈ ਚੰਮ ਕਰਕੇ, ਹੈ ਨਾ? ਇਸ ਕਰਕੇ ਜੇ ਜੇ ਮਿਹਨਤ ਆ, ਜੇ ਕੰਮ ਤੁਹਾਡਾ ਵਧੀਆ ਹੈ, ਤਾਂ ਤੁਹਾਡੀ ਸ਼ਕਲ ਮੈਣਾ ਨਹੀਂ ਰੱਖਦੀ ਕੋਈ ਵੀ। ਔਰ ਮਿਹਨਤ ਹਮੇਸ਼ਾ ਲੋਕਾਂ ਨੂੰ ਦੇਖੀ ਜਾਂਦੀ ਹੈ। ਹਾਂ, ਦਿਖਦੀ ਹੈ, ਬਸ ਦਿਖਦੀ ਹੈ, ਉਹ ਤਾਂ ਦਿਖਦੀ ਹੈ ਲਾਈਵ 'ਚ, ਸਟੇਜ 'ਤੇ ਦਿਖਦੀ ਹੈ ਮਿਹਨਤ। ਕੋਈ ਵੀ ਸਿੰਗਰ ਹੈ ਚਾਹੇ ਅਸੀਂ ਹਾਂ ਹੁਣ, ਬਟ ਉਹ ਹਰ ਇੱਕ ਦੀ ਸਟੇਜ 'ਤੇ ਮਿਹਨਤ ਨਜ਼ਰ ਆਉਂਦੀ ਹੈ ਵੀ ਹਾਂ ਇਸ ਬੰਦੇ ਨੇ ਮਿਹਨਤ ਕੀਤੀ ਆ, ਕੁਝ ਸਿੱਖਿਆ। ਜੇ ਮਿਹਨਤ ਦਾ ਮੁੱਲ ਨਾ ਪੈਂਦਾ ਹੁੰਦਾ ਤਾਂ ਫਿਰ ਤਾਂ ਸੋਹਣੇ ਲੋਕ ਹੀ ਅੱਗੇ ਹੁੰਦੇ, ਸਾਡੇ ਵਰਗੇ ਤਾਂ ਹੋਏ ਰਾਜ, ਸਹੀ ਗੱਲ ਆ। ਸੋਹਣਾ ਰੰਗ ਰੂਪ, ਗੋਰਾ ਰੰਗ ਸੋਹਣਾ ਹੁੰਦਾ, ਉਹ ਤਾਂ ਕੁਝ ਵੀ ਹੈ ਨਾ, ਬਟ ਨਹੀਂ ਇਹ ਨਹੀਂ ਹੁੰਦਾ। ਬੰਦੇ ਦਾ ਦਿਲ ਸੋਹਣਾ ਹੋਣਾ ਚਾਹੀਦਾ, ਦਿਲ ਸਾਫ਼ ਹੋਣਾ ਚਾਹੀਦਾ, ਬੰਦੇ ਦਾ ਦਿਮਾਗ ਜਿਹੜਾ ਉਹ ਸਹੀ ਕੰਮ ਕਰਨਾ ਚਾਹੀਦਾ, ਬਸ ਸਹੀ ਹੈ ਨਾ? ਜੇ ਤੁਹਾਡੀ ਸੋਚ ਸੋਹਣੀ ਹੈ, ਤੁਹਾਡਾ ਦਿਲ ਸੋਹਣਾ, ਤੁਸੀਂ ਸੋਹਣੇ ਹੋ, ਬਸ ਪੂਰੀ ਦੁਨੀਆਂ ਨੂੰ ਤੁਸੀਂ ਕਦੇ ਖੁਸ਼ ਨਹੀਂ ਕਰ ਸਕਦੇ, ਕਦੇ ਵੀ ਨਹੀਂ ਖੁਸ਼ ਕਰ ਸਕਦੇ ਤੁਸੀਂ ਪੂਰੀ ਦੁਨੀਆਂ ਨੂੰ ਵੀ। ਸਾਰੀ ਦੁਨੀਆਂ ਤੁਹਾਡੇ ਤੋਂ ਖੁਸ਼ ਹੋ ਜੇ, ਉਹ ਦਿਨ ਕਦੇ ਆਉਣਾ ਨਹੀਂ, ਕਿਸੇ ਦਾ ਵੀ ਨਹੀਂ ਆਇਆ, ਦੁਨੀਆਂ ਦਾ ਰੱਬ ਤੋਂ ਵੀ ਖੁਸ਼ ਨਹੀਂ, ਜਿਹਨੇ ਪੂਰਾ ਸੰਸਾਰ। ਨਾ ਨਾ ਨਾ, ਬਿਲਕੁਲ, ਇੱਕ ਇਨਸਾਨ ਤੋਂ ਕਿਵੇਂ ਖੁਸ਼ ਹੋ? ਮੈਂ ਤਾਂ ਇਹ ਕਹਿੰਦੀ ਹਾਂ, ਜਿਹੜੇ ਡਿਊਟੀਆਂ ਲਾਈਆਂ ਹੋਈਆਂ ਨੇ ਵੀਰੇ, ਆਪਣੀ ਡਿਊਟੀ ਲਾਈ ਹੈ, ਤੁਹਾਡੇ ਤੋਂ ਤੁਹਾਡਾ ਪਰਿਵਾਰ ਸੰਤੁਸ਼ਟ ਹੈ, ਤੁਹਾਡੇ ਆਲੇ ਦੁਆਲੇ ਵਾਲੇ ਸੰਤੁਸ਼ਟ ਹੈ, ਠੀਕ ਹੈ ਨਾ? ਤੁਹਾਡਾ ਮਾਂ ਪਿਓ ਖੁਸ਼ ਹੈ, ਤੁਸੀਂ ਖੁਸ਼ ਹੋ, ਬਸ ਠੀਕ ਹੈ ਸਭ ਕੁਛ। ਡਿਊਟੀ ਦਾ ਮਤਲਬ ਵੀ ਇੱਕ ਬੰਦੇ ਦੀ ਡਿਊਟੀ ਲਈ ਵੀ ਤੂੰ ਯਾਰ ਜਿਹੜਾ ਵੀ ਬੰਦਾ ਦੁਨੀਆਂ ਤੋਂ ਸਭ ਤੋਂ ਵਧੀਆ ਕੰਮ ਕਰ ਰਿਹਾ, ਤੂੰ ਉਹਨੂੰ ਵੱਡਣਾ, ਉਹਨੂੰ ਮਾੜਾ ਕਹਿਣਾ,
ਉਹਨੇ ਕਹਿਣਾ ਹੀ ਕਹਿਣਾ ਕਿਉਂਕਿ ਉਹਦੀ ਡਿਊਟੀ ਰੱਬ ਕੋਲ ਲੱਗੀ ਹੋਈ ਹੈ। ਤੇ ਬਾਕੀ ਬਰਿਆਈ ਦੇ ਨਾਲ ਇਸ਼ਾਈ ਦੇ ਨਾਲ ਬਰਿਆਈ ਵੀ ਹੈ, ਜੇ ਬਰਿਆਈ ਨਾ ਹੋਵੇ ਤੇ ਇਸ਼ਾਈ ਦਾ ਮੁੱਲ ਨਹੀਂ ਪੈਣਾ। ਤਰੱਕੀ ਉਸੇ ਬੰਦੇ ਨੂੰ ਉਹਦੀ ਮੰਨਦੇ ਆ ਜਿਹਦੀ ਨਾ ਸੱਚੀ ਉਹ ਬਰਿਆਈ ਕਰਦੇ ਹੋਣ ਲੋਕ, ਕਿਉਂਕਿ ਮੱਚਦੇ ਕਰਦੇ ਉਹ ਹੁੰਦੇ ਜਿਹੜੇ ਜਾਣਦੇ ਤੁਹਾਨੂੰ, ਜਿਹੜੇ ਤੁਹਾਡੇ ਨਾਲ ਰਹਿੰਦੇ ਰਹੇ ਆ, ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਪਹਿਚਾਣ, ਉਹ ਦੱਸਦੇ ਲੋਕਾਂ ਨੂੰ ਲੈ ਕੱਲ੍ਹ ਸੀ ਮੇਰੇ ਨਾਲ, ਕੱਲ੍ਹ ਤਾਂ ਰੋਟੀ ਨਹੀਂ ਪੱਕਦੀ, ਉਹ ਇਹ ਗੱਲਾਂ ਇਹ ਬਰਿਆਈ ਵਾਲੀਆਂ ਹੋ ਜਾਂਦੀਆਂ ਨੇ। ਇਹਦੇ ਮਨ 'ਚ ਐਂ ਨਾ ਜੇ ਵੀ ਕਿਤੇ ਇਹ ਸ਼ੁਰੂ ਤੋਂ ਹੀ ਆਏ ਸੀਗੇ, ਉਹਨੂੰ ਇਹਦਾ ਮੈਂ ਦੱਸ ਦਿਆਂ ਵੀ ਪਰ ਸਾਡਾ ਸਾਰਿਆਂ ਨੂੰ ਪਤਾ ਹੈ ਸਾਡੇ ਕੋਲ ਅਸੀਂ ਦਾ ਬੌਸ ਇੱਥੋਂ ਪਰਮਾਤਮਾ ਨੇ ਹੁਣ ਵੀ ਇੱਥੇ ਹੀ ਆ, ਹਲੇ ਅਸੀਂ ਉੱਥੇ ਨਹੀਂ ਹੈਗੇ, ਹੁਣ ਵੀ ਇੱਥੇ ਹੀ ਆ, ਹਲੇ ਵੀ ਇੱਥੇ ਨਹੀਂ। ਸਾਨੂੰ ਬਸ ਸਾਡੇ ਸਰੋਤਿਆਂ ਨੇ ਆਪਣੀਆਂ ਜੁੱਤੀਆਂ ਤੋਂ ਚੱਕ ਕੇ ਸਾਨੂੰ ਆਪਣੇ ਦਿਲ 'ਚ ਬਿਠਾ ਲਿਆ, ਸਾਡੇ ਲਈ ਇਹੀ ਬਹੁਤ ਹੈ। ਨਹੀਂ ਇਹ ਤੁਹਾਡੀ ਮਿਹਨਤ ਹੈ, ਔਰ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਸੀ ਇੰਟਰਵਿਊ ਸਿਰਫ ਕਿਸੇ ਪਰਟੀਕੁਲਰ ਚੀਜ਼ ਤੇ ਨਹੀਂ, ਮੈਂ ਤੁਹਾਡਾ ਸਫ਼ਰ ਜਿਹੜਾ ਹੈ ਉਹਦੇ ਬਾਰੇ ਗੱਲਬਾਤ ਜ਼ਰੂਰ ਕਰਨਾ ਚਾਹੁੰਦੀ ਸੀ, ਔਰ ਤੁਸੀਂ ਬਹੁਤ ਖੂਬਸੂਰਤ ਗੱਲਾਂ ਆਪਣੀ ਜ਼ਿੰਦਗੀ ਵਾਰੀਆਂ ਜ਼ਿੰਦਗੀ ਦੇ ਬਾਰੇ ਦੱਸੀਆਂ, ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰ। ਸਾਨੂੰ ਵੀ ਬਹੁਤ ਵਧੀਆ ਲੱਗਿਆ ਮੈਮ ਤੁਹਾਨੂੰ ਮਿਲ ਕੇ, ਥੈਂਕ ਯੂ ਸੋ ਮੱਚ। ਤੁਸੀਂ ਮੈਨੂੰ ਮੈਮ ਨੂੰ ਕਹੋ ਮੈਂ ਤੁਹਾਨੂੰ ਤੁਹਾਡੀ ਇੰਨੀ ਫੈਨ ਆ। ਦੇਖੋ ਸ਼ੁਕਰੀਆ, ਜਿੱਥੇ ਤੁਸੀਂ ਬੈਠੇ ਹੋ ਨਾ ਇੱਥੇ ਬਹਿਣ ਵਾਲਾ ਹਰੇਕ ਇਨਸਾਨ ਹੀ ਵਧੀਆ ਹੁੰਦਾ, ਸੱਚਾਈ ਹੈ। ਇਹ ਵੀ ਗੱਲਾਂ ਕਰਨੀਆਂ ਕਿਤੇ ਸੌਖੀਆਂ ਨਹੀਂ, ਵੀ ਕਲਾ ਤੁਹਾਡੀ ਜਿਵੇਂ ਅਸੀਂ ਸਰੋਤਿਆਂ ਦੇ ਮੂਹਰੇ ਜਾ ਕੇ ਉਹਨਾਂ ਨੂੰ ਬਿਠਾਉਣੇ ਆ ਜਾਂ ਕੀਲਦੇ ਆ, ਤੁਹਾਡਾ ਵੀ ਕੰਮ ਹੈ, ਬਹੁਤ ਵੱਡਾ ਕੰਮ ਹੈ ਤੁਹਾਡਾ। ਬਾਬਾ ਤੁਹਾਨੂੰ ਤਰੱਕੀ ਬਖਸ਼ੇ। ਥੈਂਕ ਯੂ ਜੀ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ, ਪਰ ਜਾਂਦੇ ਜਾਂਦੇ ਪਲੀਜ਼ ਜਿਹੜਾ ਤੁਹਾਡੇ ਦਿਲ ਚ ਹੁਣ ਇਸ ਵੇਲੇ ਸਭ ਤੋਂ ਪਹਿਲੇ ਆ ਗਿਆ ਉਹ ਸੁਣਾ ਦੋ। ਸਾਡਾ ਤੂੰ ਹੀ ਐ, ਸਾਡਾ ਤੂੰ ਹੀ ਐ, ਤੇਰੇ ਤੇ ਸਾਨੂੰ ਆਸ ਸਜਣਾ, ਹੋਰ ਜੀਣ ਦੀ ਵਜ੍ਹਾ ਨਾ ਕੋਈ ਖਾਸ ਸਜਣਾ, ਸਾਡਾ ਤੂੰ ਹੀ ਐ, ਸਾਡਾ ਤੂੰ ਹੀ ਐ। ਵਾਹ ਵਾਹ, ਥੈਂਕ ਯੂ ਸੋ ਮਚ। ਔਰ ਮੈਂ ਉਹ ਵਾਲੇ ਐਰਾ 'ਚ ਪਹੁੰਚ ਗਈ ਸੀਗੀ, ਮੇਰਾ ਮਿਊਜ਼ਿਕ ਵੀ ਵੱਜਣ ਲੱਗ ਪਿਆ ਸੀ, ਸਾਡਾ ਤੂੰ ਹੀ ਸਾਥ, ਜਿਹੜੇ ਜਿੱਦਾਂ ਵੱਜਦੇ ਨੇ ਇਸ ਗੀਤ ਦੇ ਵਿੱਚ, ਸੋ ਉਹੀ ਇੱਕ ਖੁਸ਼ੀ ਜਿਹੜੀ ਹੈ ਵੱਖਰੀ ਮਿਲ ਜਾਂਦੀ ਹੈ। ਕਲਾਕਾਰ ਦਾ ਜਿਹੜਾ ਭੈਣੇ ਬੋਲ ਆ ਨਾ ਗਲ ਆ, ਜਿਹੜਾ ਗਾਉਂਦਾ ਬੰਦਾ ਉਹ, ਇਹ ਵੀ ਇੱਕ ਸਾਜ਼ ਹੈ। ਇਹ ਕਲਾਕਾਰੀ ਉਹ ਆ ਵੀ ਤੁਹਾਡਾ ਬੋਲ ਐਂ ਲੱਗੇ ਵੀ ਕੋਈ ਸਾਜ਼ ਵੱਜ ਰਿਹਾ, ਤੁਹਾਨੂੰ ਉਹ ਲੱਗਿਆ ਵੀ ਜਿਵੇਂ ਸਾਜ਼ ਵੱਜ, ਇਹਨਾਂ ਦੀ ਯਾਨੀ ਕਿ ਆਵਾਜ਼ ਦੇ ਵਿੱਚ ਹੀ ਹੈ ਵੀ ਜਿਵੇਂ ਕੋਈ ਇੰਸਟਰੂਮੈਂਟ ਵੱਜ ਰਿਹਾ। ਨਹੀਂ ਆਹ ਦੇਖ ਲਓ, ਇਹ ਤੁਹਾਡੀ ਕਮਾਈ ਹੈ, ਤੁਹਾਨੂੰ ਉਹਨਾਂ ਨੇ ਸਿਖਾਇਆ, ਤਾਂ ਦੇਖ ਲਓ ਤੁਸੀਂ ਕਿੰਨਾ ਸੋਹਣਾ ਸਿੱਖੇ ਹੋ। ਇਹ ਤੁਹਾਡੀ ਮਿਹਨਤ ਹੈ ਜਿਹੜੀ ਤੁਸੀਂ ਕੀਤੀ ਹੈ, ਔਰ ਜਿਹੜੇ ਸਰੋਤਿਆਂ ਨੂੰ ਫੀਲ ਹੁੰਦੀ ਹੈ। ਹੁਣ ਮੈਂ ਸਿੱਖਦਾ ਜੀ ਇਹਨਾਂ ਤੋਂ, ਸੱਚਾਈ ਹੈ। ਨਹੀਂ ਆਉਂਦਾ ਕਈ ਵਾਰ ਤਰਜ ਬਣਾ ਲਓ, ਨਹੀਂ ਜਚੀ ਨਹੀਂ ਆ ਕਰੋ, ਫਿਰ ਜਦੋਂ ਇਹਨਾਂ ਨੂੰ ਚੰਗੀ ਲੱਗ ਗਈ ਆਪਾਂ ਕਹਿੰਦੇ ਓਕੇ। ਵਾਹ ਵਾਹ ਵਾਹ, ਤੁਹਾਡੀ ਜ਼ਿੰਦਗੀ ਉਹਨਾਂ ਤੋਂ ਸ਼ੁਰੂ ਹੈ ਤੇ ਉਹਨਾਂ ਦੇ ਹੀ ਖਤਮ ਹੈ, ਸੱਚ ਹੈ ਜੀ। ਤੇ ਤਾਂ ਆਪਣੇ ਸਰੋਤਿਆਂ ਲਈ ਖੇਰਾ ਬਾ, ਥੈਂਕ ਯੂ ਸੋ ਮਚ। ਤੁਹਾਡੀ ਇਹ ਜੋੜੀ ਇੰਨੀ ਪਿਆਰੀ ਜੋੜੀ ਹੈ, ਹਮੇਸ਼ਾ ਇਸ ਤਰੀਕੇ ਨਾਲ ਜਿਹੜੀ ਬਣੀ ਰਹੇ। ਤੁਸੀਂ ਹਾਲੀ ਦੇ ਵਿੱਚ ਆਪਣੀ ਵਿਆਹ ਦੀ ਵਰੇਗੰਢ ਮਨਾਈ, ਅਸੀਂ ਕਹਿੰਦੇ ਹਾਂ ਕਿ ਸਿਲਵਰ ਜੁਬਲੀ, ਗੋਲਡ ਜੁਬਲੀ ਜਿਹੜੀ ਹੁੰਦੀ ਹੈ ਨਾ, ਉਹ ਵੀ ਤੁਸੀਂ ਮਨਾਓ। ਥੈਂਕ ਯੂ ਸੋ ਮਚ ਸਾਨੂੰ ਆਪਣਾ ਸਮਾਂ ਦੇਣ ਲਈ, ਥੈਂਕ ਯੂ ਬੇਣੀ, ਥੈਂਕ ਯੂ। ਔਰ ਅਸੀਂ ਇਹੀ ਕਵਾਂਗੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਪੂਰੀ ਟੀਮ ਦਾ ਧੰਨਵਾਦ ਤੁਹਾਡਾ, ਜੁਗ ਜੁਗ ਜੀਓ ਬਾਬਾ, ਤੁਹਾਨੂੰ ਤਰੱਕੀਆਂ ਬਖਸ਼ੇ।
ਸੋ ਇਸ ਸੰਸਾਰ ਨਾਲ ਬਲਕਾਰ ਅਣਖੀਲਾ ਜੀ ਅਤੇ ਮਨਜਿੰਦਰ ਗੁਲਸ਼ਨ ਜੀ, ਉਮੀਦ ਕਰਦੇ ਹਾਂ ਗੱਲਬਾਤ ਇਹ ਪੋਡਕਾਸਟ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਔਰ ਮੈਂ ਜਿੰਨਾ ਹੋ ਸਕਦਾ ਸੀ ਉਨੀਆਂ ਗੱਲਾਂ ਬਾਤਾਂ ਕੀਤੀਆਂ ਅਤੇ ਉਨੇ ਗੀਤ ਸੁਣੇ ਆ। ਉਮੀਦ ਕਰਦੇ ਹਾਂ ਇਹ ਕਨਵਰਸੇਸ਼ਨ ਤੁਹਾਨੂੰ ਵਧੀਆ ਲੱਗੀ ਹੋਵੇ। ਅਗਲੀ ਵਾਰ ਮਿਲਦੇ ਹਾਂ, ਉਦੋਂ ਤੱਕ ਮੈਨੂੰ ਯਾਨੀ ਕਿ ਹਮਨ ਹਾਸੂ ਦਾ ਇਜਾਜ਼ਤ, ਸਤਿ ਸ਼੍ਰੀ ਅਕਾਲ।